ਦਿਓ ਅੱਗੇ ਸਟੇਜ ਦਿਆ, ਜਾਂ ਜਿਹਨਾਂ ਨੂੰ ਵੀਰ ਸਿੰਘ ਸਰਪੰਚ ਫਿੱਟੇ ਅਤੇ ਬੂਟਾ ਸਿੰਘ ਫਿੱਟੇ ਵੀ ਅੱਗੇ ਹੁਣ ਆਪਣਾ ਨਾਮ ਹਾਸਲ ਕਰ ਲਿਆ, ਮਿਹਰਬਾਨੀ। ਬਲਵਿੰਦਰ ਸਿੰਘ ਜੀ ਮਿੰਦਾ ਡਬਈ ਦੇ ਤੋਂ ਸਾਡੇ ਵੀਰ, ਉਹ ਵੀ ਸਮੁੱਚੀ ਪ੍ਰਬੰਧਕੀ ਕਮੇਟੀ ਨੂੰ, ਨਗਰ ਨੂੰ ਇਸ ਟੂਰਨਾਮੈਂਟ ਦੀ ਲੱਖ ਲੱਖ ਵਾਰ ਮੁਬਾਰਕਬਾਦ ਪੇਸ਼ ਕਰਦੇ ਆ। ਲਓ ਬਾਬਾ ਨੌਜਵਾਨ ਕਬੱਡੀ ਪਾਉਣ ਦੇ ਲਈ ਮੇਰੇ ਵੀਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ, ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਵੀ ਕੀਤਾ ਜਾਣਾ ਇਸ ਨੌਜਵਾਨ ਖਿਡਾਰੀ ਦਾ। ਸੁਖਚੈਨ ਸਿੰਘ ਜੀ ਸਰਪੰਚ ਵੱਲੋਂ ਇਸ ਕਬੱਡੀ ਤੇ 100 ਰੁਪਏ ਦੇ ਮਾਨ ਸਨਮਾਨ ਨੇ ਮੇਰੇ ਵੀਰੋ। ਬਾਬੇ ਦੀ ਪਾਈ ਹੋਈ ਕਬੱਡੀ, ਸੁਨੇਹਰਾਂ ਦੇ ਚੌਂ ਜਾਫੀਆਂ ਵਿੱਚੋਂ ਕੌਣ ਜਫਾ ਲਾਉਂਦਾ ਕਿ ਖੁੱਚ ਪੱਟਣੀ ਤੇ ਬੜੀ ਔਖੀ ਲਾਉਣੀ ਹੈ ਕਬੱਡੀ ਵਿੱਚ। ਢਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖੁਰਾਕ ਮਿੱਤਰੋ। ਲਓ ਪੁਆਇੰਟ ਬੱਬੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਤੇ ਨੌਜਵਾਨ ਸੋਨੂ ਤੇ ਗੋਪੀ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਗਾਲਵ ਕਲਾਂ ਤੇ ਬਾਬਾ ਹਰਨਾਮ ਦਾਸ ਕਲੱਬ ਜੰਗੀ ਆਣਾ, ਇਹ ਦੋਨੋਂ ਟੀਮਾਂ ਦੇ ਪਲੇਅਰ ਅਗਲੇ ਮੈਚ ਲਈ ਤਿਆਰ ਰਹਿਣ। ਹਰਦਾਸਾ ਤੇ ਸ਼ੋਸ਼ਕ, ਸ਼ੰਕਰਾਪੁਰੀ ਕਲੱਬ ਸਾਧੂ ਵਾਲਾ ਤੇ ਹਰਗੋਬਿੰਦ ਕਲੱਬ ਸੁਨੇਹਰ, ਚੂੜ ਚੱਕ ਤੇ ਹਰਗੋਬਿੰਦਪੁਰਾ, ਸਾਰੀਆਂ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪਹੁੰਚਣ। ਲਓ ਲੱਖੇ ਨਾਲ ਮੁਕਾਬਲਾ, ਇੱਕ ਗਾਜੀਪੁਰ ਦਾ ਲੱਖਾ ਕਿੰਗ ਦੇ ਤੌਰ ਤੇ ਜਾਣਾ ਜਾਂਦਾ ਖੇਡ ਕਬੱਡੀ ਦੀ ਦੁਨੀਆਂ ਦੇ ਵਿੱਚ, ਕਿ ਸੀ ਬਲਵਿੰਦਰ ਫਿੱਟੂ ਘੋੜਾ ਲੰਮੀ ਪਾਰੀ ਦਾ, ਨਾਲ ਠਰੰਮੇ ਖੇਡੇ ਕਾਕਾ ਕਾਰੀ ਸਾਰੀ ਦਾ, ਲੱਖਾਂ ਦੀ ਗੱਲ ਕਰਦਾ ਲੱਖਾ ਗਾਜੀਪੁਰ ਦਾ ਜੀ, ਖਾਲੀ ਹੱਥ ਗੁਰਲਾਲ ਕਦੇ ਨਾ ਪਿੱਛੇ ਮੁੜਦਾ ਜੀ। ਬਾਜੇ ਖਾਨੇ ਜੰਮਿਆ ਸੀ ਹਰਜੀਤ ਬਰਾੜਾਂ ਦੇ, ਖੇਡਣ ਯੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ, ਖੇਡਣ ਯੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ। ਲਓ ਸੁਨੇਹਰਾਂ ਵਾਲੀ ਗੱਭਰੂ ਦੀ ਕੋਸ਼ਿਸ਼ ਤੇ ਸਫਲਤਾ ਧਾਵੀ ਦੇ ਕਦਮ ਚੁੰਮ ਰਹੀ ਹੈ। ਲੱਥ ਜਾਂਦੀ ਭੁੱਖ ਦੇ ਇੱਕ ਗੁੰਦੇ ਹੋਏ ਸਰੀਰਾਂ ਨੂੰ ਚੁੰਮਦੀ ਹੈ ਜਿੱਤ, ਪੈਰ ਆਣ ਕੇ ਖੀਰਾਂ ਨੂੰ ਵੇਟ ਮਾਰਦੇ ਜਿੰਮਾਂ ਦੇ ਵਿੱਚ ਜਾ ਕੇ, ਤੇ ਹੁਣ ਮਜ਼ਬੂਤ ਅੱਡੀਆਂ ਕਰਦੇ ਮਿਹਨਤਾਂ ਖੁਰਾਕਾਂ ਖਾ ਕੇ ਖੁੱਲੀਆਂ, ਤੇ ਮਾਰਦੇ ਆ ਮੱਲਾਂ ਵੱਡੀਆਂ ਕਰਦੇ ਮਿਹਨਤਾਂ ਖੁਰਾਕਾਂ ਖਾ ਕੇ ਖੁੱਲੀਆਂ, ਮਾਰਦੇ ਆ ਮੱਲਾਂ ਵੱਡੀਆਂ ਵੱਡੀਆਂ ਮੱਲਾਂ ਮਾਰਦੇ ਕਬੱਡੀ ਦੇ ਖਿਡਾਰੀ ਅੱਜ ਕੋਟ ਕਰੋੜ ਦੀ ਧਰਤੀ ਤੇ ਕਬੱਡੀ ਦਾ ਮਹਾਕੁੰਭ ਸੰਤਾਂ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਕਰਵਾਇਆ ਜਾ ਰਿਹਾ ਹੈ। ਸਮੁੱਚੀ ਆਰਗੇਨਾਈਜ਼ਰ ਕਮੇਟੀ ਦਾ, ਸਪੌਂਸਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਮੇਰੇ ਵੀਰੋ ਵਧੀਆ ਪ੍ਰਬੰਧ ਕੀਤੇ ਹੋਏ ਨੇ ਅੱਜ ਦੇ ਇਸ ਕਬੱਡੀ ਟੂਰਨਾਮੈਂਟ ਤੇ। ਦਰਸ਼ਕਾਂ ਦਾ ਵੱਡਾ ਇਕੱਠ ਜੁੜਿਆ ਹੋਇਆ, ਲੈਂਦੇ ਹੋ ਨਜ਼ਾਰਾ ਖੇਡ ਕਬੱਡੀ ਦਾ, ਕਿ ਆਉਂਦਾ ਇਹ ਸਵਾਦ ਪੰਜਾਬੀਆਂ ਨੂੰ ਕਬੱਡੀ ਦੇਖ ਕੇ। ਦਰਸ਼ਕ ਮਾਰਦੇ ਨੇ ਤਾੜੀਆਂ ਜਦੋਂ ਕੋਈ ਪਾਉਂਦਾ ਧਾਵੀ ਰੇਡ, ਮੱਥਾ ਟੇਕ ਕੇ ਲੱਗ ਜਾਵੇ ਵਧੀਆ ਜਫਾ ਤੇ ਦੁਨੀਆਂ ਪੈਂਦੀ ਨੱਚ ਮਿੱਤਰੋ। ਕਬੱਡੀ ਖੇਡੇ ਪੰਜਾਬੀਆਂ ਦੀ ਮਾਂ, ਇਹ ਗੱਲ 16 ਨੇ ਸੱਚ ਮਿੱਤਰੋ। ਕਬੱਡੀ ਖੇਡੇ ਪੰਜਾਬੀਆਂ ਦੀ ਮਾਂ, ਇਹ ਗੱਲ 16 ਨੇ ਸੱਚ ਮਿੱਤਰੋ। ਕਬੱਡੀ ਮਾਂ ਖੇਡ ਹੈ, ਤਾਂ ਹੀ ਉਹ ਤਾਂ ਪੰਜਾਬੀ ਇੰਨਾ ਪਿਆਰ ਕਰਦੇ ਇਸ ਖੇਡ ਕਬੱਡੀ ਨੂੰ। ਲਓ ਸੁਨੇਹਰਾਂ ਵਾਲੇ ਦੀ ਪਾਈ ਹੋਈ ਕਬੱਡੀ ਤੇ ਰੋੜੀ ਕਪੂਰੇ ਦਾ ਨੌਜਵਾਨ ਪੂਰੀ ਟਰਾਈ ਕਰਦਾ, ਪਰ ਸਫਲਤਾ ਧਾਵੀ ਦੇ ਕਦਮ ਚੁੰਮ ਰਹੀ ਹੈ, ਕਿ ਧਾਵੀ ਕਹਿੰਦਾ ਉੱਡ ਉੱਡ ਪਾਊਂਗਾ ਕਬੱਡੀਆਂ। ਹਿੱਕਾਂ ਲੱਤਾਂ ਬਾਹਾਂ ਵਿੱਚ ਤਾਕਤਾਂ ਨੇ ਵੱਡੀਆਂ, ਹਿੱਕਾਂ ਲੱਤਾਂ ਬਾਹਾਂ ਵਿੱਚ ਤਾਕਤਾਂ ਨੇ ਵੱਡੀਆਂ, ਵੱਡੀਆਂ ਤਾਕਤਾਂ ਦੇ ਜ਼ੋਰ ਪਰਖੇ ਜਾਂਦੇ ਨੇ ਇਹਨਾਂ ਖੇਡ ਗਰਾਊਂਡਾਂ ਵਿੱਚ। ਲਓ ਬਾਬਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਸਰਪੰਚ ਸੁਖਚੈਨ ਸਿੰਘ ਜੀ ਵੱਲੋਂ ਇਸ ਪੁਆਇੰਟ ਤੇ 100 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣਗੇ। ਸਾਨੂੰ ਟੀਮ ਦੱਸ ਦਿਆ ਵੀਰ ਬਣ ਕੇ, ਇੱਧਰ ਸਾਡੇ ਵੱਲ ਕਿਹੜੀ, ਉੱਧਰ ਕਿਹੜੀ ਹੈ? ਇਧਰਲੀ ਸਾਈਡ ਸਟੇਜ ਵਾਲੀ ਸਾਈਡ ਰੋੜੀ ਕਪੂਰੇ ਦੀ ਟੀਮ ਖੇਡ ਰਹੀ ਹੈ ਜੀ, ਦੂਸਰੀ ਸਾਈਡ ਜਿਹੜੀ ਟੀਮ ਹੈ ਉਹ ਸੁਨੇਹਰ ਪਿੰਡ ਦੀ ਹੈ। ਦੋਨੋਂ ਟੀਮਾਂ ਦੇ ਦਰਮਿਆਨ ਤਗੜਾ ਮੈਚ ਹੈ। ਅਗਲੀ ਟੀਮਾਂ ਗਾਲਬ ਕਲਾਂ, ਗਾਲਬ ਕਲਾਂ ਦੇ ਬਾਬਾ ਹਰਨਾਮ ਦਾਸ ਕਲੱਬ ਜੰਗੀ ਆਣਾ, ਇਹ ਦੋਨੇ ਟੀਮਾਂ ਪੁਆਇੰਟ ਤੇ ਪਹੁੰਚੀਆਂ, ਗਾਲਬ ਕਲਾਂ ਦੇ ਜੰਗੀ ਆਣਾ, ਬਾਬਾ ਹਰਨਾਮ ਦਾਸ ਕਲੱਬ ਜੰਗੀ ਆਣਾ ਪੁਆਇੰਟ ਤੇ ਬਹਿ ਜਾਣ, ਗਾਲਬ ਕਲਾਂ ਦੇ ਜੰਗੀ ਆਣਾ, ਹਰਦਾਸਾ ਤੇ ਸ਼ੋਸ਼ਕ, ਸ਼ੰਕਰਾਪੁਰੀ ਕਲੱਬ ਸਾਧੂ ਵਾਲਾ ਤੇ ਹਰਗੋਬਿੰਦ ਕਲੱਬ ਸੁਨੇਹਰ, ਚੂੜ ਚੱਕ ਤੇ ਹਰਗੋਬਿੰਦਪੁਰਾ, ਇਹ ਸਾਰੀਆਂ ਟੀਮਾਂ ਆਪਣੇ ਮੈਚਾਂ ਅਨੁਸਾਰ ਖੇਡ ਮੈਦਾਨ ਦੇ ਵਿੱਚ ਪੁੱਜਦੀਆਂ ਜਾਣ।
ਲਓ ਨੌਜਵਾਨ ਗੋਪੀ ਕਬੱਡੀ ਪਾਉਂਦਾ ਹੋਇਆ ਤੇ ਸਾਹਮਣੇ ਵੇਖਦਾ ਵੀ ਰੋੜੀ ਕਪੂਰੇ ਦਾ ਜਾਫੀ ਪੂਰੀ ਟਰਾਈ ਕਰਦਾ ਹੋਇਆ ਤੇ ਪੁਆਇੰਟ ਇਸ ਵੇਲੇ ਧਾਵੀ ਦੇ ਹਿੱਸੇ ਜੁੜਦਾ ਹੋਇਆ। ਅਗਲੇ ਮੈਚ ਦੀਆਂ ਟੀਮਾਂ ਤਿਆਰ ਰਹਿਣ, ਹਰਦਾਸਾ ਤੇ ਸ਼ੋਸ਼ਕ ਇਹ ਵੀ ਟੀਮਾਂ ਅਗਲੇ ਮੈਚ ਲਈ ਤਿਆਰ ਹੋ ਜਾਣ, ਹਰਦਾਸਾ ਤੇ ਸ਼ੋਸ਼ਕ ਦੀਆਂ ਟੀਮਾਂ। ਇੱਧਰ ਨੌਜਵਾਨ ਦੀ ਪਈ ਹੋਈ ਕਬੱਡੀ, ਕਰਮਜੀਤ ਸਿੰਘ, ਹਰੀ ਸਿੰਘ ਤੇ ਇੱਕ ਕੁਲਵਿੰਦਰ ਸਿੰਘ, ਇਹ ਤਿੰਨੇ ਮੁੰਡੇ ਜਿਹੜੇ ਟੀਮਾਂ ਨੂੰ ਕਿਰਾਇਆ ਕੁਰਾ ਦੇਣ ਬਾਰੇ ਇਹਨਾਂ ਦੀ ਟੀਮ ਬਣੀ ਹੈ, ਉਹ ਇਕੱਠੇ ਹੋ ਜਾਣ ਭਾਈ ਜਿੱਥੇ ਉਹਨਾਂ ਦਾ ਪੁਆਇੰਟ ਬਣਿਆ। ਇਹ ਤਿੰਨੇ ਉੱਥੇ ਬਹਿ ਜਾਓ ਆਪਦਾ ਪਾਸੇ ਹੋ ਗਏ ਤੇ ਇੱਥੇ ਇਕੱਠ ਨਾ ਮਾਰਨਾ ਸਟੇਜ ਦੇ ਸਾਹਮਣੇ ਪਾਸੇ ਜਿੱਥੇ ਮਰਜ਼ੀ, ਅੱਬਲ ਤਾਂ ਉਹ ਟਰਾਲੀ ਵਾਲੀ ਸਟੇਜ ਦੇ ਮਗਰਲੇ ਪਾਸੇ ਹੋ ਜਾਓ। ਹਾਂ ਇਹ ਟੀਮਾਂ ਜਿਹਨਾਂ ਇਹਨਾਂ ਨਾਲ ਕਿਰਾਏ ਵਾਲੀਆਂ ਨਾਲ ਗੱਲ ਕਰਨੀ ਉਹ ਟਰਾਲੀ ਵਾਲੀ ਸਟੇਜ ਦੇ ਮਗਰ ਚਲੀਆਂ ਜਾਓ। ਇੱਕ ਇਹ ਪ੍ਰਬੰਧਕ ਵੱਲੋਂ ਹੋਰ ਬੇਨਤੀ ਹੈ ਵੀ ਜਿੰਨੀਆਂ ਜਿਹੜੀਆਂ ਟੀਮਾਂ ਅਸੀਂ ਬੁੱਕ ਕਰਕੇ ਆਏ ਸੀ, ਇਹ ਕਹਿੰਦੇ ਵੀ ਜਿਹੜੀਆਂ ਟੀਮਾਂ ਬੁੱਕ ਕਰਕੇ ਕਿਰਾਇਆ ਉਹਨਾਂ ਨੂੰ ਦੇਣਾ ਸੀ। ਲਓ ਸਾਹਮਣੇ ਬਿੰਦੂ ਅਗਲੀ ਕਬੱਡੀ ਪਾਉਣ ਦੇ ਲਈ ਮੇਰੀ ਵੀਰੋ, ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਇੱਕ ਸੰਦੇਤ ਪਿੰਡ ਦਾ ਮਸ਼ਹੂਰ ਹੈ ਜਿੱਥੋਂ ਦਾ ਜਤਿੰਦਰ ਸਿੰਘ ਸੋਨੀ, ਦੋ ਵਾਰ ਕਹਿੰਦੇ ਟਰਾਂਟੋ ਤੇ ਕੈਨੇਡਾ ਕਬੱਡੀ ਕੱਪ ਦਾ ਬੈਸ ਰਿਹਾ। ਲਓ ਸਾਹਮਣੇ ਵੇਖੋ ਵੀ ਰੱਖਿਆ ਤਾਉਣ ਤੇ ਹੱਥ, ਜਾਫੀ ਪੂਰੀ ਟਰਾਈ ਕਰਦਾ ਹੋਇਆ ਪਰ ਪੁਆਇੰਟ ਇਸ ਲਈ ਬਿੰਦੂ ਨੇ ਆਪਣੀ ਟੀਮ ਦੇ ਲਈ, ਰੋੜੀ ਕਪੂਰੇ ਦੀ ਟੀਮ ਦੇ ਲਈ ਜੋੜ ਦਿੱਤਾ। ਸਿੱਖ ਸਰਦਾਰ ਗੱਭਰੂ ਕਿ ਨਾ ਕੋਈ ਉਹਨਾਂ ਵਰਗਾ ਹੋਇਆ ਨਾ ਕੋਈ ਉਹਨਾਂ ਵਰਗਾ ਹੋਣਾ, ਜੁਗਾਂ ਜੁਗਾਂ ਤੱਕ ਚੱਲਦੀਆਂ ਰਹਿਣਗੀਆਂ ਗੱਲਾਂ ਉਸ ਦਰਵੇਸ਼ ਦੀਆਂ। ਕੌਣ ਕਰੂਗਾ ਰੀਸਾਂ ਕਲਗੀ ਤਰਦਸ਼ਮੇਸ਼ ਦੀਆਂ, ਕੌਣ ਕਰੂਗਾ ਰੀਸਾਂ ਕਲਗੀ ਤਰਦਸ਼ਮੇਸ਼ ਦੀਆਂ। ਬਾਜਾਂ ਵਾਲੇ ਗੁਰੂ ਦੀ ਬਖਸ਼ ਹੋਈ ਸਿੱਖੀ ਤੇ ਨਾਲ ਗੱਲ ਕਹਿੰਦੇ ਖੇਡ ਕਬੱਡੀ ਦੀ ਹੈ। ਲਓ ਸਾਹਮਣੇ ਜਾਫੀ ਕਰਦਾ ਹੋਇਆ ਵੱਧ ਕੇ ਟਰਾਈ ਤੇ ਪੁਆਇੰਟ ਗੋਪੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ। ਅੱਜ ਦਾ ਟੂਰਨਾਮੈਂਟ ਪੂਰੀ ਦੁਨੀਆ ਦੇ ਵਿੱਚ ਪੰਜਾਬ ਲਾਈਵ ਨੰਬਰ 1 ਵਾਲੇ ਸਾਡੇ ਵੀਰ ਦਿਖਾ ਰਹੇ ਨੇ, ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਗੁਰਚਰਨ ਸੁਨੇਰ ਜੀ, ਮਨਦੀਪ ਕਾਲੀਏ ਵਾਲਾ ਸਾਡੇ ਵੀਰਾਂ ਨੇ ਵਧੀਆ ਸੇਵਾਵਾਂ ਦਿੱਤੀਆਂ ਨੇ ਇਸ ਖੇਡ ਗਰਾਊਂਡ ਦੇ ਵਿੱਚ ਕਮੈਂਟਰੀ ਦੀਆਂ ਤੇ ਕਬੱਡੀ ਦੀ। ਦੁਨੀਆ ਦਾ ਮਹਾਨ ਬੁਲਾਰਾ ਜਲਾਲ ਪਿੰਡ ਦਾ ਰੁਪਿੰਦਰ ਸਿੰਘ, ਜਿਸ ਨੌਜਵਾਨ ਦਾ ਨਾਂ ਚੱਲਦਾ ਕਬੱਡੀ ਦੀ ਕਮੈਂਟਰੀ ਦੀ ਦੁਨੀਆ ਵਿੱਚ, ਉਸ ਸਾਡੇ ਵੀਰ ਨੇ ਵੀ ਇਸ ਖੇਡ ਗਰਾਊਂਡ ਦੇ ਵਿੱਚ ਖੇਡ ਕਬੱਡੀ ਦੀ ਗੱਲ ਕੀਤੀ ਹੈ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇੱਕ ਮਿੰਟ, ਮੈਂ ਆ ਬਾਈ ਨੂੰ ਪੰਜਾਬ ਲੈਵਲ ਨੂੰ ਬੇਨਤੀ ਕਰੂੰਗਾ ਕਿ ਜਿਹੜਾ ਸਾਹਮਣੇ ਸਾਡੇ ਸਟੇਡੀਅਮ ਬਣਿਆ ਹੋਇਆ, ਸਟੇਡੀਅਮ ਦੇ ਵਿੱਚ ਕਿੰਨੇ ਸੋਹਣੇ ਦਰਸ਼ਕ ਬੈਠੇ ਆ, ਇਹਨਾਂ ਦੀ ਫੋਟੋ ਜ਼ਰੂਰ ਬਾਹਰ ਜਾਣੀ ਚਾਹੀਦੀ ਹੈ। ਜਿਹੜੇ ਸਾਹਮਣੇ ਦਰਸ਼ਕ ਸਟੇਡੀਅਮ 'ਚ ਬੈਠੇ ਆ ਉੱਪਰ, ਇਹਨਾਂ ਸਾਰਿਆਂ ਦੀ ਫੋਟੋ ਜ਼ਰੂਰ ਬਾਹਰਲੇ ਪਾ ਜਾਣੀ ਚਾਹੀਦੀ ਹੈ ਵੀਰ ਬਣ ਕੇ। ਅਗਲੇ ਮੈਚ ਦੀਆਂ ਟੀਮਾਂ ਗਾਲਬ ਕਲਾਂ ਤੇ ਬਾਬਾ ਹਰਨਾਮ ਦਾਸ ਕਲੱਬ ਜੰਗੀਆਣਾ, ਹਰਦਾਸਾ ਤੇ ਸ਼ੋਸ਼ਕ, ਸ਼ੰਕਰਾਪੁਰੀ ਕਲੱਬ ਸਾਧੂ ਵਾਲਾ ਤੇ ਹਰਗੋਬਿੰਦ ਕਲੱਬ ਸੁਨੇਰ ਚੂੜ ਚੱਕ ਤੇ ਹਰਗੋਬਿੰਦਪੁਰਾ। ਗਾਲਬ ਕਲਾਂ ਵਰਸ ਬਾਬਾ ਹਰਨਾਮ ਦਾਸ ਕਲੱਬ ਜੰਗੀਆਣਾ ਦੇ ਪਲੇਅਰ ਪਹੁੰਚ ਗਏ ਵੀ ਪੁਆਇੰਟ ਦੇ। ਹਾਂ ਵੈਰੀ ਗੁੱਡ। ਹੈਲੋ, ਵੇਟਰਾਂ ਨੂੰ ਬੇਨਤੀ ਹੈ ਕਿ 2 ਨੰਬਰ ਸਟੇਜ ਤੇ ਪਾਣੀ ਤੇ ਚਾਹ ਲੈ ਕੇ ਪਹੁੰਚਣ, 2 ਨੰਬਰ ਸਟੇਜ ਤੇ ਪਾਣੀ ਤੇ ਚਾਹ ਲੈ ਕੇ ਪਹੁੰਚਣ। ਲਓ ਸਾਹਮਣੇ ਲੱਖੇ ਨਾਲ ਮੁਕਾਬਲਾ ਮੇਰੀ ਵੀਡੀਓ ਤੇ ਪੁਆਇੰਟ ਇਸ ਲਈ ਕਹਿੰਦੇ ਸੁਨੇਹਰਾ ਵਾਲਾ ਗੱਭਰੂ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਨੌਜਵਾਨ ਬਿੰਦੂ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਕਿ ਲਾਲਾ ਪੌੜੀਆਂ ਜਿੰਨਾ ਖੋਚਾਂ ਨੇ ਬਣਾਈਆਂ, ਮਾਰ ਡੰਡ ਜਿੰਨਾ ਹਿੱਕਾਂ ਨੇ ਕਮਾਈਆਂ, ਹੱਥ ਪੱਕੇ ਕੀਤੇ ਜਿੰਨਾ ਲਾ ਚੜ ਕੇ, ਲੋਪੋ ਵਾਲਿਆਂ ਦੇਖਦੇ ਕਬੱਡੀ ਲੋਕ ਉਹਨਾਂ ਦੀ ਖੜ ਖੜ ਕੇ, ਲੋਪੋ ਵਾਲਿਆਂ ਦੇਖਦੇ ਕਬੱਡੀ ਲੋਕ ਉਹਨਾਂ ਦੀ ਖੜ ਕੇ ਖੜ ਕੇ। ਲਓ ਖੜ ਕੇ ਬੈਠ ਕੇ ਆਨੰਦ ਮਾਣਦੇ ਹੋਏ ਦਰਸ਼ਕ ਵੀਰ, ਖੇਡ ਕਬੱਡੀ ਦਾ ਸੁਨੇਹਰਾ ਪਿੰਡ ਦਾ ਨੌਜਵਾਨ ਗੱਭਰੂ ਲਾ ਤਕੜਾ ਜੱਫਾ
ਆਪਣੀ ਟੀਮ ਦੇ ਹਿੱਸੇ ਲੱਖਾਂ ਜਾਂ ਪੁਆਇੰਟ ਜੋੜਦਾ ਹੋਇਆ ਸੂਰਜ ਦੇਵਤਾ ਆਪਣੀ ਸ਼ਕਤੀ ਦਾ ਆਪਣੀ ਗਰਮੀ ਦਾ ਪ੍ਰਦਰਸ਼ਨ ਕਰ ਰਿਹਾ ਤੇ ਖਿਡਾਰੀ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹੋਏ ਖੇਡ ਗਰਾਊਂਡ ਦੇ ਵਿੱਚ ਲਓ ਧਾਵੀ ਦਾ ਬੋਲਿਆ ਹੋਇਆ ਧਾਵਾ ਤੇ ਜਾਫੀਆਂ ਨੇ ਠੱਲ ਪਾਉਣੀ ਹੈ ਲੈ ਵੇਖਦਾ ਵੀ ਸਾਹਮਣੇ ਇਸ ਵੇਲੇ ਪਈ ਹੋਈ ਕਬੱਡੀ ਤੇ ਕਿਹੋ ਜੀ ਗੱਲ ਆਉਂਦੀ ਹੈ ਲੱਖਾ ਨੌਜਵਾਨ ਪੱਕੇ ਵਾਲਾ ਵੀ ਬੜਾ ਮਸ਼ਹੂਰ ਜਾਫੀ ਖੇਡ ਕਬੱਡੀ ਦਾ ਲਓ ਸਾਹਮਣੇ ਕਰਦਾ ਹੋਇਆ ਵੱਧ ਕੇ ਟਰਾਈ ਤੇ ਫੈਸਲਾ ਕੀ ਹੈ ਸਾਡੇ ਵੀਰ ਹਰੀ ਕੇ ਵਾਲੇ ਦਾ ਵੀ ਇਹ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਇਉਂ ਨਹੀਂ 420 ਨਾਲ ਨਹੀਂ ਗੱਲ ਬਣਨੀ ਰੋੜੀ ਕਪੂਰਾ ਦੇ ਪੁਆਇੰਟ ਨੇ 8.5 ਤੇ ਸਨੇਰ ਦੇ ਪੁਆਇੰਟ 11 ਸਨੇਰ ਦੀ ਟੀਮ ਜਿਹੜੀ ਇਸ ਮੈਚ ਦੀ ਵਿਨਰ ਟੀਮ ਹੈ ਜੇਤੂ ਟੀਮ ਸਨੇਰ ਜੰਗੀਆਣਾ ਬਾਬਾ ਹਰਨਾਮ ਦਾਸ ਕਲੱਬ ਤੇ ਗਾਲਬ ਕਲਾਂ ਦੀਆਂ ਟੀਮਾਂ ਦੇ ਦਰਮਿਆਨ ਅਗਲਾ ਮੈਚ ਜਿਹੜਾ ਸ਼ੁਰੂ ਕਰਵਾ ਦਿੱਤਾ ਜਾਵੇ ਕਬੱਡੀ ਦੀ ਦੁਨੀਆ ਦਾ ਮਹਾਨ ਜਾਫੀ ਜੰਗੀਆਣੇ ਦਾ ਗੁਰਪ੍ਰੀਤ ਸਿੰਘ ਨਾਲ ਉਸਦਾ ਛੋਟਾ ਵੀਰ ਕੁਲਵਿੰਦਰ ਉਹ ਵੀ ਵਿਸ਼ੇਸ਼ ਤੌਰ ਤੇ ਕਬੱਡੀ ਦੇ ਸਟਾਰ ਖਿਡਾਰੀ ਪੁੱਜੇ ਹੈ ਇੱਕ ਮਿੰਟ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਦੋਨੇ ਟੀਮਾਂ ਹੀ ਬਹੁਤ ਤਕੜੀਆਂ ਇਹ ਬਹੁਤ ਫਸਮਾ ਮੈਚ ਹੋਣਾ ਦਰਸ਼ਕ ਸਾਹ ਬੰਦ ਕਰਕੇ ਬਹਿ ਜਾਓ ਇਸ ਮੈਚ ਨੂੰ ਦੇਖਣ ਲਈ ਬਹੁਤ ਵਧੀਆ ਮੈਚ ਜਲਦੀ ਸਟਾਰਟ ਕਰਾ ਦਿਓ ਮੇਰੇ ਵੀਰ ਬਣ ਕੇ ਮੈਚ ਸਟਾਰਟ ਕਰਨ ਲੱਗੇ ਨਾ ਟਾਈਮ ਲਾਇਆ ਕਰੋ ਜਿੰਨੀ ਜਲਦੀ ਮੈਚ ਸਟਾਰਟ ਕਰ ਦਿਓ ਉਨੀ ਛੇਤੀ 40 ਸਾਲਾ ਕਬੱਡੀ ਦਾ ਮੈਚ ਪੌਣੇ 4 ਵਜੇ ਕਰਵਾਇਆ ਜਾਵੇਗਾ ਉਹ ਵੀ ਟੀਮਾਂ ਰੈਡੀ ਰਹਿਣ ਸਾਢੇ 12 ਜਾਂ 13 ਪੁਆਇੰਟ ਜਿਸ ਟੀਮ ਦੇ ਪਹਿਲਾਂ ਹੋ ਗਈ ਉਹ ਟੀਮ ਜੇਤੂ ਹੋਵੇਗੀ ਮੈਚ ਸਟਾਰਟ ਕਰਾ ਦਿਓ ਮੈਚ ਜਲਦੀ ਰੇਡ ਸ਼ੁਰੂ ਕਰਾਓ ਬਾਬਾ ਹਰਨਾਮ ਦਾਸ ਕਲੱਬ ਜੰਗੀਆਣਾ ਤੇ ਗਾਲਬ ਕਲਾਂ ਜੈਕਟਾਂ ਬਾਹਰ ਲਾ ਕੇ ਆਖਰੋ ਪੁਆਇੰਟ ਤੇ ਯਾਰ ਗੱਲ ਨਹੀਂ ਬਣਦੀ ਹਰਦਾਸਾ ਤੇ ਸ਼ੂਸ਼ਕ ਦੀਆਂ ਟੀਮਾਂ ਅਗਲੇ ਮੈਚ ਲਈ ਤਿਆਰ ਰਹਿਣ ਹਰਦਾਸਾ ਤੇ ਸ਼ੂਸ਼ਕ ਅੱਗੇ ਹਰਦਾਸਾ ਤੇ ਸ਼ੂਸ਼ਕ ਇਹ ਵੀ ਟੀਮਾਂ ਬਹੁਤ ਤਕੜੀਆਂ ਨੇ ਦੋਨੇ ਇਹ ਵੀ ਮੈਚ ਵੇਖਣ ਯੋਗ ਆ ਹਰਦਾਸਾ ਵਰਸ ਸ਼ੂਸ਼ਕ ਇਹ ਵੀ ਤਿਆਰ ਰਹਿਣ ਪੁਆਇੰਟ ਤੇ ਜਿਨ੍ਹਾਂ ਪਲੇਅਰਾਂ ਨੇ ਚੈੱਕਅਪ ਕਰਨਾ ਹੁੰਦਾ ਦੂਸਰੀ ਟੀਮ ਦਾ ਉਹ ਬਾਕਸ ਜਿਹੜਾ ਬਣਿਆ ਜਿੱਥੇ ਟੀਮਾਂ ਖੜਦੀਆਂ ਉੱਥੇ ਚੈੱਕ ਕਰ ਲਿਆ ਕਰਨ ਯਾਰ ਮੈਚ ਸਟਾਰਟ ਕਰਾ ਦਿਓ ਮੇਰੇ ਐਂ ਨਾ ਇਹ ਕਿਉਂ ਲਾਉਂਦੇ ਆ ਯਾਰ ਹੱਦ ਹੋ ਗਈ ਇਹਨਾਂ ਲੋਕਾਂ ਦੀ ਕਹਿ ਕੇ ਥੱਕ ਗਏ ਇਹਨਾਂ ਜਲਦੀ ਨਾ ਮੈਚ ਸ਼ੁਰੂ ਕਰਾ ਦਿਓ ਜੀ ਰੇਡ ਪਾ ਜੀ ਰੇਡ ਪਾ ਗਾਲਬ ਕਲਾਂ ਤੇ ਬਾਬਾ ਹਰਨਾਮ ਦਾਸ ਕਲੱਬ ਜੰਗੀਆਣਾ ਜਿੰਨੀ ਜਲਦੀ ਕਰੋ ਜੇ ਲੇਟ ਕਰਨਗੇ ਦੋਨਾਂ ਦਾ ਪੁਆਇੰਟ ਕੱਟ ਲਿਆ ਕਰੋ ਇੱਕ ਲਓ ਜਿਹੜੀ ਟੀਮ ਗਾਲਬ ਦੀ ਉਹ ਸਟੇਜ ਵਾਲੀ ਸਾਈਡ ਹੈ ਗਾਲਬ ਕਲਾਂ ਦੀ ਟੀਮ ਸਟੇਜ ਵਾਲੀ ਸਾਈਡ ਤੇ ਦੂਸਰੇ ਪਾਸੇ ਬਾਬਾ ਨਾਮ ਦਾਸ ਕਲੱਬ ਜੰਗੀਆਣਾ ਬਹੁਤ ਤਕੜਾ ਮੈਚ ਹੋਣੇ ਹੁਣ ਜਿਹੜੇ ਅੱਗੇ ਹੋਣੇ ਆ ਸਭ ਤੋਂ ਤਕੜਾ ਮੈਚ ਆ ਉਦੋਂ ਅਰਦਾਸਾ ਵਰ ਸ਼ੂਸ਼ਕ ਉਹ ਵੀ ਮੈਚ ਬਹੁਤ ਤਕੜਾ ਇਹ ਕਲੱਬਾਂ ਹੀ ਸਮਝ ਲਓ ਜਿਹੜੀਆਂ ਕਲੱਬਾਂ ਹਰਦਾਸਾ ਤੇ ਸ਼ੂਸ਼ਕ ਦੀਆਂ ਟੀਮਾਂ ਵੀ ਅਗਲੇ ਮੈਚ ਲਈ ਤਿਆਰ ਰਹਿਣ ਸ਼ੰਕਰਾਪੁਰੀ ਕਲੱਬ ਸਾਧੂ ਵਾਲਾ ਤੇ ਹਰਗੋਬਿੰਦ ਕਲੱਬ ਸਨੇਰ ਇੱਕ ਦਰਸ਼ਕਾਂ ਮੂਹਰੇ ਬੇਨਤੀ ਜਿਹੜੇ ਆ ਭੱਜ ਕੇ ਬੈਠੇ ਆ ਇੱਕ ਹੱਥ ਬੰਨ ਕੇ ਬੇਨਤੀ ਆ ਵੀ ਇਹਨੂੰ ਹੱਥ 'ਚ ਨਹੀਂ ਫੜਨਾ ਜਿਹੜਾ ਤੁਹਾਡੇ ਅੱਗੇ ਫੜਿਆ ਹੋਇਆ ਅੱਧਾ ਅੱਧਾ ਫੁੱਟ ਪਿੱਛੇ ਉਹਦੇ ਮੇਰੇ ਵੀਰ ਬਣ ਕੇ ਮੇਰਾ ਹੱਥ ਬੰਨ ਕੇ ਮੇਰਾ ਕਹਿਣਾ ਮੰਨ ਕੇ ਅੱਧਾ ਫੁੱਟ ਇਹਦੇ 'ਚ ਕਰੰਟ ਆਉਂਦਾ ਕਿਤੇ ਵੇਖਿਓ ਬਾਈ ਚਾਂਸ ਪਤਾ ਨਹੀਂ ਲੱਗਦਾ ਹੋਰ ਨਾ ਹਾਸੇ ਦਾ ਮੜਾਸਾ ਬਣ ਜਾਏ ਅੱਧਾ ਅੱਧਾ ਫੁੱਟ ਪਿੱਛੇ ਹੋ ਜਾਓ ਇਹਨੂੰ ਹੱਥ 'ਚ ਨਹੀਂ ਫੜਨਾ ਲਓ ਗਾਲਬ ਦੀ ਟੀਮ ਦੀ ਤਰਫੋਂ ਕਹਿੰਦੇ ਨੌਜਵਾਨ ਗੁਰੀ ਗਾਲਬ ਦਾ ਕਬੱਡੀ ਪਾਉਣ ਦੇ ਲਈ ਬਿਲਕੁਲ ਤਿਆਰ ਹੈ ਜਗਰਾਉਂ ਦੇ ਲਾਗੇ ਨਾਨਕਸਰ ਦੇ ਲਾਗੇ ਬੜਾ ਮਸ਼ਹੂਰ ਪਿੰਡ ਹੈ ਮੇਰੇ ਵੀਰੋ ਸਾਢੇ 12 ਤੇ 13 ਪੁਆਇੰਟ ਜਿਸ ਟੀਮ ਦੇ ਪਹਿਲਾਂ ਹੋ ਗਏ ਉਹ ਟੀਮ ਜੇਤੂ ਹੋਵੇਗੀ ਪਈ ਹੋਈ ਕਬੱਡੀ ਤੇ ਸਾਹਮਣੇ ਵੇਖਦਾ ਵੀ ਪਾਲੀ ਜੰਗੀਆਣੇ ਦਾ
ਜਿੱਥੋਂ ਤਾਂ ਆਪਾਂ ਭਿੰਦਰ ਗਿੱਲ ਬੜਾ ਮਸ਼ਹੂਰ ਹੈ, ਲਓ ਪਾਲੀ ਨਾਲ ਗੁਰੀ ਦਾ ਮੁਕਾਬਲਾ ਤੇ ਗੁਰੀ ਗਾਲਬ ਦਾ ਪਹਿਲਾ ਡੇਢ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਗਾਲਬ ਦਾ ਮੰਦਰ, ਗਾਲਬ ਦਾ ਕਾਲਾ ਆਪਣੇ ਸਮੇਂ ਦੇ ਪ੍ਰਸਿੱਧ ਕਬੱਡੀ ਖਿਡਾਰੀ ਰਹੇ ਹੈ ਕਿ ਜ਼ਿਲ੍ਹੇ ਬਰਨਾਲੇ ਦਾ, ਕਹਿੰਦੇ ਧੌਲਾ ਪਿੰਡ ਹੈ ਇਸ ਨੌਜਵਾਨ ਗੱਭਰੂ ਦਾ, ਜਗਪਾਲ ਸਿੰਘ ਨਾਮ ਹੈ। ਲਓ ਜਗਪਾਲ ਧੌਲੇ ਵਾਲਾ ਜ਼ਿਲ੍ਹੇ ਬਰਨਾਲੇ ਨੂੰ ਬਿਲੋਂਗ ਕਰਦਾ ਖਿਡਾਰੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਬਾਬਾ ਹੋਇਆ ਕਿ ਮੋਟਰ ਮਿੱਤਰਾਂ ਦੀ ਚੱਲ ਬਰਨਾਲੇ ਚੱਲੀਏ। ਜਗਪਾਲ ਦੀ ਪਈ ਹੋਈ ਕਬੱਡੀ ਤੇ ਇੱਕ ਪਾਸੇ ਚਰਨਾ ਧੱਲੇਗੇ ਵਾਲਾ ਔਰ ਦੂਸਰੀ ਕੰਨੀ ਤੇ ਕਹਿੰਦੇ ਨੌਜਵਾਨ ਕਾਲੀ ਹੈ ਮਹਿਤੇ ਦਾ ਪੇਂਡੂ ਮਹਾਨ ਕਬੱਡੀ ਖਿਡਾਰੀ ਦਾ, ਚਰਨਾ ਧੱਲੇਗੇ ਦਾ ਕੋਸ਼ਿਸ਼ ਕਰਦਾ ਤੇ ਸਫਲਤਾ ਤਾਵੀ ਦੇ ਕਦਮ ਚੁੰਮ ਰਹੀ ਹੈ। ਇੱਧਰ ਖੁਸ਼ ਨੌਜਵਾਨ ਗਾਲਬ ਦੀ ਧਰਤੀ ਦਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਇੱਕ ਕੰਨੀ ਤੇ ਗੁਰਪ੍ਰੀਤ ਜੰਗੀਆਣੇ ਦਾ ਬਹੁਤ ਵੱਡਾ ਨਾਮ ਹੈ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਕਿ ਚੜ੍ਹਦੀ ਜਵਾਨੀ ਮੁਛ ਪੁੱਟ ਗੱਭਰੂ, ਲਾਲਾ ਜੱਫੇ ਲੈਲਾ ਮੇਲਾ ਲੁੱਟ ਗੱਭਰੂ, ਫੜ ਦਿੰਦਾ ਧਾਵੀ ਜੋ ਖਵਾਉਂਦਾ ਆਪਣੇ ਆਪ ਨੂੰ ਟਿਕਾਣੇ ਦਾ, ਜਾਫੀ ਚਰਚਾਪੁਰੀ ਦੇ ਵਿੱਚ ਆਇਆ ਗੁਰਪ੍ਰੀਤ ਜੰਗੀਆਣੇ ਦਾ, ਜਾਫੀ ਚਰਚਾਪੁਰੀ ਦੇ ਵਿੱਚ ਆਇਆ ਗੁਰਪ੍ਰੀਤ ਜੰਗੀਆਣੇ ਦਾ, ਸੁਪਰ ਸਟਾਰਾਂ ਵਿੱਚ ਨਾਮ ਹੈ ਗੁਰਪ੍ਰੀਤ ਜੰਗੀਆਣੇ ਦਾ। ਇੱਧਰ ਸਿਕਮੰਦਰ ਜੰਗੀਆਣੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਗਾਲਬ ਦਾ ਕਹਿੰਦੇ ਨੌਜਵਾਨ ਜੈਰੀ ਨਾਲ ਮੁਕਾਬਲਾ ਖੇਡ ਮੈਦਾਨ ਦੇ ਵਿੱਚ, ਪਰ ਫੈਸਲਾ ਕੀ ਹੈ ਵੀ ਇਹ ਪੁਆਇੰਟ ਜਿਹੜਾ ਸਿਕਮੰਦਰ ਜੰਗੀਆਣੇ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਗਾਲਬ ਦੇ ਗੁਰੀ ਦੀ ਭਾਜ ਬੜੀ ਮੇਰੇ ਵੀਰੋ, ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਿ ਰੇਡਰ ਦੇ ਲਈ ਭਾਜ ਜ਼ਰੂਰੀ, ਜਾਫੀ ਦੇ ਹੱਥ ਪੱਕੇ, ਜਾਫੀ ਉਹੀ ਮੰਨਿਆ ਜਾਵੇ ਜਿਹੜਾ ਉੱਡਦੀ ਰੇਡਰ ਨੂੰ ਨੱਪੇ। ਲਓ ਗੁਰਪ੍ਰੀਤ ਜੰਗੀਆਣੇ ਦਾ ਵੱਜਦੀ ਪੁਸ਼ਤ ਤੇ ਧੰਨ ਧੰਨ ਕਰਵਾਉਂਦਾ ਹੋਇਆ, ਦਰਸ਼ਕ ਮਾਰਦੇ ਹੋਏ ਤਾੜੀਆਂ ਲੈਂਦੇ ਹੋਏ ਨਜ਼ਾਰਾ ਖੇਡ ਕਬੱਡੀ ਦਾ। ਜਗਪਾਲ ਧੌਲੇ ਵਾਲਾ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਚਾਰ ਜਾਫੀ ਤਿਆਰ ਨੇ ਕਿ ਖੇਡਣੀ ਹੋਵੇ ਕਬੱਡੀ ਤੋਂ ਡੈਰੀਆਂ ਨਹੀਂ ਪਾਈਦਾ। ਗੁਰਜੀਤ ਸਿੰਘ PPL ਵੱਲੋਂ ਕਿ ਖੇਡਣੀ ਹੋਵੇ ਕਬੱਡੀ ਦੁੱਧ ਡੈਰੀਏ ਨਹੀਂ ਪਾਈਦਾ, ਪੋਹ ਮਾਘ ਵਿੱਚ ਛੱਡਣਾ ਪੈਂਦਾ ਯਾਰੋ ਨਿੱਘ ਰਜਾਈ ਦਾ, ਜੇਠ ਆਠ ਵਿੱਚ ਸਹਿਣੀ ਪੈਂਦੀ ਧੁੱਪ ਦੀ ਮਾਰ, ਮਿੱਤਰੋ ਬਣਨਾ ਸੌਖਾ ਨਹੀਂ ਕਬੱਡੀ ਦਾ ਸਟਾਰ, ਮਿੱਤਰੋ ਬਣਨਾ ਸੌਖਾ ਨਹੀਂ ਕਬੱਡੀ ਦਾ ਸਟਾਰ ਮਿੱਤਰੋ। ਲਓ ਖੁਸ਼ ਗਾਲਬ ਰਣ ਸਿੰਘ ਵਾਲਾ, ਨੌਜਵਾਨ ਗਾਲਬ ਕਲਾਂ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਗੁਰਪ੍ਰੀਤ ਜੰਗੀਆਣੇ ਵਾਲੇ ਨੇ ਕਹਿੰਦੇ ਫਿਰ ਜੱਫਾ ਲਾ ਕੇ ਹੈਟ੍ਰਿਕ ਮਾਰ ਦਿੱਤੀ ਹੈ ਮੇਰੇ ਵੀਰੋ, ਖੇਡ ਮੈਦਾਨ ਦੇ ਵਿੱਚ ਲਗਾਤਾਰ ਤਿੰਨ ਜੱਫੇ ਲਾ ਕੇ ਧੰਨ ਧੰਨ ਕਰਵਾ ਦਿੱਤੀ ਹੈ। ਇੱਧਰ ਨੌਜਵਾਨ ਸਿਕਮੰਦਰ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਉੱਧਰ ਚਰਨੇ ਧੱਲੇਗੇ ਵਾਲੇ ਨੇ ਟਰਾਈ ਕੀਤੀ ਹੈ ਪਰ ਸਫਲਤਾ ਧਾਵੀ ਦੇ ਕਦਮ ਚੁੰਮ ਰਹੀ ਹੈ। ਗੁਰੀ ਗਾਲ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਵਾਧਾ ਹੋਇਆ। ਅਗਲਾ ਮੈਚ ਹਰਦਾਸਾ ਤੇ ਸ਼ੂਸ਼ਕ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ, ਇਹ ਵੀ ਟੀਮਾਂ ਦੇ ਪਲੇਅਰ ਤਿਆਰ ਰਹਿਣ। ਹਰਦਾਸਾ ਤੇ ਸ਼ੋਸ਼ਕ ਸ਼ੰਕਰਾਪੁਰੀ ਕਲੱਬ ਸਾਧੂ ਵਾਲਾ ਜੱਫੀਆਂ ਨੂੰ 500 ਰੁਪਇਆ ਕਮੇਟੀ ਵੱਲੋਂ ਇਨਾਮ ਆ ਵੀ ਉਹ ਜਾਂਦੇ ਆਪਦਾ ਲੈ ਜਾਣ ਉਹਨਾਂ ਦੇ ਜੱਫਿਆਂ ਤੋਂ ਖੁਸ਼ ਹੋ ਕੇ। ਜੰਗੀਆਂ ਦੀ ਟੀਮ ਨੂੰ ਜਿਹੜੇ ਲਗਾਤਾਰ ਤਿੰਨ ਜੱਫੇ ਲਾਏ ਆ ਪਲੇਅਰਾਂ ਨੇ ਉਹਨਾਂ ਨੂੰ 500 ਰੁਪਇਆ ਟੀਮ ਕਮੇਟੀ ਵੱਲੋਂ। ਇਸ ਜਾਫੀ ਨੂੰ ਕਹਿੰਦੇ ਸਵਿਫਟ ਗੱਡੀ ਨਾਲ ਮਾਨ ਸਨਮਾਨ ਮਿਲੇ ਆ ਪੰਜ ਗ੍ਰਾਈ ਦੀ ਕਬੱਡੀ ਕੱਪ ਤੇ। ਜੰਗੀਆਣੇ ਦਾ ਕੁਲਵਿੰਦਰ ਸਿੰਘ ਨੇ ਟਰਾਈ ਕੀਤੀ ਹੈ ਪਰ ਗੁਰੀ ਗਾਲਬ ਵਾਲੇ ਨੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ। ਜਿੱਥੋਂ ਦਾ ਪੀਰੂ ਮਸ਼ਹੂਰ ਹੈ ਉਸੇ ਪਿੰਡ ਦਾ ਨੌਜਵਾਨ ਕਹਿੰਦੇ ਜਗਪਾਲ ਧੌਲੇ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ। ਉਧਰ ਸਾਡੇ ਵੀਰ ਪਿੰਦੇ ਹੋਣੀ, ਬਬਲੇ ਹੋਣੀ, ਜਲਾਲ ਵਾਲੇ, ਜੱਗੀ ਹੋਣੀ ਵੀ ਵਿਸ਼ੇਸ਼ ਤੌਰ ਤੇ ਪੁੱਜਿਆ, ਜੀਆਂ ਨੂੰ ਆਖਦੇ ਆ
ਇਧਰ ਲੱਗਿਆ ਹੋਇਆ ਲੱਤੀ ਕਾਲੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਜਾਫੀ ਗਾਲ ਪਿੰਡ ਦਾ, ਤੇ ਜਗਪਾਲ ਧੌਲੇ ਦਾ ਕਹਿੰਦੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਖੁਸ਼ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਗੁਰਪ੍ਰੀਤ ਜੰਗੀਆਣੇ ਦਾ ਕੁਲਵਿੰਦਰ ਪਾਲੀ ਵਰਗੇ ਕਬੱਡੀ ਦੇ ਸਟਾਰ ਖਿਡਾਰੀਆਂ ਵਿੱਚੋਂ ਵੇਖਦਾ ਵੀ ਇਸ ਵੇਲੇ ਪਾਲੀ ਨਾਲ ਮੁਕਾਬਲਾ ਲਓ। ਪਾਲੀ ਜੰਗੀਆਣੇ ਵਾਲਾ ਨੌਜਵਾਨ ਖੇਡ ਮੈਦਾਨ ਦੇ ਵਿੱਚ ਤਕੜਾ ਜੱਫਾ ਲਾਉਂਦਾ ਹੋਇਆ, ਅੱਜ ਕਹਿੰਦੇ ਕੋਟ ਕਰੋੜ ਦੀ ਧਰਤੀ ਤੇ ਕਬੱਡੀ ਦਾ ਮਹਾਕੁੰਭ ਲੱਗਿਆ ਹੋਇਆ। ਇਹ ਜਾਫੀ ਨੂੰ 100 ਰੁਪਇਆ ਮੇਰੇ ਵੱਲੋਂ ਬਾਈ ਜੀ ਸਟੇਜ ਤੇ ਲੈ ਜੇ, ਦਰਸ਼ਨ ਸਿੰਘ ਵੱਲੋਂ 100 ਰੁਪਇਆ। ਉਧਰ ਸਰਦਾਰ ਦਰਸ਼ਨ ਸਿੰਘ ਜੀ ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਵਿੱਚ ਬਤੌਰ ASI ਵੱਡੀਆਂ ਸੇਵਾਵਾਂ ਨਿਭਾਈਆਂ ਔਰ ਕਬੱਡੀ ਦੇ ਪਲੇਅਰ ਰਹੇ, ਅੱਜ ਕਹਿੰਦੇ ਕਮਾਨ ਸਾਂਭੀ ਹੋਈ ਸਟੇਜ ਦੀ, ਉਹਨਾਂ ਵੱਲੋਂ ਮਾਇਆ ਦੇ ਗੱਫੇ ਦਿੱਤੇ ਜਾ ਰਹੇ ਕਬੱਡੀ ਦੇ ਖਿਡਾਰੀਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੁਖਮੰਦਰ ਜੰਗੀਆਣੇ ਵਾਲਾ ਨੌਜਵਾਨ ਆਪਣੀ ਟੀਮ ਦੇ ਹਿੱਸੇ ਲੱਖਾਂ ਜਾਂ ਪੁਆਇੰਟ ਜੋੜਦਾ ਅਗਲੀ ਕਬੱਡੀ ਪਾਉਣ ਦੇ ਲਈ ਗਾਲਬ ਵਾਲਾ ਨੌਜਵਾਨ ਵਾਧਾ ਹੋਇਆ। ਕੋਈ ਸਮਾਂ ਸੀਗਾ ਜਦੋਂ ਗਾਲਬ ਦੇ ਚੂੜ ਚੱਕ ਦਾ ਮੈਚ ਖੇਡਿਆ ਜਾਂਦਾ ਤਾਂ ਦੁਨੀਆ ਦੂਰ ਦੂਰ ਤੋਂ ਪੁੱਜਦੀ ਸੀ ਮੇਰੇ ਵੀਰੋ ਮੰਦਰ ਹੋਣੀ, ਜਿਸ ਪਿੰਡ ਦੇ ਕਾਲੇ ਵਰਗੇ ਮਹਾਨ ਕਬੱਡੀ ਖਿਡਾਰੀਆਂ ਦੀ ਗੱਲ ਹੈ। ਲਓ ਵੇਖੋ ਸਾਹਮਣੇ ਗਾਲਬ ਵਾਲੇ ਦੀ ਪਈ ਹੋਈ ਕਬੱਡੀ ਤੇ ਜੰਗੀਆਣੇ ਵਾਲਾ ਚੜ੍ਹਦੀ ਉਮਰ ਦਾ ਗੱਭਰੂ ਪੂਰੀ ਟਰਾਈ ਕਰਦਾ ਹੋਇਆ, ਸੰਘਰਸ਼ ਜਾਰੀ ਹੈ ਦੋਨੋਂ ਹੀ ਗੱਭਰੂਆਂ ਦੇ ਦਰਮਿਆਨ ਕਿ ਜ਼ੋਰ ਤੇ ਜਵਾਨੀ ਯਾਰ ਉਮਰਾਂ ਦੀ ਖੇਡ ਵੀ ਇਹਦੇ ਵਿੱਚ ਹੁੰਦਾ ਯਾਰ, ਉਸਾਨਾ ਵਾਲਾ ਭੇੜ ਵੀ ਜ਼ੋਰ ਤੇ ਜਵਾਨੀ ਯਾਰ ਉਮਰਾਂ ਦੀ ਖੇਡ ਵੀ ਇਹਦੇ ਵਿੱਚ ਹੁੰਦਾ ਯਾਰ, ਉਸਾਨਾ ਵਾਲਾ ਭੇੜ ਵੀ। ਅਗਲਾ ਮੈਚ ਹਰਦਾਸਾ ਤੇ ਸ਼ੂਸ਼ਕ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ। ਸ਼ੰਕਰਾਪੁਰੀ ਕਲੱਬ ਸਾਧੂ ਵਾਲਾ ਤੇ ਹਰਗੋਬਿੰਦ ਕਲੱਬ ਸੁਨੇਰ ਚੂੜ ਚੱਕ ਤੇ ਹਰਗੋਬਿੰਦਪੁਰਾ, ਇਹ ਵੀ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਦੀਆਂ ਜਾਣ। ਹਰਦਾਸਾ ਵਰਸੇ ਸ਼ੂਸ਼ਕ ਪੁਆਇੰਟ ਤੇ ਪਹੁੰਚ ਗਏ ਜੀ, ਹਰਦਾਸਾ ਵਰਸੇ ਸ਼ੂਸ਼ਕ ਦੋਨੇ ਟੀਮਾਂ ਪੁਆਇੰਟ ਤੇ ਆ ਗਈਆਂ, ਇੱਕ ਨੇ ਹੱਥ ਚੱਕਿਆ ਦੂਜੀ ਨੇ ਨਹੀਂ ਚੱਕਿਆ ਯਾਰ। ਹਾਂ ਠੀਕ ਹੈ, ਵੈਰੀ ਗੁੱਡ। ਹਰਦਾਸਾ ਤੇ ਸ਼ੂਸ਼ਕ ਦੀਆਂ ਟੀਮਾਂ ਦੇ ਦਰਮਿਆਨ ਅਗਲਾ ਮੈਚ ਵੀ, ਇਹ ਮੈਚ ਵੀ ਦੇਖਣ ਵਾਲਾ, ਹਰਦਾਸਾ ਵਰਸੇ ਸ਼ੂਸ਼ਕ ਵੀ ਦੋਨੇ ਟੀਮਾਂ ਬਹੁਤ ਤਕੜੀਆਂ। ਲਓ ਇਸ ਲਈ ਕਹਿੰਦੇ ਗਾਲ ਵਾਲਾ ਨੌਜਵਾਨ ਕਬੱਡੀ ਪਾਉਂਦਾ ਹੋਇਆ, ਚਾਹੋ ਜਾਫੀਆਂ ਦੇ ਵਿੱਚੋਂ ਗੁਰਪ੍ਰੀਤ ਜੰਗੀਆਣੇ ਨੂੰ ਟੱਚ ਕਰਕੇ ਨੌਜਵਾਨ ਨੇ ਪੁਆਇੰਟ ਕਹਿੰਦੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ। ਅਗਲੀ ਕਬੱਡੀ ਪਾਉਣ ਦੇ ਲਈ ਜੰਗੀਆਣੇ ਵਾਲਾ ਗੱਭਰੂ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਕਿ ਜਿਵੇਂ ਭਰਦੇ ਨੇ ਪੰਛੀ ਉਡਾਰੀ ਅਸਮਾਨਾਂ ਵਿੱਚ, ਉਵੇਂ ਭਰਦੇ ਖਿਡਾਰੀ ਨੇ ਉਡਾਰੀ ਮੈਦਾਨਾਂ ਵਿੱਚ, ਪਰਖੇ ਜਾਣੇ ਨੇ ਜ਼ੋਰ ਜਵਾਨਾਂ ਵਿੱਚ। ਅੱਜ ਸਾਰਿਆਂ ਦੇ ਸਾਹਮਣੇ ਚੰਨ ਵਾਂਗੂ ਚਮਕੂਗਾ ਕਿਹੜਾ, ਅੱਜ ਤਾਰਿਆਂ ਦੇ ਸਾਹਮਣੇ ਦੁਨੀਆ ਭਰ ਦੇ ਮਹਾਨ ਕਬੱਡੀ ਖਿਡਾਰੀ ਪੁੱਜੇ ਹੈ। ਲਓ ਮੈਚ ਸਮਾਪਤ ਹੈ, ਇਸ ਮੈਚ ਦੇ ਵਿੱਚ ਬਾਬਾ ਹਰਨਾਮ ਦਾਸ ਕਲੱਬ ਜੰਗੀਆਣੇ ਦੀ ਟੀਮ ਜਿਹੜੀ ਵਿਨਰ ਰਹੀ ਹੈ ਜੀ, ਨੋਟ ਕਰ ਲਓ ਬਾਬਾ ਹਰਨਾਮ ਦਾਸ ਕਲੱਬ ਜੰਗੀਆਣਾ। ਹਾਂ ਜੰਗੀਆਣੇ ਦੇ ਇੱਕ ਪਲੇਅਰ ਆ ਜੇ ਇੱਥੇ ਵੀ, ਆਪਦਾ ਨਾਮ ਲੈ ਜੇ ਮੇਰੇ ਕੋਲ ਪਹੁੰਚਿਆ ਇਹਨਾਂ ਦਾ। ਹਰਦਾਸਾ ਵਰਸੇ ਸ਼ੂਸ਼ਕ ਅੱਗੇ, ਉਧਰ ਸਰਦਾਰ ਬਲਦੇਵ ਸਿੰਘ ਜੀ ਨੰਬੜਦਾਰ, ਉਹਨਾਂ ਨੇ ਬਾਬਾ ਬੋਰੇ ਵਾਲੇ ਬਾਬਾ ਮਹੇਸ਼ ਮੁਨੀ ਜੀ ਜੋ ਕਹਿੰਦੇ ਤੁਰਦਾ ਫਿਰਦਾ ਰੱਬ ਸਨ ਇਸ ਦੁਨੀਆ ਤੇ, ਉਹਨਾਂ ਦੀ ਯਾਦ ਦੇ ਵਿੱਚ 5 ਕੜਾਈ ਚੌਲਾਂ ਦੇ ਕੱਢੇ ਹੈ, ਜਿਨ੍ਹਾਂ ਵੀਰਾਂ ਨੂੰ ਜ਼ਰੂਰਤ ਹੈ ਉਹ ਲੰਗਰ ਦੇ ਵਿੱਚ ਜਾ ਕੇ ਸਾਖ ਸਕਦੇ ਆ 5 ਕੜਾਈ ਚੌਲਾਂ ਦੇ, ਜਿਹੜੇ ਸਰਦਾਰ ਬਲਦੇਵ ਸਿੰਘ ਜੀ ਨੰਬੜਦਾਰ ਨੇ ਮਹਾਨ ਮੇਰੇ ਵੀਰੋ ਸੰਤ ਬਾਬਾ ਮਹੇਸ਼ ਮੁਨੀ ਦੀ ਯਾਦ ਦੇ ਵਿੱਚ ਕੱਢੇ ਹੈ। ਇਧਰ ਸਵਰਨ ਸਿੰਘ ਜੀ ਪਹਿਲਵਾਨ ਉਹ ਬੋਰੀ ਚੁੱਕਣਗੇ ਤੇ ਜਿਹੜਾ ਹੋਰ ਕੋਈ ਸਾਡਾ ਵੀਰ ਬੋਰੀ ਚੁੱਕ ਕੇ ਦਿਖਾਵੇਗਾ 500 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣਗੇ। ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਹੈ ਸ਼ੋਸ਼ਕ ਤੇ ਹਰਦਾਸਾ। ਇਹ ਮੈਚ ਵੀ ਦਰਸ਼ਕਾਂ ਨੂੰ ਮੈਂ ਬੇਨਤੀ ਕਰਦਾ ਸਾਰ ਰੋਕ ਕੇ ਦੇਖਣ ਵਾਲਾ,
ਸ਼ੁਸ਼ਕ ਤੇ ਹਰਦਾਸਾ ਸ਼ੰਕਰਾਪੁਰੀ ਕਲੱਬ ਸਾਧੂ ਵਾਲਾ ਤੇ ਹਰਗੋਬਿੰਦ ਕਲੱਬ ਸੁਨੇਹੜ ਦੀਆਂ ਟੀਮਾਂ ਅਗਲੇ ਮੈਚ ਲਈ ਖੇਡ ਮੈਦਾਨ ਦੇ ਵਿੱਚ ਪੁੱਜਣ। ਚੂੜ ਚੱਗ ਤੇ ਹਰਗੋਬਿੰਦਪੁਰਾ ਬਾਬਾ ਬਰਮ ਦਰਿਆ ਕਲੱਬ ਸਲਿਆਣੀ ਤੇ ਰਾਜੀਆਣਾ। ਮੈਂ ਬਨਪ੍ਰੀਤ ਨੂੰ ਬੇਨਤੀ ਕਰੂੰਗਾ ਕਿ ਉਹ ਪੁਆਇੰਟ ਵਾਲੇ ਮੁੰਡੇ ਕੋਲ ਜਾਵੇ, ਉਹ ਜੋੜ ਐਡਜਸਟਮੈਂਟ ਦੋਨੇ ਰਲ ਕੇ ਕਰੋ। ਬਾਬਾ ਹੀਰਾ ਦਾਸ ਕਲੱਬ ਮਾਲਾ ਮੁੰਡੇ ਕੋਲੇ ਪਹੁੰਚੇ ਬਨਪ੍ਰੀਤ ਤੇ ਚੂੜ ਚੱਕ ਇਹ ਪੁਰਾਣੇ ਵਾਲਾ ਤੇ ਭਿੰਡਰ ਪੜਾਣਾ ਤੇ ਬਾਬਾ ਸ਼ੈਦੂ ਸਿੰਘ ਕਲੱਬ ਕੰਮਿਆਣਾ। ਇਹ ਵੀ ਟੀਮਾਂ ਆਪੋ ਆਪਣੇ ਮੈਚਾਂ ਅਨੁਸਾਰ ਤਿਆਰ ਰਹਿਣ। ਕਰਾ ਦਿਓ ਸ਼ੁਰੂ ਮੇਰੇ ਵੀਰ, ਮੈਚ ਕਰਾਓ ਯਾਰ, ਮੈਚ ਸ਼ੁਰੂ ਕਰਾ ਦਿਓ। ਰੈਫਰੀ ਸਾਹਿਬਾਂ ਮੈਚ ਕਰਾ ਦਿਓ ਜੀ, ਟਾਈਮ ਦੀ ਕਦਰ ਕਰੋ, ਟਾਈਮ ਦੀ ਮੇਰੇ ਵੀਰ, ਟਾਈਮ ਦੀ ਕਦਰ ਕਰੋ। ਸਾਡੇ 12 ਜਾਂ 13 ਪੁਆਇੰਟ ਜਿਸ ਟੀਮ ਦੇ ਪਹਿਲਾਂ ਹੋ ਗਈ ਉਹ ਟੀਮ ਜੇਤੂ ਹੋਵੇਗੀ। ਸਾਡੇ 12 ਜਾਂ 13 ਪੁਆਇੰਟ ਇਹਦੇ ਕੋਲੇ ਹੀ ਰਹਿ ਪੁਆਇੰਟਾਂ ਵਾਲੇ ਦੇ ਤੂੰ। ਮੈਚ ਸ਼ੁਰੂ ਕਰਾਓ ਜਲਦੀ ਜੀ, ਰੇਡ ਪਾਓ, ਸਮਾਂ ਬਹੁਤ ਘੱਟ ਆਪਣੇ ਕੋਲ। ਉਧਰ ਅੰਮ੍ਰਿਤਸਰ ਤੋਂ ਪੁੱਜਿਆ ਸਾਡਾ ਵੀਰ ਬੋਰੀ ਚੁੱਕ ਕੇ ਦਿਖਾ ਰਿਹਾ, ਜੇ ਕੋਈ ਹੋਰ ਬੋਰੀ ਚੁੱਕੇਗਾ ਤਾਂ 500 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣਗੇ। ਵੈਰੀ ਗੁੱਡ, ਵੈਰੀ। ਵੇਖੋ ਯਾਰ ਬੋਰੀ ਚੱਕਣੀ ਮਿੱਟੀ ਦੀ ਭਰ ਕੇ, ਉਹ ਵੀ ਢੂਈ ਦੇ ਅੱਜ ਕੱਲ ਦੇ ਮੁੰਡੇ ਦਾ। ਜ਼ੋਰਦਾਰ ਤਾੜੀਆਂ ਮਾਰ ਦੋ ਦਰਸ਼ਕ ਵੀਰੋ। ਇਧਰ ਮੈਚ ਬਹੁਤ ਤਕੜਾ ਖੇਡਿਆ ਜਾਣਾ ਹੈ ਦੋਨੋਂ ਹੀ ਟੀਮਾਂ ਦੇ ਦਰਮਿਆਨ। ਬਸ ਬਾਈ ਭਾਵਾਂ ਤਾਂ ਸਵਾਗਤੇ, ਸਟੇਜ ਨਹੀਂ ਲਿਆਉਣੀ, ਬਹੁਤ ਸ਼ਾਬਾਸ਼ ਤੇਰੇ, ਇਹ ਕੱਲੇ ਨੇ ਚੱਕੀ ਹੈ। ਇਧਰ ਸ਼ਿੰਦਾ ਸਿੰਘ ਪੁੱਜਿਆ, ਕਣਕ ਦੀਆਂ ਬੋਰੀਆਂ ਦਾ 5 ਚੱਕ ਲੈਂਦਾ ਉਹ ਯਾਰ, ਰੇਤਾ ਦੀ ਭਰੀ ਚੱਕ ਲਈ। 47 ਸਾਲ ਦੀ ਉਮਰ ਹੈ, ਕਹਿੰਦਾ ਵੀ 40 ਸਾਲ ਦੀ ਉਮਰ ਤੱਕ ਕੋਈ ਵੀ ਮੇਰੇ ਮੁਕਾਬਲੇ ਦੇ ਵਿੱਚ ਭੱਜ ਲਵੇ 1000 ਰੁਪਇਆ ਦਿੱਤਾ ਜਾਵੇਗਾ। ਇਧਰ ਮੈਚ ਸ਼ੁਰੂ ਹੈ, ਸ਼ੁਸ਼ਕ ਦੀ ਟੀਮ ਮੇਰੇ ਵੀਰੋ ਸਟੇਜ ਵਾਲੀ ਸਾਈਡ ਹੈ ਤੇ ਦੂਸਰੇ ਪਾਸੇ ਕਹਿੰਦੇ ਹਰਦਾਸੇ ਦੀ ਟੀਮ ਹੈ। ਘੋਨੀ ਦੀ ਪਾਈ ਹੋਈ ਕਬੱਡੀ ਤੇ ਚਿੰਮਾ ਢੋਡੀ ਪਿੰਡ ਦਾ ਨੌਜਵਾਨ ਗੱਭਰੂ ਖੇਡ ਮੈਦਾਨ ਦੇ ਵਿੱਚ ਕਰਦਾ ਹੋਇਆ ਟਰਾਈ। ਲਓ ਚਿੰਮਾ ਢੋਡੀ ਵਾਲਾ ਖੇਡ ਮੈਦਾਨ ਦੇ ਵਿੱਚ ਨੌਜਵਾਨ ਤਕੜਾ ਜੱਫਾ ਲਾਉਂਦਾ ਹੋਇਆ ਪਹਿਲਾ 1.5 ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਤਕੜਾ ਮੈਚ ਦੋਨੋਂ ਹੀ ਟੀਮਾਂ ਦੇ ਦਰਮਿਆਨ ਕਿ ਕੱਲੇ ਕੱਲੇ ਗੱਭਰੂ ਤੇ ਰੋਹ ਪੂਰਾ ਚੜਿਆ, ਕੌਣ ਜਾਊ ਭੱਜ, ਕੌਣ ਜਾਊ ਫੜਿਆ। ਲੱਖ ਲੱਖ ਦੀ ਕਬੱਡੀ ਅੱਜ ਪਾਉਣਗੇ ਕੱਲੇ ਕੱਲੇ ਮਿੱਤਰੋ ਜੱਫਾ, ਜਿਹੜੇ ਜਿਹੜੇ ਜਾਫੀ ਨੇ ਲਾਤਾ ਹੋ ਜੂ ਉਹਦੀ ਬੱਲੇ ਬੱਲੇ ਮਿੱਤਰੋ। 14 ਤਰੀਕ ਕਹਿੰਦੇ ਭਿੰਡਰ ਕਲਾਂ ਦੇ ਮਹਾਨ ਕਬੱਡੀ ਕੱਪ ਦੀ ਹੈ ਮੇਰੇ ਵੀਰੋ, 14 ਤਰੀਕ ਭਿੰਡਰ ਕਲਾਂ ਦੇ ਮਹਾਨ ਕਬੱਡੀ ਕੱਪ ਦੀ। ਲਾਹਰਦਿਆਲ ਹਰਦਾਸੇ ਵਾਲਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ, ਗਗਨੀ ਨੌਜਵਾਨ ਸ਼ੁਸ਼ਕ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ, ਬਲਜਿੰਦਰ ਭਿੰਡਰ ਜੀ ਇੰਗਲੈਂਡ ਦੀ ਹੇਤ ਕਬੱਡੀ ਕਲੱਬ ਵਾਲੇ ਤੇ ਨਾਲ ਸਾਡਾ ਵੀਰ ਗੋਗਾ ਭਿੰਡਰਾ ਵਾਲਾ ਆਪ ਸਭ ਨੂੰ ਸੱਦੇ ਦੇ ਰਹੇ ਆ ਭਿੰਡਰਾਂ ਦੇ ਕਬੱਡੀ ਕੱਪ ਦੀ। ਇੱਧਰ ਗਗਨੀ ਨੌਜਵਾਨ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ, ਅਗਲੀ ਕਬੱਡੀ ਨੌਜਵਾਨ ਕੇ ਪੋਤਾ ਨੂੰ ਖਿਡਾਉਣੀ ਕਬੱਡੀ ਸੀ ਬਾਪ ਦਾ ਸ਼ੌਂਕ ਵੀ, ਕਰਕੇ ਮਿਹਨਤ ਹੀ ਗੱਭਰੂ ਬਣ ਗਿਆ ਪੂਰਾ ਟੌਪ ਵੀ, ਕਰਕੇ ਮਿਹਨਤ ਹੀ ਗੱਭਰੂ ਬਣ ਗਿਆ ਹੈ ਪੂਰਾ ਟੌਪ ਵੀ। ਤਕੜੇ ਤਕੜੇ ਜਾਫੀਆਂ ਤੋਂ ਕਹਿੰਦੇ ਨਹੀਂ ਉਹ ਰੁਕਦਾ, ਨਾ ਮੈਂ 17 ਵਿੱਚ ਯਾਰੋ ਸੁੱਖ ਦਾ, ਨਾ ਮੈਂ 17 ਵਿੱਚ ਯਾਰੋ ਸੁੱਖ ਦਾ, 17 ਵਿੱਚ ਨਾਮ ਹੈ ਇਸ ਖਿਡਾਰੀ ਦਾ ਸੁੱਖ ਹਰਦਾਸੇ ਦਾ, ਬਾਪ ਸਾਧੂ ਸਿੰਘ ਦਾ ਪੁੱਤਰ, ਦੋ ਵੀਰ ਨੇ ਦੋਨੋਂ ਕਬੱਡੀ ਦੇ ਸਟਾਰ ਨੇ। ਲਓ ਸੁੱਖ ਨੇ ਇਸ ਵੇਲੇ ਪੁਆਇੰਟ ਕਹਿੰਦੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ। ਇੱਕ ਕਹਿੰਦੇ ਘੋਨੀ ਰਾਣੀਵਾਲ ਦਾ ਸ਼ੇਰ ਸਿੰਘ ਦਾ ਪੁੱਤਰ, ਦੁਨੀਆ ਭਰ ਦਾ ਮਹਾਨ ਕਬੱਡੀ ਖਿਡਾਰੀ, ਲਓ ਇਹ ਘੋਨੀ ਨੇ ਸ਼ੁਸ਼ਕ ਪਿੰਡ ਦਾ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਕਬੱਡੀ ਤੇ ਫੈਸਲਾ ਕੀ ਹੈ ਵੀ ਇਹ ਪੁਆਇੰਟ ਜਿਹੜਾ ਘੋਨੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ। ਹਰਦਿਆਲ ਸਿੰਘ ਹਰਦਾਸੇ ਦੀ ਧਰਤੀ ਦਾ, ਦੋ ਵਾਰ ਕੈਨੇਡਾ ਦੀ ਧਰਤੀ ਤੇ ਖੇਡਣ ਵਾਲਾ,
ਐਬ ਸਪੋਰਟ ਦੇ ਰੇਡਰ ਰੋਟਰੀ ਸਟੇਡੀਅਮ ਦੇ ਵਿੱਚ ਕਹਿੰਦੇ ਉਸ ਨੌਜਵਾਨ ਨੇ ਇਤਿਹਾਸਿਕ ਕਬੱਡੀਆਂ ਪਾ ਕੇ ਤੰਤਰ ਕਰਵਾਈ ਹੈ ਕਿ ਖੇਡ ਕਬੱਡੀ ਨੂੰ ਵਸਾਇਆ ਨੇ ਵਿੱਚ ਖੂਨ ਦੇ ਪਾਉਂਦਾ ਹੈ ਰੇਡ ਨਾਲ ਪੂਰੇ ਜਨੂੰਨ ਦੇ ਬੈਸਟ ਉਸ ਕੱਪ ਦਾ ਜੋ ਕਰਾਉਂਦੇ ਪੂਰੇਵਾਲ ਆ ਰੇਡਰ ਬੜਾ ਤਕਨੀਕੀ ਯਾਰੋ ਹਰਦਾਸੇ ਦਾ ਅਰਦਾਲ ਹੈ ਪੂਰੇਵਾਲ ਭਰਾਵਾਂ ਦੇ ਕਹਿੰਦੇ ਹਕੀਮਪੁਰੇ ਦੇ ਕਬੱਡੀ ਕੱਪ ਦਾ ਇਹ ਨੌਜਵਾਨ ਵੈਸਟ ਰੇਡਰ ਡਿਕਲੇਅਰ ਹੋਇਆ ਜਦੋਂ ਗਾਲਬ ਦਾ ਸੁੱਕਾ ਵੈਸਟ ਯਾਫੀ ਡਿਕਲੇਅਰ ਹੋਇਆ ਉਸ ਕਬੱਡੀ ਕੱਪ ਦਾ ਲਓ ਗਗਨੀ ਸ਼ੋਸ਼ਕ ਦਾ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਢੋਡੀ ਵਾਲੇ ਝਿੰਮੇ ਦਾ ਵੀ ਕਹਿੰਦੇ ਮਸ਼ਹੂਰ ਜਾਫੀਆਂ ਵਿੱਚ ਨਾਮ ਹੈ ਲਓ ਮੁਕਾਬਲਾ ਸਖ਼ਤ ਹੈ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਫੈਸਲਾ ਕੀ ਹੈ ਵੀ ਪੁਆਇੰਟ ਜਿਹੜਾ ਗਗਨੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਅਗਲੀਆਂ ਟੀਮਾਂ ਸਾਧੂ ਵਾਲਾ ਤੇ ਸਨੇਹਰ ਦੋਨੇ ਟੀਮਾਂ ਪਹੁੰਚ ਗਈਆਂ ਜੀ ਪੁਆਇੰਟ ਤੇ ਸਾਧੂ ਵਾਲਾ ਤੇ ਸਨੇਹਰ ਇਹ ਟੀਮਾਂ ਜਿਹੜੀਆਂ ਅਗਲੇ ਮੈਚ ਦੀਆਂ ਤਿਆਰ ਰਹਿਣ ਗੁਰਚਰਨ ਸਨੇਹਰ ਜੀ ਜਾਂ ਰੁਪਿੰਦਰ ਜਲਾਲ ਜੀ ਉਹ ਵੀ ਅਗਲੇ ਮੈਚਾਂ ਲਈ ਖੇਡ ਮੈਦਾਨ ਦੇ ਵਿੱਚ ਪੁੱਜਣ ਸੁੱਖ ਹਰਦਾਸੇ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਅੰਬੀ ਐਂਡ ਅਮਨ ਅਠੂਰ ਇੰਟਰਨੈਸ਼ਨਲ ਕਬੱਡੀ ਕਲੱਬ ਕਹਿੰਦੇ ਮੋਗੇ ਦੀ ਟੀਮ ਵੱਲੋਂ ਖੇਡਦਾ ਪੰਜਾਬ ਦੇ ਕਬੱਡੀ ਕੱਪਾਂ ਤੇ ਮੱਖਣ ਚੜਿਕ ਦੇ ਲਈ ਆ ਵੀ ਨੌਜਵਾਨ ਰਾਜੂ ਸ਼ੂਸ਼ਕ ਦਾ ਮੇਰੇ ਵੀਰੋ ਫ੍ਰਿਜਰ ਵੈਲੀ ਦੀ ਖੇਡ ਕਬੱਡੀ ਕਲੱਬ ਵੱਲੋਂ ਕੈਨੇਡਾ ਦੀ ਸ਼ੈਰ ਕੀਤੀ ਇਸ ਨੌਜਵਾਨ ਨੇ ਇਹ ਵੀ ਅੰਬੀ ਐਂਡ ਅਮਨ ਅਠੂਰ ਇੰਟਰਨੈਸ਼ਨਲ ਕਬੱਡੀ ਕਲੱਬ ਮੋਗੇ ਦੀ ਟੀਮ ਦਾ ਪਲੇਅਰ ਲਓ ਕੋਨੀ ਸ਼ੂਸ਼ਕ ਵਾਲੀ ਦੀ ਪਈ ਹੋਈ ਕਬੱਡੀ ਤੇ ਵੇਖਦਾ ਵੀ ਕਿਹੋ ਜਿਹੀ ਗੱਲ ਆਉਂਦੀ ਹੈ ਧਾਵੀ ਦਾ ਬੋਲਿਆ ਹੋਇਆ ਧਾਵਾ ਤੇ ਜਾਫੀਆਂ ਨੇ ਠੱਲ ਪਾਉਣੀ ਹੈ ਔਰ ਇਸ ਲਈ ਮੁਕਾਬਲਾ ਸਖ਼ਤ ਹੈ ਤੇ ਪੁਆਇੰਟ ਕਹਿੰਦੇ ਘੋਨੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹਰਦਿਆਲ ਹਰਦਾਸੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਉਧਰ ਬਾਬਾ ਸ਼ਿੰਦਰ ਸਿੰਘ ਜੀ ਹਰਦਾਸੇ ਵਾਲੇ ਪਾਣੀ ਦੀ ਮਹਾਨ ਸੇਵਾ ਜਲ ਦੀ ਸੇਵਾ ਕਰ ਰਹੇ ਆ ਗਰਮੀ ਦੇ ਵਿੱਚ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਲਓ ਫੜਿਆ ਗਿੱਟਾ ਛੜਾਇਆ ਗਿੱਟਾ ਹਰਦਿਆਲ ਤੇ ਰਾਜੂ ਦਾ ਮੁਕਾਬਲਾ ਮੇਰੇ ਵੀਰੋ ਐਨ ਤਕੜਾ ਮੈਚ ਹੈ ਵੇਖਦਾ ਵੀ ਇਸ ਵੇਲੇ ਝਪਟ ਕਰਾ ਰਹੀ ਹੈ ਹੰਦਾਂ ਦੇ ਦਰਮਿਆਨ ਪਈ ਹੋਈ ਟੱਕਰ ਸ਼ੇਰਾਂ ਦੀ ਹਰਦਿਆਲ ਹਰਦਾਸੇ ਦਾ ਤਕੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਨੌਜਵਾਨ ਗਗਨੀ ਸ਼ੋਸ਼ਕ ਦਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਜੇ ਤਾਂ ਮੈਚ ਦਾ ਸਵਾਦ ਆ ਰਿਹਾ ਤਾੜੀ ਮਾਰ ਦਿਓ ਦਰਸ਼ਕ ਵੀਰੇ ਖੁੱਲ ਕੇ ਪਤਾ ਲੱਗ ਜੇ ਵੀ ਕੋਟ ਕਰੋੜ ਦੇ ਵਿੱਚ ਅੱਜ ਪਹਿਲੇ ਰਾਊਂਡ ਦੇ ਵਿੱਚ ਹੀ ਤਕੜੇ ਮੈਚ ਖੇਡੇ ਜਾ ਰਹੇ ਆ ਇੱਧਰ ਪਈ ਹੋਈ ਕਬੱਡੀ ਉੱਧਰ ਇਸ਼ਾਰਾ ਕਰਦਾ ਹੋਇਆ ਅਰਜਨ ਦੇ ਤੀਰ ਵਾਂਗਰਾ ਨੌਜਵਾਨ ਗੱਭਰੂ ਵੀ ਇਹ ਪੁਆਇੰਟ ਜਿਹੜਾ ਮੇਰੇ ਹਿੱਸੇ ਜੁੜ ਚੁੱਕਿਆ ਹੈ ਲਓ ਸੁੱਖ ਅਰਦਾਸੇ ਦਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਤਿਆਰੀ ਕਰਦਾ ਹੋਇਆ ਤਕੜੇ ਮੈਚ ਨੇ ਅੱਜ ਕੋਟ ਕਰੋੜ ਦੀ ਧਰਤੀ ਹੈ ਮਹਾਨ ਕਬੱਡੀ ਖਿਡਾਰੀਆਂ ਨੂੰ ਜਨਮ ਦਿੱਤਾ ਭਾਵੇਂ ਪਿੰਦੇ ਵਰਗੇ ਸੋਨੀ ਵਰਗੇ ਮੰਦਰ ਵਰਗੇ ਗੀਤੇ ਵਰਗੇ ਇਸ ਨਗਰ ਦੇ ਮਹਾਨ ਕਬੱਡੀ ਖਿਡਾਰੀ ਪੈਦਾ ਕੀਤੇ ਹੈ ਲਓ ਸਾਹਮਣੇ ਵੇਖੋ ਵੀ ਸੁੱਕੇ ਸ਼ੂਸ਼ਕ ਵਾਲੇ ਨੂੰ ਟੱਚ ਕਰਕੇ ਨੌਜਵਾਨ ਸੁੱਖ ਹਰਦਾਸੇ ਵਾਲਾ ਆਪਣੀ ਟੀਮ ਦੇ ਹਿੱਸੇ ਲੱਖਾਂ ਵਰਗਾ ਪੁਆਇੰਟ ਜੋੜਦਾ ਕੋਨੀ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਤਿੰਨ ਜਾਫੀਆਂ ਦੇ ਵਿੱਚ ਕਹਿੰਦੇ ਝਿੰਮਾ ਢੋਡੀ ਵਾਲਾ ਔਰ ਨਾਲ ਕਹਿੰਦੇ ਨਵੇਂ ਜਾਫੀ ਹੈ ਨੌਜਵਾਨ ਵੇਖਦਾ ਵੀ ਸਾਹਮਣੇ ਕਰਦਾ ਹੋਇਆ ਟਰਾਈ ਤੇ ਨੌਜਵਾਨ ਕੋਹਨੀ ਨੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਜਿੰਨੀਆਂ ਵੀ ਟੀਮਾਂ ਪੁੱਜੀਆਂ ਜਿੰਨੇ ਵੀ ਰੱਬ ਵਰਗੇ ਦਰਸ਼ਕ ਵੀਰ ਪੁੱਜਿਆ ਸਾਰਿਆਂ ਦਾ ਇੱਥੇ ਪੁੱਜਣ ਤੇ ਪ੍ਰਬੰਧਕੀ ਕਮੇਟੀ ਵੱਲੋਂ ਜੀ ਆਇਆਂ ਨੂੰ ਆਖਿਆ ਜਾਂਦਾ ਕਿ ਬੈਠੇ ਭੁੱਖੇ ਤੇ ਧਿਆਏ ਬੜੀ ਦੂਰੋਂ ਦੂਰੋਂ ਆਏ ਦੇਖ ਖਿਡਾਰੀਆਂ ਦੇ ਸਰੀਰ ਇਹਨਾਂ ਨੂੰ ਨਾ ਕਿਸੇ ਗੱਲ ਦੀ ਘਾਟ ਰੜ ਕੇ ਬੋਲਦਾ ਕਬੱਡੀ ਦਾ ਜਨੂੰਨ ਅੱਜ ਲੋਕਾਂ ਦੇ ਸਿਰ ਚੜ ਕੇ ਬੋਲਦਾ ਕਬੱਡੀ ਦਾ ਜਨੂੰਨ ਅੱਜ ਲੋਕਾਂ ਦੇ ਸਿਰ ਚੜ ਕੇ ਕਬੱਡੀ ਦਾ ਜਨੂੰਨ ਕਹਿੰਦੇ ਰੱਬ ਵਰਗੇ ਦਰਸ਼ਕ ਵੀਰਾਂ ਦੇ ਸਿਰ ਚੜ ਕੇ ਬੋਲਣ ਵਾਲੀ ਗੱਲ ਹੈ ਤੇ ਸਾਹਮਣੇ ਸੁੱਖ ਅਰਦਾਸੇ ਵਾਲਾ ਕਬੱਡੀ ਦਾ ਸਟਾਰ ਧਾਵੀ ਹੈ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਤੇ ਗਗਨੀ ਨੇ ਕਹਿੰਦੇ ਅਗਲੀ ਕਬੱਡੀ ਪਾ ਦਿੱਤੀ ਹੈ ਖੇਡ ਮੈਦਾਨ ਦੇ ਵਿੱਚ ਲਓ ਗਗਨੀ ਦੀ ਪਈ ਹੋਈ ਕਬੱਡੀ ਤੇ ਕਿਹੋ ਜਿਹੀ
ਗੱਲ ਆਉਂਦੀ ਹੈ, ਨੌਜਵਾਨ ਦਾ ਬੋਲਿਆ ਵਾ ਧਾਵਾ ਔਰ ਝਿਮਾ ਢੋਡੀ ਵਾਲਾ ਫੜਦਾ ਗੁੱਟ ਛਡਾਇਆ ਗੁੱਟ ਲਓ ਮੁਕਾਬਲਾ ਸਖਤ ਹੈ ਤੇ ਨੌਜਵਾਨ ਗਗਨੀ ਆਪਣੀ ਟੀਮ ਦੇ ਲਈ ਲੱਖਾਂ ਦਾ ਪੁਆਇੰਟ ਜੋੜਦਾ ਸ਼ੰਕਰਾਪੁਰੀ ਕਲੱਬ ਸਾਧੂ ਵਾਲਾ ਤੇ ਹਰਗੋਬਿੰਦ ਕਲੱਬ ਸੁਨੇਹਰ ਦੀਆਂ ਟੀਮਾਂ ਅਗਲੇ ਮੈਚ ਲਈ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ। ਗੁਰਚਰਨ ਸੁਨੇਹਰ ਜੀ ਉਹ ਵੀ ਖੇਡ ਮੈਦਾਨ ਦੇ ਵਿੱਚ ਪੁੱਜਣਗੇ। ਇੱਧਰ ਹਰਦਿਆਲ ਹੈਰੀ ਹਰਜੀਤ ਐਂਡ ਤਲਵਾਰ ਕਬੱਡੀ ਕਲੱਬ ਜਗਰਾਉਂ ਦੀ ਟੀਮ ਵੱਲੋਂ ਖੇਡਦਾ ਪੰਜਾਬ ਦੇ ਕੱਪਾਂ ਤੇ ਬਹੁਤ ਤਗੜਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਕੋਹਨੀ ਸ਼ੋਸ਼ਕ ਵਾਲਾ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਕਿ ਗੋਲ ਜੇ ਉਹ ਦਾਇਰੇ ਵਿੱਚ ਹੰਦੇ ਤੋਂ ਦਿਸਦੇ ਚੜ ਜਾਂਦਾ ਚਾ ਜਦੋਂ ਖਿਡਾਰੀ ਵਿੱਚ ਦਿਸਦੇ ਵਾਰੇ ਉਹਦੇ ਜਾਮਾ ਜੀ ਨੇ ਕਾੜੇ ਦੀ ਕੱਢੀ ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ ਲਓ ਝਿਮਾ ਢੋਡੀ ਵਾਲਾ ਤੇ ਦੂਸਰੇ ਪਾਸੇ ਕੋਹਨੀ ਹੈ ਫੜਿਆ ਹੋਇਆ ਗੁੱਟ ਵੱਜੀ ਹੋਈ ਕੈਂਚੀ ਲਓ ਵੇਖਦਾ ਵੀ ਦਿਲੋਂ ਮਾਰ ਕੇ ਜਾਨ ਠਲਣੇ ਪੈਂਦੇ ਨੇ ਤੂਫਾਨ ਲਓ ਕੋਹਨੀ ਨੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ। ਸ਼ੰਕਰਾਪੁਰੀ ਕਲੱਬ ਸਾਧੂ ਵਾਲਾ ਤੇ ਹਰਗੋਬਿੰਦ ਕਲੱਬ ਸੁਨੇਹਰ ਚੂੜ ਚੱਕ ਤੇ ਹਰਗੋਬਿੰਦਪੁਰਾ ਬਾਬਾ ਵਰਮ ਦਰਿਆ ਕਲੱਬ ਸਲਿਆਣੀ ਤੇ ਰਾਜਿਆਣਾ ਬਾਬਾ ਹੀਰਾ ਦਾਸ ਕਲੱਬ ਮਾਲਾ ਤੇ ਚੂੜ ਚੱਕ ਏ ਪੁਰਾਣੇ ਵਾਲਾ ਤੇ ਭਿੰਡਰ ਪੜਾਣਾ ਤੇ ਬਾਬਾ ਸੈਦੂ ਸ਼ਾਹ ਕਲੱਬ ਕੰਮੇ ਆਣਾ ਇਹ ਵੀ ਟੀਮਾਂ ਦੇ ਪਲੇਅਰ ਗਰਾਊਂਡ 'ਚ ਪਹੁੰਚ ਜਾਣ। ਸੁੱਖ ਅਰਦਾਸੇ ਵਾਲਾ ਪੁਆਇੰਟ ਕਹਿੰਦੇ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ। ਹੈਲੋ ਗੁਰਜੀਤ ਗੀਤਾ ਜੀ ਸਾਡੇ ਬਹੁਤ ਸਤਿਕਾਰਯੋਗ ਵੀਰ ਆ ਉਹ ਇੱਧਰ ਸਟੇਜ ਦੇ ਸਾਹਮਣੇ ਪੁੱਜਣ ਕਿਉਂਕਿ ਕੋਈ ਜ਼ਰੂਰੀ ਮਾਣ ਸਨਮਾਨ ਕੀਤੇ ਜਾਣੇ ਆ। ਗੁਰਜੀਤ ਗੀਤਾ ਜੀ ਲਓ ਵੇਖੋ ਸਾਹਮਣੇ ਇਸੇ ਲਈ ਕਹਿੰਦੇ ਗਗਨੀ ਨੌਜਵਾਨ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਤੇ ਅਗਲੀ ਕਬੱਡੀ ਹਰਦਿਆਲ ਹੈਰੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹਰਦਾਸੇ ਪਿੰਡ ਦਾ ਗੱਭਰੂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਦੋਨੋਂ ਕੰਨੀਆਂ ਤੇ ਕਹਿੰਦੇ ਇੰਟਰਨੈਸ਼ਨਲ ਪੱਧਰ ਦੇ ਖਿਡਾਰੀ ਹੈ ਸੁੱਖਾ ਸ਼ੋਸ਼ਕ ਦੀ ਧਰਤੀ ਦਾ ਕਹਿੰਦੇ ਕੁਲਵਿੰਦਰ ਗਿਆਨੀ ਦਾ ਵੀਰ ਹੈ ਮੇਰੇ ਵੀਰੋ ਜਿਸ ਖਿਡਾਰੀ ਨੇ ਪੁੱਠੀ ਪਾਉਣ ਦੀ ਮੇਰੇ ਵੀਰੋ ਭਾਵੇਂ ਉਹਨਾਂ ਨੇ ਤੁਰਦੀ ਗੱਲ ਹੈ ਭਾਵੇਂ ਕੁਲਵਿੰਦਰ ਗਿਆਨੀ ਦੀ ਪੁੱਠੀ ਪਾਉਣ ਦੇ ਵਿੱਚ ਬੜੇ ਮਸ਼ਹੂਰ ਨੇ। ਇੱਧਰ ਹਰਦਿਆਲ ਨੇ ਪੁਆਇੰਟ ਕਹਿੰਦੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹਰਦਾਸੇ ਦੀ ਟੀਮ ਦੇ ਲਈ ਜੋੜ ਦਿੱਤਾ ਕੋਹਨੀ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਸਾਰੀ ਆਰਗੇਨਾਈਜ਼ਰ ਕਮੇਟੀ ਦਾ ਸਪੌਂਸਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਕੋਟ ਕਰੋੜ ਦੀ ਧਰਤੀ ਤੇ ਕਬੱਡੀ ਦਾ ਮਹਾਕੁੰਭ ਸੰਤਾਂ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਕਰਵਾਇਆ ਕਿ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜਿਹੜੇ ਮੂੰਹ ਚੋਂ ਵਾਕ ਨਿਕਲਗੇ ਉਹ ਵਿਰਥੇ ਨਹੀਂ ਜਾਣੇ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ। ਲਓ ਅਗਲੀ ਕਬੱਡੀ ਨੌਜਵਾਨ ਸੁੱਖ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਪਰਦੇਸੀ ਪੰਜਾਬੀਆਂ ਨੇ ਪੰਜਾਬ ਦੀ ਜਵਾਨੀ ਬਚਾਤੀ ਕੱਖਾਂ ਦੀ ਉਹ ਖੇਡ ਅੱਜ ਲੱਖਾਂ ਦੀ ਬਣਾਤੀ ਇਸ ਖੇਡ ਨੇ ਤਾਂ ਮੱਲ ਵੱਡੀਆਂ ਮਾਰੀ ਡਾਲਰਾਂ ਤੇ ਪੌਂਡਾਂ ਵਿੱਚ ਖੇਡਦੇ ਯਾਰੋ ਇਹ ਕਬੱਡੀ ਦੇ ਖਿਡਾਰੀ। ਲਓ ਸ਼ੂਸ਼ਕ ਵਾਲੇ ਨੇ ਕਹਿੰਦੇ ਤਕੜਾ ਜਫਾ ਲਾ ਕੇ ਆਪਣੀ ਟੀਮ ਦੇ ਹਿੱਸੇ ਲੱਖਾਂ ਦਾ ਪੁਆਇੰਟ ਜੋੜ ਦਿੱਤਾ ਅਗਲੀ ਕਬੱਡੀ ਪਾਉਣ ਦੇ ਲਈ ਗਗਨੀ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਉਧਰ ਬਲਵਿੰਦਰ ਸਿੰਘ ਕੰਡਿਆਲ ਵਾਲਾ ਸਾਡਾ ਵੀਰ ਅੱਖਾਂ ਤੋਂ ਮਨਾਖਾ ਉਹ ਪੱਗ ਬੰਨ ਕੇ ਦਿਖਾਵੇਗਾ ਉਹਦਾ ਜ਼ਰੂਰ ਮਾਨ ਸਨਮਾਨ ਕਰਨਾ। ਹੈਲੋ ਪਵਿੱਤਰ ਸਿੰਘ ਜੀ ਉਹ ਵੀ ਆਪਣਾ ਮਾਣ ਸਨਮਾਨ ਪ੍ਰਾਪਤ ਕਰਨ ਕਹਿੰਦੇ ਸਮੁੱਚੀ ਪ੍ਰਬੰਧ ਕਮੇਟੀ ਤਰਫੋਂ ਵੱਡਾ ਮਾਣ ਸਨਮਾਨ ਕੀਤਾ ਜਾ ਰਿਹਾ ਸਟੇਜ ਦੇ ਸਾਹਮਣੇ ਜਿਨ੍ਹਾਂ ਨੇ ਇਸ ਕੱਪ ਵਿੱਚ ਵੱਡਾ ਯੋਗਦਾਨ ਪਾਇਆ ਕਬੱਡੀ ਦੇ ਮਹਾਂਕੁੰਭ ਵਿੱਚ ਵੱਡਾ ਮਾਣ ਸਨਮਾਨ ਕੀਤਾ ਜਾ ਰਿਹਾ ਸਰਦਾਰ ਪਵਿੱਤਰ ਸਿੰਘ ਜੀ ਉਹ ਵੀ ਆਪਣਾ ਮਾਣ ਸਨਮਾਨ ਪ੍ਰਾਪਤ ਕਰਨ ਮੈਕਮ ਟੂ ਅਮਨ ਜੀ। ਲਓ ਇਸੇ ਲਈ ਕਹਿੰਦੇ ਹਰਦਿਆਲ ਕਬੱਡੀ ਪਾ ਰਹੇ ਮੇਰੇ ਵੀਰੋ ਹਰਦਾਸੇ ਦੀ ਧਰਤੀ ਦਾ ਕਬੱਡੀ ਦਾ ਸਟਾਰ ਖਿਡਾਰੀ ਹੈ। ਇੱਧਰ ਫੈਸਲਾ ਡਬਲ ਟੱਚ ਦਾ ਵੀ ਪੁਆਇੰਟ ਜਿਹੜਾ ਹਰਦਿਆਲ ਦੇ ਹਿੱਸੇ ਹਰਦਾਸੇ ਦੀ ਟੀਮ ਦੇ ਹਿੱਸੇ ਐਡਜਸਟ ਹੋ ਗਿਆ।
ਮੈਚ ਸਮਾਪਤ ਹੈ ਜੇ ਤਾਂ ਮੈਚ ਵਧੀਆ ਲੱਗਿਆ ਤਾੜੀ ਮਾਰ ਦਿਓ ਦਰਸ਼ਕ ਵੀ ਦਿਓ। ਕਹਿੰਦੇ ਵੀ ਇਸ ਮੈਚ ਦਾ ਰਿਜ਼ਲਟ ਬੜਾ ਰੋਮਾਂਚਕ ਹੈ, ਇੰਟਰਸਟਿੰਗ ਹੈ। ਸ਼ੂਸ਼ਕ ਦੇ ਪੁਆਇੰਟ ਨੇ 12 ਤੇ ਹਰਦਾਸੇ ਦੇ ਪੁਆਇੰਟ ਵੀ 12, ਪਰ ਪਹਿਲਾ ਪੁਆਇੰਟ ਕਬੱਡੀ ਜਗ ਦੇ ਵਿੱਚ ਡੇਢ ਅੰਕ ਦਾ ਗਿਣਿਆ ਜਾਂਦਾ, ਉਹ ਹਰਦਾਸੇ ਦੀ ਟੀਮ ਦੇ ਹਿੱਸੇ ਐਡਜਸਟ ਹੋਇਆ। ਅੱਧੇ ਪੁਆਇੰਟ ਤੇ ਹਰਦਾਸੇ ਦੀ ਟੀਮ ਇਸ ਮੈਚ ਦੇ ਵਿੱਚ ਵਿਨਰ ਟੀਮ ਰਹੀ ਹੈ, ਜੇਤੂ ਟੀਮ ਰਹੀ ਹੈ। ਹੈਲੋ ਸੁਖਜਿੰਦਰ ਸਿੰਘ ਜੀ ਡੇਰੀ ਵਾਲੇ, ਅੰਗਰੇਜ਼ ਸਿੰਘ ਜੀ ਉਹ ਵੀ ਆਪਣਾ ਮਾਣ ਸਨਮਾਨ ਪ੍ਰਾਪਤ ਕਰਨ, ਅੰਗਰੇਜ਼ ਸਿੰਘ ਜੀ ਡੈਰੀ ਵਾਲੇ, ਸੁਖਜਿੰਦਰ ਸਿੰਘ ਜੀ ਉਹ ਵੀ ਆਪਣਾ ਮਾਣ ਸਨਮਾਨ ਪ੍ਰਾਪਤ ਕਰਨ। ਟੀਮ ਅਨਾਊਂਸ ਕਰੋ ਜੀ ਖੇਡ ਮੈਦਾਨ ਵਿੱਚ। ਖੇਡ ਮੈਦਾਨ ਦੇ ਵਿੱਚ ਮੈਚ ਸ਼ੁਰੂ ਹੋਣ ਜਾ ਰਿਹਾ। ਇੱਕ ਪਾਸੇ ਸਵਾਮੀ ਸ਼ੰਕਰਾਪੁਰੀ ਕਲੱਬ ਸਾਧੂ ਵਾਲਾ, ਦੂਸਰੇ ਪਾਸੇ ਸ੍ਰੀ ਹਰਗੋਬਿੰਦ ਸਾਹਿਬ ਯੂਥ ਕਲੱਬ ਸਨੇਰ ਦੀ ਟੀਮ ਖੇਡੇਗੀ। ਭਾਈ ਗੁਰਚਰਨ ਜਲਦੀ ਸਟਾਰਟ ਕਰਾ ਦੇ, ਜਲਦੀ ਮੈਚ ਸ਼ੁਰੂ ਹੋਣ ਜਾ ਰਿਹਾ ਜੀ। ਖੇਡ ਮੈਦਾਨ ਦੇ ਛਿੰਦੇ ਨੇ ਇਸ ਟਰੈਕ ਦੇ ਚੱਕਰ ਲਾਉਣੇ ਹੈ, ਸੋ ਇਹਦਾ ਵੀ ਮਾਨ ਸਨਮਾਨ ਤੁਸਾਂ ਨੇ ਕਰਨਾ ਹੈ। ਹਾਂ ਮੈਚ ਜਲਦੀ ਸਟਾਰਟ ਕਰਾ ਦਿਓ। ਇਸ ਤੋਂ ਅੱਗੇ ਜਿਹੜਾ ਮੈਚ ਖੇਡਿਆ ਜਾਣਾ ਹੈ, ਚੂੜ ਚੱਕ ਵਰਸ ਹਰਗੋਬਿੰਦਪੁਰਾ, ਬਾਬਾ ਬ੍ਰਹਮ ਦਰਿਆ ਕਲੱਬ ਸੁਲਿਹਾੜੀ ਵਰਸੇ ਰਾਜਿਆਣਾ, ਇਹ ਵੀ ਟੀਮਾਂ ਵੇਟਿੰਗ ਰੂਮ ਦੇ ਵਿੱਚ ਪੁੱਜ ਜਾਣ। ਸਾਧੂ ਵਾਲਾ ਕਿਹੜੇ ਪਾਸੇ ਜੀ? ਸਾਧੂ ਵਾਲਾ ਬਿਲਕੁਲ ਦੱਸਾਂਗੇ ਜੀ, ਤੁਹਾਡੇ ਵਾਲੇ ਪਾਸੇ ਸਾਧੂ ਵਾਲਾ ਜੀ, ਸਟੇਜ ਵਾਲੇ ਪਾਸੇ। ਸਾਢੇ 6 ਜਾਂ 7 ਜਿੱਤਾਂ ਰੋਣੀ ਹੈ, ਸਾਰੀਆਂ ਟੀਮਾਂ ਨੋਟ ਕਰ ਲੈਣ। ਜਿਹੋ ਜਿਹੇ ਮੁਕਾਬਲੇ ਹੁੰਦੇ ਨੇ ਉਹੋ ਜਿਹਾ ਸਮਾਂ ਦੇ ਕੇ ਇਹ ਕਬੱਡੀ ਦੇ ਮਹਾਂਕੁੰਭ ਨੂੰ ਬਿਲਕੁਲ ਲਾਗੇ ਲੈ ਕੇ ਜਾ ਰਹੇ ਨੇ। 51 ਤੇ 41,000 ਰੁਪਏ ਦੀ ਗੱਲ ਲਾਓ। ਖੇਡ ਮੈਦਾਨ ਦੇ ਵਿੱਚ ਬਿੱਲਾ ਅਕੈਡਮੀ ਪਹਿਲੀ ਕਬੱਡੀ ਪਾ ਰਿਹਾ। ਕਰਮੂ ਵਾਲਾ ਪਿੰਡ ਹੈ ਇਸ ਨੌਜਵਾਨ ਦਾ, ਸਾਧੂ ਵਾਲੇ ਦੇ ਲਈ ਖੇਡਣ ਦੇ ਲਈ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ। ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਕਿ ਤਾਕਤ ਵਰਦੀ ਆ ਦੋਹੇ ਖੇਡਾਂ ਕੌਡੀ ਤੇ ਭਲਵਾਨੀ। ਪਹਿਲਾ ਮਾਰ ਗੁਰੂ ਤੋਂ ਖਾੜੇ ਤੇ ਕੰਮ ਨੀ ਕੋਈ ਆਸਾਨੀ, ਖਾਣ ਖੁਰਾਕਾਂ ਨਾਲ ਸ਼ੌਕ ਦੇ ਆਪੇ ਬੋਲੇ ਜਵਾਨੀ, ਥਾਪੀ ਮਾਰ ਜਦ ਆਉਣ ਅਖਾੜੇ ਤੇ ਗੁਰਜ ਪਵੇ ਅਸਵਾਨੀ। ਜਿਤਨੀ ਸੌਖੀ ਨੀ ਕੌਡੀ ਤੇ ਭਲਵਾਨੀ, ਜਿਤਨੀ ਸੌਖੀ ਨੀ ਕੌਡੀ ਤੇ ਭਲਵਾਨੀ। ਹਾਂਜੀ ਆਹ ਛਿੰਦਾ ਸਿੰਘ ਹੈ ਸਕੂਲ ਦਾ ਵੀ ਗਰਾਊਂਡ ਦੇ ਵਿੱਚ, ਇਹ ਕਹਿੰਦਾ ਵੀ ਕੋਈ ਵੀ ਮੈਂ ਇਹਦੀ ਉਮਰ 48 ਸਾਲ ਆ, ਕਹਿੰਦਾ 40 ਸਾਲ ਦਾ ਕੋਈ ਬੰਦਾ ਗਰਾਊਂਡ 'ਚ ਆ ਕੇ ਮੇਰੇ ਨਾਲ 40 ਸਾਲ ਦਾ ਹੋਵੇ ਉਹ ਮੇਰੇ ਨਾਲ ਭੱਜ ਸਕਦਾ, ਉਹਦੀ ਝੰਡੀ ਆ ਕੋਈ 40 ਸਾਲ ਦਾ ਜੇ ਇਹਦੀ ਉਮਰ 48 ਸਾਲ। ਠੀਕ ਆ ਜੀ। ਦੂਸਰੇ ਪਾਸੇ ਬਲਵਿੰਦਰ ਸਿੰਘ ਕੁੰਡਿਆਲ ਵਾਲੇ, ਅੱਖਾਂ ਤੋਂ ਮਰਾਖੇ ਨੇ ਪੱਗ ਬੰਨ ਕੇ ਖਾ ਰਹੇ ਨੇ, 40 ਸਾਲ ਦਾ ਦੌੜਦੇ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਕਬੱਡੀ, ਸ਼ਮਸ਼ੇਰ ਸਿੰਘ ਸ਼ੇਰੇ ਦੀ ਕਬੱਡੀ ਹੈ, ਅੰਗਰੇਜ਼ ਸਿੰਘ ਮੈਂਬਰ ਦੇ ਪੁੱਤ ਦੀ ਪਾਈ ਹੋਈ ਕਬੱਡੀ। ਅੱਗੇ 4 ਜਾਫੀ ਆ ਸਾਹਮਣੇ, ਹੋਰ ਦੇਖਾਂਗੇ ਖੇਡ ਮੈਦਾਨ ਦੇ ਵਿੱਚ। ਆਓ ਸਾਹਮਣੇ ਪਾਈ ਹੋਈ ਕਬੱਡੀ, ਇੱਕ ਪਾਸੇ ਸਾਧੂ ਵਾਲੇ ਦਾ ਘੋਨਾ ਤੇ ਦੂਸਰੇ ਪਾਸੇ ਸ਼ਮਸ਼ੇਰ ਸਿੰਘ ਹੈ। ਅਜੇ ਵੀ ਤੁਸੀਂ ਠੀਕ ਨਾ, ਸਕੂਲ ਵਾਲਾ ਕੋਈ ਆ ਸਕਦਾ, ਅਜੇ ਖੜ ਜਾ ਆ ਸਕਦਾ ਕੋਈ? ਹੈਲੋ ਕਾਕਾ, ਕਬੱਡੀ ਖਿਡਾਰੀ ਐਂਟਰੀਆਂ ਵਾਲੀ ਸਟੇਜ ਤੇ ਆਵੇ ਕਾਕਾ। ਹਰਗੋਬਿੰਦਪੁਰਾ, ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ ਬਿੱਲੇ ਦੀ ਹੈ,
ਔਰ ਦੂਸਰੇ ਪਾਸੇ ਦਵਿੰਦਰ ਸਿੰਘ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇਡ ਮੈਦਾਨ ਦੇ ਵਿੱਚ। 72 ਕਿਲੋ ਟੀਮਾਂ ਜਿਹੜੀਆਂ 72 ਕਿਲੋ ਉਹ ਅਸੀਂ ਇਹਨਾਂ ਤਿੰਨ ਮੈਚਾਂ ਤੋਂ ਬਾਅਦ ਉਹਨਾਂ ਦੇ ਮੈਚ ਕਰਾਉਣੇ ਆ, ਉਹ ਤਿਆਰ ਰਹਿਣ। 72 ਕਿਲੋ ਦੀਆਂ ਟੀਮਾਂ ਦਾ ਜਿਹੜੀਆਂ ਹੈਗੀਆਂ ਸੈਮੀਫਾਈਨਲ ਮੈਚ ਅਸੀਂ ਉਹਨਾਂ ਦਾ ਮੈਚ ਕਰਾਉਣਾ। ਜਦੋਂ ਆ ਤਿੰਨ ਮੈਚ ਰਹਿੰਦੇ, ਜਦੋਂ ਮੈਚ ਹੋ ਗਏ ਉਹ ਤਿਆਰ ਰਹਿਣ, ਸਾਡੇ ਲਾਗੇ ਰਹਿਣੇ ਨਾ, ਵੀ ਜਦੋਂ ਅਸੀਂ ਅਨਾਊਂਸ ਕਰੀਏ ਤਾਂ ਆਉਣ ਹੀ ਨਾ। 72 ਕਿਲੋ ਦੀਆਂ ਟੀਮਾਂ ਚੂੜ ਚੱਕ ਵਰਸ ਸਰਾਵਾਂ, ਕੰਡਿਆਲ ਵਰਸ ਚੱਕ ਗਿਲਜੇ ਵਾਲਾ। ਇਹ 72 ਕਿਲੋ ਦੇ ਦੋ ਮੈਚ ਹੋਣੇ ਆ, ਪਹਿਲਾ ਮੈਚ ਚੂੜ ਚੱਕ ਵਰਸ ਸਰਾਵਾਂ, ਦੂਜਾ ਕੰਡਿਆਲ ਵਰਸ ਚੱਕ ਗਿਲਜੇ ਵਾਲਾ। ਅਸੀਂ ਇੰਨਾ ਫਾਈਨਲ ਓਪਨ ਦੇ ਮੈਚਾਂ ਤੋਂ ਬਾਅਦ ਉਹਨਾਂ ਦਾ ਮੈਚ ਸਟਾਰਟ ਕਰਾ ਦੇਣਾ। ਇਸ ਮੁਕਾਬਲੇ ਦੇ ਵਿੱਚ ਸਾਧੂ ਵਾਲੇ ਦੀ ਟੀਮ ਜਿੱਤ ਚੁੱਕੀ ਹੈ ਜੀ, ਨੋਟ ਕੀਤਾ ਜਾਵੇ। ਬਾਈ ਪਿੰਦਾ ਐਂਟਰੀਆਂ ਵਾਲੀ ਸਟੇਜ ਤੇ ਆਵੇ। ਬਾਈ ਪਿੰਦਾ ਆ ਸਾਧੂ ਵਾਲਾ ਜੇਤੂ ਜੀ। ਹਾਂਜੀ ਹਾਂਜੀ ਹਾਂ, ਮੈਚ ਜਲਦੀ ਸ਼ੁਰੂ ਕਰਾ ਦਿਓ। ਚੂੜ ਚੱਕ ਤੇ ਹਰਗੋਬਿੰਦਪੁਰ ਅੱਗੇ ਆ ਜੀ। ਸਲਿਆਣੀ ਵਰਸ ਰਾਜਿਆਂ ਦੀਆਂ ਦੋਨੇ ਟੀਮਾਂ ਪੁਆਇੰਟ ਤੇ ਪਹੁੰਚਣ, ਸਲਿਆਣੀ ਵਰਸ ਰਾਜਿਆਂ ਦੀਆਂ ਟੀਮਾਂ ਹੱਥ ਖੜਾ ਕਰਨ ਪੁਆਇੰਟ ਤੇ। ਹਾਂਜੀ, ਚੂੜ ਚੱਕ ਵਰਸ ਹਰਗੋਬਿੰਦਪੁਰਾ, ਇਹ ਮੈਚ ਸ਼ੁਰੂ ਕਰਾ ਦਿੱਤਾ ਜਾਵੇ ਖੇਡ ਮੈਦਾਨ ਦੇ ਵਿੱਚ। ਬਾਬਾ ਧਰਮ ਸਿੰਘ ਧਰਮ ਦਰਿਆ ਕਲੱਬ, ਬਾਬਾ ਬ੍ਰਹਮ ਦਰਿਆ ਕਲੱਬ ਸੁਲਿਹਾਣੀ ਤੇ ਰਾਜਿਆਣਾ, ਇਹ ਦੋਨੇ ਟੀਮਾਂ ਪੁਆਇੰਟ ਤੇ ਪਹੁੰਚਣ। ਤਕਰੀਬਨ ਸਾਰੀਆਂ ਟੀਮਾਂ ਵੇਟਿੰਗ ਰੂਮ ਦੇ ਵਿੱਚ ਆ ਜਾਓ, ਕਿਉਂਕਿ ਅਸੀਂ ਦਾਨੀ ਸੱਜਣਾ ਦਾ ਵੀ ਜ਼ਿਕਰ ਕਰਨਾ, ਅਸੀਂ ਸਵੇਰ ਤੋਂ ਨਹੀਂ ਕਰ ਸਕੇ ਜ਼ਿਕਰ, ਇਸ ਲਈ ਦੋਨੋਂ ਟੀਮਾਂ ਦਾ ਮੈਚ ਸ਼ੁਰੂ ਕੀਤਾ ਜਾਵੇ। ਅੱਗੇ ਮਾਲਾ ਵਰਸ ਚੂੜ ਚੱਕ ਏ, ਇਹ ਵੀ ਆਏ ਉੱਥੇ, ਮਾਲਾ ਵਰਸ ਚੂੜ ਚੱਕ ਏ, ਪੁਰਾਣੇ ਵਾਲਾ ਵਰਸ ਭਿੰਡਰ, ਪੁਰਾਣਾ ਵਰਸ ਸਿੱਧੂ ਕਲੱਬ, ਬਾਬਾ ਸਿੱਧੂ ਕਲੱਬ ਕੰਮਿਆਣਾ। ਇਹ ਟੀਮਾਂ ਆਪਣੇ ਪੁਆਇੰਟ ਦੇ ਨੇੜੇ ਪਹੁੰਚ ਜਾਣ। ਬਾਬਾ ਬ੍ਰਹਮ ਦਰਿਆ ਕਲੱਬ ਸਲਿਆਣੀ ਦੇ ਰਾਜਿਆਣਾ ਦੋਨੇ ਟੀਮਾਂ ਪਹੁੰਚਣ ਪੁਆਇੰਟ ਤੇ, ਜੇ ਪਹੁੰਚਦੀਆਂ ਹੱਥ ਖੜਾ ਕਰਨ ਦੋਨੋਂ ਟੀਮਾਂ ਜਲਦੀ ਤੋਂ ਜਲਦੀ। ਬਾਬਾ ਬ੍ਰਹਮ ਦਰਿਆ ਕਲੱਬ ਸੁਲਿਹਾਣੀ, ਰੈਫਰੀ ਸਾਹਿਬ ਮੈਚ ਸ਼ੁਰੂ ਕਰਾ ਦਿਓ ਇਹਨਾਂ ਦਾ। ਮੈਚ ਦਰਸ਼ਨ ਸਿੰਘ ਜੀ ਸ਼ੁਰੂ ਕਰਾਉਣ ਜਾ ਰਹੇ ਹਾਂ ਰਾਜਿਆਣਾ ਪਿੰਡ, ਜਲਦੀ ਤੋਂ ਜਲਦੀ ਦੋਨੋਂ ਟੀਮਾਂ ਵੇਟਿੰਗ ਰੂਮ ਦੇ ਵਿੱਚ ਆ ਜਾਣ। ਹੈਲੋ, ਨਾਲ ਹੀ ਬਾਬਾ ਹੀਰਾ ਦਾਸ ਕਲੱਬ ਮਾਲਾ ਤੇ ਚੂੜ ਚੱਕ ਇਹ ਟੀਮਾਂ ਜਲਦੀ 10:30 ਤੇ 11 ਦੇ ਜੇਤਾ ਰਹੂਗੀ। ਠੀਕ ਆ ਜੀ। ਹਾਂਜੀ, ਨੀਲਾ ਮੈਂਬਰ, ਨੀਲਾ ਮੈਂਬਰ ਜਿਹੜਾ ਡਬਈ ਗਿਆ ਹੋਇਆ, ਡਬਈ ਦੇ ਵਿੱਚੋਂ ਨੈੱਟ ਤੇ ਆ, ਉਹ ਸਾਰਾ ਟੂਰਨਾਮੈਂਟ ਬੈਠਾ ਤੱਕ ਰਿਹਾ, ਉਹਨੇ ਫੋਨ ਕੀਤਾ ਵੀ ਮੈਂ ਸਾਰਾ ਕੁਝ ਟੂਰਨਾਮੈਂਟ ਦੇਖ ਰਿਹਾ। ਨੀਲਾ ਮੈਂਬਰ ਡਬਈ ਤੋਂ। ਹਾਂਜੀ, ਮੈਚ ਸ਼ੁਰੂ ਆ, ਲਓ ਖੇਡ ਮੈਦਾਨ ਦੇ ਵਿੱਚ ਮੈਚ ਸ਼ੁਰੂ ਹੋਣ ਜਾ ਰਿਹਾ ਤੇ ਨਾਲ ਆਪਾਂ ਉਹਨਾਂ ਐਨ ਆਰ ਆਈ ਭਰਾਵਾਂ ਦਾ ਚੂੜ ਚੱਕ ਇੱਧਰ ਆਈ, ਚੂੜ ਚੱਕ ਬਿਲਕੁਲ ਬੋਲ ਕੇ ਦੱਸਦੇ ਜੀ, ਚੂੜ ਚੱਕ ਦੀ ਟੀਮ ਜਿਹੜੀ ਸਟੇਜ ਵਾਲੇ ਪਾਸੇ ਹੈ, ਔਰ ਦੂਸਰੇ ਪਾਸੇ ਆਪਾਂ ਹਰਗੋਬਿੰਦਪੁਰੇ ਦੀ ਟੀਮ ਨੂੰ ਦੇਖ ਰਹੇ ਹਾਂ। ਨਾਲ ਵਿਸ਼ੇਸ਼ ਧੰਨਵਾਦ ਕਰਾਂਗੇ ਆਪਾਂ ਮਾਤਾ ਚੰਦ ਕੌਰ ਜੀ, ਉਹਨਾਂ ਦੀ ਯਾਦ ਦੇ ਵਿੱਚ ਸਤਿਕਾਰਯੋਗ ਸਰਦਾਰ ਕੁਲਵਿੰਦਰ ਸਿੰਘ ਜੀ ਜੋ ਪ੍ਰਧਾਨ ਨੇ, ਜਨਰਲ 76 ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ, ਉਸ ਪਰਿਵਾਰ ਵੱਲੋਂ ਮਾਤਾ ਜਰਨੈਲ ਕੌਰ ਜੀ, ਸਰਦਾਰ ਕੁਲਵਿੰਦਰ ਸਿੰਘ ਜੀ ਪ੍ਰਧਾਨ, ਸਰਦਾਰ ਜਸਵਿੰਦਰ ਸਿੰਘ ਜੀ,
ਮਨਜੀਤ ਸਿੰਘ ਜੀ ਕੈਨੇਡਾ ਵਾਲੇ 71,000 ਰੁਪਇਆ ਉਹਨਾਂ ਨੇ ਸਾਨੂੰ ਵੱਡੀ ਰਾਸ਼ੀ ਦਿੱਤੀ ਆਪਣੀ ਨੇਕ ਕਮਾਈ ਦੇ ਵਿੱਚ, ਆਪਾਂ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਸਾਰੇ ਪਰਿਵਾਰਾਂ ਦਾ। ਸਾਡੇ 12 ਜਾਂ 13 ਤੇ ਜੇਤਾ ਰੋਣੀ ਜੀ ਇਸ ਮੁਕਾਬਲੇ ਦੀ ਨੋਟ ਕੀਤਾ ਜਾਵੇ। ਠੀਕ ਆ ਜੀ, ਨਾਲ ਦੀ ਨਾਲ ਅਫੀਸ਼ੀਅਲ ਵੀਰਾਂ ਨੂੰ ਬੇਨਤੀ ਕਿ ਮੈਚ ਸ਼ੁਰੂ ਕੀਤੇ ਜਾਣ। ਅਰਨਾਲੀ ਮਹਾਂਪੁਰਸ਼ ਸੰਤ ਬਾਬਾ ਗੁਰਦੇਵ ਸਿੰਘ ਜੀ ਜਿਨ੍ਹਾਂ ਨੇ ਅੱਜ ਦੇ ਇਸ ਕਬੱਡੀ ਦੇ ਮਹਾਂਕੁੰਭ ਦੇ ਵਿੱਚ ਪਹਿਲਾ ਇਨਾਮ 51,000 ਰੁਪਇਆ ਦੇਣਾ ਹੈ, ਸੋ ਉਹਨਾਂ ਮਹਾਂਪੁਰਸ਼ਾਂ ਦਾ ਵੀ ਆਪਾਂ ਧੰਨਵਾਦ ਕਰਾਂਗੇ। ਸਤਿਕਾਰਯੋਗ ਸਰਦਾਰ ਸੁਰਜਨ ਸਿੰਘ ਜੀ, ਸਰਦਾਰ ਚੰਦ ਸਿੰਘ ਜੀ ਖੋਸਾ, ਈ ਐਕਸ ਮਾਰਕੀਟ ਕਮੇਟੀ ਮੈਂਬਰ ਨੇ, ਉਹਨਾਂ ਵੱਲੋਂ 41,000 ਰੁਪਇਆ ਪਲੱਸ 2 ਕੱਪ ਜਿਹੜੇ ਜੇਤੂ ਟੀਮਾਂ ਦੇ ਬੈਸਟ ਰੇਡਰ ਤੇ ਜਾਫੀਆਂ ਨੂੰ ਦਿੱਤੇ ਜਾਣੇ ਹੈ, ਉਹਨਾਂ ਪਰਿਵਾਰਾਂ ਦਾ ਵੀ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ। ਨਾਲ ਹੀ ਸਤਿਕਾਰਯੋਗ ਸਰਦਾਰ ਚਰਨਜੀਤ ਸਿੰਘ ਜੀ ਆਸਟ੍ਰੇਲੀਆ ਦੇ ਵਿੱਚ ਬੈਠੇ ਨੇ, ਸਵਰਗਤ ਸਰਦਾਰ ਦਰਸ਼ਨ ਸਿੰਘ ਜੀ ਉਹਨਾਂ ਦੇ ਸਪੁੱਤਰ, ਉਹਨਾਂ ਨੇ ਉਹਨਾਂ ਦੀ ਯਾਦ ਦੇ ਵਿੱਚ 72 ਕਿਲੋ ਦਾ ਪਹਿਲਾ ਇਨਾਮ 15,000 ਰੁਪਇਆ ਸਰਦਾਰ ਗੁਰਜੀਤ ਸਿੰਘ ਜੀ ਸਾਡੇ ਪੰਜਾਬ ਪੁਲਿਸ ਵਾਲੇ ਉਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ, ਉਹਨਾਂ ਦਾ ਵੀ ਆਪਾਂ ਵਿਸ਼ੇਸ਼ ਧੰਨਵਾਦ ਕਰਾਂਗੇ। ਹੈਲੋ ਬਲਵਿੰਦਰ ਸਿੰਘ ਨੇ, ਪੱਗ ਬੰਨੀ ਅੱਖਾਂ ਦੀ ਜੋਤ ਨਹੀਂ ਹੈ, ਜ਼ਰੂਰ ਮਾਣ ਸਨਮਾਨ ਕਰਿਆ ਜੇ, ਤਾੜੀਆਂ ਮਾਰ ਦਿਓ ਸਿਰਾਜਵਾਲ ਦੇ ਲਈ। ਹੈਲੋ, ਕੋਈ ਵੀ ਟੀਮ ਜਿਹੜੀ ਕਿਰਾਇਆ ਲੈਣ ਆਉਂਦੀ ਆ ਉਹ ਭਾਈ ਕੋਈ ਜੰਗਲਾਂ ਨਾਲ ਟੱਪ ਕੇ ਆਵੇ, ਉਹ ਜੋ ਵੀ ਰਸਤਾ ਬਣਾਇਆ ਗਿਆ ਉੱਧਰ ਦੀ ਆਵੇ। ਸਲਿਆਣੀ ਵਰਸਜ ਰਾਜੇ ਹਨ, ਜੇ ਟੀਮਾਂ ਪੁਆਇੰਟ ਤੇ ਪਹੁੰਚ ਗਈਆਂ ਹੱਥ ਖੜਾ ਕਰਨ। ਸਲਿਆਣੀ ਵਰਸ ਰਾਜੇ ਹਨ, ਬਾਬਾ ਬ੍ਰਹਮ ਦਰਿਆ ਕਲੱਬ ਸਲਿਆਣੀ ਰਾਜੇ ਹਨ, ਰਾਜੇ ਹਨ, ਰਾਜੇ ਹਨ ਵੀ ਪਹੁੰਚ ਗਏ। ਇਸ ਰਾਊਂਡ ਤੋਂ ਬਾਅਦ ਅਸੀਂ ਪਹਿਲੇ ਤੋਂ ਬਾਅਦ 40 ਸਾਲਾਂ ਦਾ ਸ਼ੋ ਮੈਚ ਕਰਾਵਾਂਗੇ। ਦੋਨਾਂ ਟੀਮਾਂ ਨੂੰ ਬੇਨਤੀ, ਉਹ ਵੀ ਆਪਣੀ ਤਿਆਰੀ ਖਿੱਚ ਲੈਣ। ਨਾਲ ਹੀ ਸਾਡੇ ਵੀਰ ਆਸਟ੍ਰੇਲੀਆ ਦੇ ਵਿੱਚ ਬੈਠੇ ਨੇ, ਕਹਿੰਦੇ ਵੀ ਪਰਮਿੰਦਰ ਸਿੰਘ ਜੀ ਪੰਜੌਰ ਜਾਣੀ ਚੰਡੀਗੜ੍ਹ ਤੋਂ ਬੈਠੇ ਹੈ, ਉਹ ਨਿੱਟ ਦੇ ਨਾਲ ਸਰ ਚਰਨਜੀਤ ਸਿੰਘ ਉਹਨਾਂ ਦੇ ਨਾਲ ਬੈਠੇ, ਕਹਿੰਦੇ ਵੀ ਅਗਲੇ ਸਾਲ ਇਸ ਕਬੱਡੀ ਦੇ ਮਹਾਂਕੁੰਭ ਦੇ ਵਿੱਚ 10,000 ਰੁਪਇਆ ਮੈਂ ਵੀ ਦੇਵਾਂਗਾ ਆਪਣੀ ਜੇਬ ਦੇ ਵਿੱਚੋਂ। ਉਹਨਾਂ ਦਾ ਵੀ ਆਪਾਂ ਧੰਨਵਾਦ ਕਰਾਂਗੇ, ਪਰਮਿੰਦਰ ਸਿੰਘ ਜੀ ਪੰਜੌਰ ਵਾਲੇ। ਔਰ ਨਾਲ ਵਿਸ਼ੇਸ਼ ਧੰਨਵਾਦ ਹੈ ਸਰਦਾਰ ਬਲਦੇਵ ਸਿੰਘ ਜੀ ਨੰਬਰਦਾਰ ਸਾਹਿਬ, ਪ੍ਰਧਾਨ ਨੇ ਕਿਸਾਨ ਯੂਨੀਅਨ, ਲਖਵੀਰ ਸਿੰਘ USA, ਗੁਰਪ੍ਰੀਤ ਸਿੰਘ ਜੀ USA, ਦਰਬਲਕਾਰ ਸਿੰਘ ਜੀ, ਇਹਨਾਂ ਵੱਲੋਂ ਵੀ 40 ਸਾਲਾਂ ਦਾ ਪਹਿਲਾ ਇਨਾਮ 15,000 ਰੁਪਇਆ ਦਿੱਤਾ ਜਾ ਰਿਹਾ। ਸਾਡੇ ਵੀਰ ਗੋਰਾ ਖੋਸਾ ਜੀ 40 ਸਾਲਾਂ ਦਾ ਜਿਹੜਾ ਦੂਸਰਾ ਪ੍ਰਾਈਜ 12,000 ਰੁਪਇਆ ਦੇ ਰਿਹਾ, ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੇ ਵਿੱਚ ਰੱਖੇ। ਤੇ ਨਾਲ ਹੀ ਸਰਦਾਰ ਹਰਜਿੰਦਰ ਸਿੰਘ ਜੀ ਮੈਂਬਰ ਸਾਹਿਬ 11,000 ਤੇ 500 ਰੁਪਇਆ, ਸਰਦਾਰ ਬਲਰਾਜ ਸਿੰਘ ਜੀ ਰਾਜਾ ਮੈਂਬਰ ਪੰਚਾਇਤ ਨੇ ਸਾਡੇ 11,000 ਰੁਪਇਆ, ਸਰਦਾਰ ਹਰਜਿੰਦਰ ਸਿੰਘ ਜੀ ਕੈਨੇਡਾ ਵਾਲਾ ਪਰਿਵਾਰ 10,000 ਰੁਪਇਆ ਤੇ 500 ਰੁਪਇਆ ਮਾਣ ਉਹਨਾਂ ਨੇ ਭੇਜਿਆ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੇ ਵਿੱਚ ਰੱਖੇ। ਨਾਲ ਹੀ ਸਰਦਾਰ ਕੁਲਦੀਪ ਸਿੰਘ ਜੀ ਕੈਨੇਡਾ ਵਾਲੇ 10,500 ਰੁਪਇਆ, ਸਰਦਾਰ ਮਲਕੀਤ ਸਿੰਘ ਜੀ 10,000 ਰੁਪਇਆ, ਮਿਸਤਰੀ ਸਰਦਾਰ ਬਲਵੀਰ ਸਿੰਘ ਜੀ 7,100 ਰੁਪਇਆ, ਇਹਨਾਂ ਨੇ ਇਸ ਕਬੱਡੀ ਦੇ ਮਹਾਂਕੁੰਭ ਦੇ ਵਿੱਚ ਵੱਡੇ ਯੋਗਦਾਨ ਪਾਏ ਹੈ। ਤੇ ਦੂਸਰੇ ਪਾਸੇ ਮੁਕਾਬਲੇ ਵੀ ਬਹੁਤ ਵਧੀਆ ਖੇਡੇ ਜਾ ਰਹੇ ਹੈ, ਆਪਾਂ ਸਭ ਇਹਨਾਂ ਪ੍ਰਵਾਸੀ ਭਰਾਵਾਂ ਦਾ ਔਰ ਇੱਧਰਲੇ ਪੰਜਾਬੀ ਵੀਰਾਂ ਦਾ ਧੰਨਵਾਦ ਕਰਾਂਗੇ। ਹਾਂਜੀ ਬਾਈ ਪਿੰਦਾ ਐਂਟਰੀਆਂ ਵਾਲੀ ਸਟੇਜ ਤੇ ਪਹੁੰਚੇ, ਬਾਈ ਪਿੰਦਾ ਛੇਤੀ ਤੋਂ ਛੇਤੀ। ਇਸ ਤੋਂ ਅਗਲੇ ਮੁਕਾਬਲੇ ਦੀਆਂ ਟੀਮਾਂ ਬਿਲਕੁਲ ਤਿਆਰੀ ਦੇ ਵਿੱਚ ਰਹਿਣ। ਨਾਲ ਹੀ ਅਸੀਂ ਵਿਸ਼ੇਸ਼ ਧੰਨਵਾਦ ਕਰਾਂਗੇ ਸਰਦਾਰ ਜਰਨੈਲ ਸਿੰਘ ਜੀ,
5,6100 ਰੁਪਿਆ ਇਹਨਾਂ ਵੱਲੋਂ ਪੁੱਜਿਆ। ਸਤਿਕਾਰਯੋਗ ਸਰਦਾਰ ਗੁਰਮੀਤ ਸਿੰਘ ਜੀ 6100 ਰੁਪਿਆ, ਸਰਦਾਰ ਕਿਸ਼ਨ ਸਿੰਘ ਜੀ 6100 ਰੁਪਿਆ, ਬਾਪੂ ਸਰਦਾਰ ਸਾਧੂ ਸਿੰਘ ਜੀ ਇਸ ਪਰਿਵਾਰ ਵੱਲੋਂ ਵੀ 6100 ਰੁਪਿਆ, ਬਲਰਾਜ ਸਿੰਘ ਜੀ ਰਾਜਾ ਸਰਪੰਚ ਕੋਟਕੋਟ ਖੁਰਦ ਵਾਲੇ 5,500 ਰੁਪਿਆ, ਸਰਦਾਰ ਗੁਰਜੀਤ ਸਿੰਘ ਜੀ ਗੀਤੋ 5,500 ਰੁਪਿਆ, ਸਰਦਾਰ ਸਰਬਜੀਤ ਸਿੰਘ ਜੀ ਰਾਜੂ ਪੰਚਾਇਤ ਮੈਂਬਰ ਨੇ 5,500 ਰੁਪਿਆ, ਸਰਦਾਰ ਸੰਪੂਰਨ ਸਿੰਘ ਜੀ ਸਾਬਕਾ ਸਰਪੰਚ 5,100 ਰੁਪਿਆ, ਸਰਦਾਰ ਜਗਸੀਰ ਸਿੰਘ ਜੀ ਸੀਰਾ 5,100 ਰੁਪਿਆ, ਸ਼੍ਰੀ ਗੁਰੂ ਅਰਜਨ ਦੇਵ ਐਂਡ ਕੰਪਨੀ ਤਲਵੰਡੀ ਭਾਈ ਵਾਲੇ 5,100 ਰੁਪਿਆ, ਸਰਦਾਰ ਭਗਵਾਨ ਸਿੰਘ ਜੀ ਸਮਤੇ 5,100 ਰੁਪਿਆ, ਸਰਦਾਰ ਦਰਸ਼ਨ ਸਿੰਘ ਜੀ ASI ਸਾਹਿਬ 5,100 ਰੁਪਿਆ ਇਹਨਾਂ ਵੱਲੋਂ ਪੁੱਜਿਆ, ਸਰਦਾਰ ਬਿਕਰ ਸਿੰਘ ਜੀ ਸੰਘਾ ਸਾਹਿਬ 5,100 ਰੁਪਿਆ, ਸਰਦਾਰ ਅਵਤਾਰ ਸਿੰਘ ਜੀ ਸਾਬਕਾ ਸਰਪੰਚ ਸਾਹਿਬ 5,100 ਰੁਪਿਆ, ਸਰਦਾਰ ਮੋਹਨ ਸਿੰਘ ਜੀ ਪੰਚਾਇਤ ਦੇ ਮੈਂਬਰ ਸਾਹਿਬ ਨੇ 5,100 ਰੁਪਿਆ, ਸਰਦਾਰ ਸਰਵਣ ਸਿੰਘ ਜੀ ਮੈਂਬਰ ਸਾਹਿਬ 5,100 ਰੁਪਿਆ, ਸਾਡੇ ਪੰਮੀ ਡਾਕੀਆ ਜੀ 5,100 ਰੁਪਿਆ, ਸਰਦਾਰ ਜਗਮੋਹਨ ਸਿੰਘ ਜੀ ਐਕਸੀਅਨ ਸਾਡੇ ਹੋਡਾ ਮੋਹਾਲੀ ਤੋਂ 5,100 ਰੁਪਿਆ, ਪ੍ਰਵੀਨ ਕੁਮਾਰ ਜੀ ਆਸਟ੍ਰੇਲੀਆ ਦੇ ਵਿੱਚ ਬੈਠੇ ਨੇ ਇਹਨਾਂ ਵੱਲੋਂ ਵੀ 5,100 ਰੁਪਿਆ। ਆਪਾਂ ਸਾਰੇ ਪਰਿਵਾਰਾਂ ਦਾ ਨਾਲ ਦੀ ਨਾਲ ਧੰਨਵਾਦ ਕਰਦੇ ਜਾਵਾਂਗੇ, ਔਰ ਸਾਡੀ ਪ੍ਰਬੰਧਕ ਕਮੇਟੀ ਕਹਿੰਦੇ ਵੀ ਅਸੀਂ ਉਹਨਾਂ ਪਰਿਵਾਰਾਂ ਦੇ ਰਿਣੀ ਰਹਾਂਗੇ ਜਿਨ੍ਹਾਂ ਨੇ ਦਿਲ ਖੋਲ ਕੇ ਆਪਣੀ ਨੇਕ ਮਾਈ ਦੇ ਵਿੱਚੋਂ ਵੱਡੇ ਮਾਣ ਦਿੱਤੇ ਹੈ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੇ ਵਿੱਚ ਰੱਖੇ। ਲਓ ਖੇਡ ਮੈਦਾਨ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਇਸ ਕਬੱਡੀ ਦੇ ਮਹਾਂਕੁੰਭ ਦੀ, ਅਗਲੀਆਂ ਟੀਮਾਂ ਵੇਟਿੰਗ ਰੂਮ ਦੇ ਵਿੱਚ ਤਿਆਰ ਰਹਿਣ। ਗਰਾਊਂਡ ਦੇ ਵਿੱਚ ਪਾਣੀ ਪੁੱਜਦਾ ਕਰ ਦਿੱਤਾ ਜਾਵੇ। ਦਰਸ਼ਕ ਵੀਰ ਇਕੱਲੀ ਇਕੱਲੀ ਕਬੱਡੀ ਜਿਹੜੀ ਕਹਿੰਦੇ ਵੀ ਬੜੇ ਪਿਆਰ ਨਾਲ ਤੱਕ ਰਹੇ ਨੇ। ਹਾਂਜੀ, ਆ ਅਨਾਊਂਸਰ ਸਰਦਾਰ ਗੁਰਚਰਨ ਸਿੰਘ ਨੂੰ 100 ਰੁਪਇਆ ਦੇ ਰਹੇ ਆ, ਸਰਦਾਰ ਪਰਮ ਅਵਕਾਰ ਸਿੰਘ ਸੰਘਾ ਸਾਹਿਬ ਸਰਪੰਚ ਡੋਲੀ ਭਾਈ, ਇਹ ਗੁਰਚਰਨ ਸਿੰਘ ਮੇਥੋਂ ਜਾਂਦਾ ਲੈ ਜਾਵੇ ਭਾਈ। ਥੈਂਕ ਯੂ ਜੀ ਭਾਈ ਸੋ ਭਾਈ ਪਰ ਉਪਕਾਰ ਸਿੰਘ ਜੀ ਸੰਘਾ ਸਾਹਿਬ ਡੋਲੀ ਭਾਈ ਵਾਲੇ, ਬਹੁਤ ਪਿਆਰੀਆਂ ਸ਼ਖਸੀਅਤਾਂ ਨੇ ਵੱਡੇ ਮਾਣ ਦਿੱਤੇ ਸਨਗਰ ਦੇ ਲਈ। ਗੁਰਚਰਨ ਸਿੰਘ ਨੂੰ 100 ਰੁਪਇਆ, ਬਲਕਾਰ ਸਿੰਘ ਨੰਬਰਦਾਰ। ਅਗਲੇ ਮੁਕਾਬਲੇ ਦੀਆਂ ਟੀਮਾਂ ਹੋਣਗੀਆਂ, 100 ਰੁਪਇਆ ਹੋਰ ਬਲਕਾਰ ਸਿੰਘ ਲਵਾਂਗਾ ਵੀ ਇਹ ਵੀ ਲੈ ਕੇ ਜਾਂਦਾ ਹੋਇਆ। ਠੀਕ ਆ ਜੀ ਸੱਚੇ ਪਾਤਸ਼ਾਹ ਕਰ ਰਹੇ ਆ, ਤੁਸੀਂ ਬਹੁਤ ਵਧੀਆ ਬੁਲਾ ਰਹੇ ਹੋ। ਲਓ ਖੇਡ ਮੈਦਾਨ ਦੇ ਵਿੱਚ ਆਪਾਂ ਦੇਖਾਂਗੇ, ਇੱਕ ਪਾਸੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਅੱਜ ਸਾਡੇ ਦਰਸ਼ਕ ਵੀਰ ਪੁੱਜੇ ਹੈ ਕਿ ਬਾਕੀ ਇਕੱਲੀ ਇਕੱਲੀ ਕਬੱਡੀ ਅੱਜ ਕੋਟ ਕਰੋੜ ਦੀ ਧਰਤੀ ਤੇ ਲੱਖ ਲੱਖ ਰੁਪਏ ਦੀ ਪੈਂਦੀ ਹੈ। ਦੁਨੀਆਂ ਦੇ ਰੋਸਤਵੇ ਹਿੰਦ ਖਿਡਾਰੀ ਪੁੱਜੇ ਹੋਏ ਨੇ, ਸਾਹਮਣੇ ਦੇਖਾਂਗੇ ਫੜਿਆ ਗੁੱਟ ਛਡਾਇਆ ਗੁੱਟ। ਬਿੱਟੂ ਕਹਿੰਦੇ ਵੀ ਚੂੜ ਚੱਕ ਦੀ ਧਰਤੀ ਦਾ ਪੱਪੂ ਨੇ ਪਿੰਡ ਮਸ਼ਹੂਰ ਕਰ ਦਿੱਤਾ ਹੈ, ਉਸੇ ਪਿੰਡ ਦਾ ਸਾਹਮਣੇ ਖੇਡ ਮੈਦਾਨ ਦੇ ਵਿੱਚ ਆਹ ਨੌਜਵਾਨ ਧਾਵੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵੱਧ ਚੁੱਕੇ ਆ। ਦੂਸਰੇ ਪਾਸੇ ਹਰਗੋਬਿੰਦਪੁਰੇ ਦੇ ਸਾਹਮਣੇ ਚਾਰ ਜਾਫੀਆਂ ਦੇ ਵਿੱਚੋਂ ਹੁਣ ਆਪਾਂ ਦੇਖਾਂਗੇ ਸਾਹਮਣੇ ਛੋਟਾ ਬੋਰਡ ਲੰਡੇ ਪਿੰਡ ਦਾ, ਕਹਿੰਦੇ ਵੀ ਪੂਰੀ ਤਿਆਰੀ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਜੱਜੀ ਰਣ ਸਿੰਘ ਵਾਲੇ ਦੀ ਧਰਤੀ ਦਾ ਸਰੀਰ ਪੂਰਾ ਕਮਾਇਆ ਹੋਇਆ ਨੌਜਵਾਨ ਦਾ, ਵਾਧੂ ਮਾਸ ਨਹੀਂ ਹੈ,
ਕਿ ਪੱਟਾਂ ਦੇ ਨਾਲ ਪੱਟ ਨੇ ਖੈਂਦੇ ਡੌਲਿਆਂ ਨੂੰ ਹੁਣ ਹੱਥ ਨਹੀਂ ਪੈਂਦੇ ਮੁੰਡੇ ਵਿੱਚ ਪੂਰੀ ਹੈ ਜਿੰਦ ਜਾਨ ਤੇ ਲੋਕੀ ਉਂਗਲਾਂ ਕਰ ਕਰ ਪੁੱਛਦੇ ਨੇ ਮੁੰਡਾ ਕਿੱਥੋਂ ਦਾ ਭਲਵਾਨ ਇੱਕ ਪਾਸੇ ਨਿੰਦੂ ਦਾ ਛੋਟਾ ਵੀਰ ਬਿੱਟੂ ਹੈ ਤੇ ਦੂਸਰੇ ਪਾਸੇ ਆ ਵੀ ਨੌਜਵਾਨ ਰਣ ਸਿੰਘ ਵਾਲੇ ਦੀ ਧਰਤੀ ਦਾ ਜੱਜ ਪੁਆਇੰਟ ਲੈ ਕੇ ਵਾਪਸ ਮੁੜਦਾ ਹੋਇਆ ਸੁੱਖਾ ਬੁੱਟਰ ਪਿੰਡ ਹੈ ਇਸ ਨੌਜਵਾਨ ਦਾ ਦਾਉਦਰ ਦੇ ਕਬੱਡੀ ਕੱਪ ਤੇ ਵੱਡਾ ਬੁਲਟ ਮੋਟਰਸਾਈਕਲ ਦਾ ਮਾਨ ਗੁਰਪ੍ਰੀਤ ਸਿੰਘ ਜੀ ਰਾਣੇ ਹੋਣਾ ਨੇ ਇਸ ਨੌਜਵਾਨ ਨੂੰ ਦਿੱਤਾ ਹੈ ਤੇ ਦੂਸਰੇ ਪਾਸੇ ਇਹ ਹੁਣ ਫੈਸਲਾ ਰੁਪਿੰਦਰ ਡੀ ਪੀ ਉਹਨਾਂ ਨੇ ਕਰਨਾ ਹੈ ਬੜੇ ਪਿਆਰ ਦੇ ਨਾਲ ਕਿਉਂਕਿ ਫੈਸਲਾ ਟੱਲ ਜੋ ਰੈਫਰੀ ਸਾਹਿਬਾਨ ਪੁਆਇੰਟ ਦਿੰਦੇ ਆ ਰੈਫਰੀ ਦਾ ਫੈਸਲਾ ਟੱਲ ਹੋਊਗਾ ਠੀਕ ਆ ਰੈਫਰੀ ਸਾਹਿਬਾਨਾਂ ਦੇ ਫੈਸਲੇ ਬਿਲਕੁਲ ਅੰਤਮ ਫੈਸਲੇ ਨੇ ਨਾਲ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਸਾਡੇ ਰੂਬੀ ਜੀ ਯੂਕੇ ਜਾਣੀ ਇੰਗਲੈਂਡ ਦੇ ਵਿੱਚ ਬੈਠੇ ਨੇ 5000 ਰੁਪਇਆ ਇਸ ਪਰਿਵਾਰ ਵੱਲੋਂ ਵੱਡੀ ਸਹਾਇਤਾ ਭੇਜੀ ਗਈ ਹੈ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਾਂਗੇ ਸਰਦਾਰ ਰਤਿੰਦਰ ਸਿੰਘ ਜੀ ਰਿੱਕੀ ਸਾਡੇ ਇੰਸਪੈਕਟਰ ਫੂਡ ਸਪਲਾਈ ਵਾਲੇ 5000 ਰੁਪਇਆ ਇਹਨਾਂ ਵੱਲੋਂ ਪੁੱਜਿਆ ਹੈ ਸਰਦਾਰ ਸਰੂਪ ਸਿੰਘ ਜੀ 3200 ਰੁਪਇਆ ਸਰਦਾਰ ਫਤਿਹ ਸਿੰਘ ਜੀ ਕਿਸਾਨ ਯੂਨੀਅਨ ਵਾਲੇ 3100 ਰੁਪਇਆ ਸਰਦਾਰ ਜੋਗਿੰਦਰ ਸਿੰਘ ਜੀ 3100 ਰੁਪਇਆ ਸਰਦਾਰ ਸੁਖਚੈਨ ਸਿੰਘ ਜੀ ਸਾਬਕਾ ਸਰਪੰਚ 3100 ਰੁਪਇਆ ਕਿਹੜੀ ਟੀਮ ਜੇਤੂ ਆ ਜੀ ਚੂੜ ਚੱਕ ਦੀ ਟੀਮ ਜੇਤੂ ਆ ਜੀ ਭਾਜੀ ਨੋਟ ਕਰੋ ਹਾਂਜੀ ਅਗਲੀਆਂ ਦੋਨੇ ਟੀਮਾਂ ਮੇਰੇ ਵੀਰ ਜਲਦੀ ਆਓ ਗਰਾਊਂਡ 'ਚ ਟੈਂਟ ਵਾਲਾ ਕੋਈ ਵੀ ਵੀਰ ਐਂਟਰੀਆਂ ਵਾਲੀ ਟਰਾਲੀ ਕੋਲੇ ਪਹੁੰਚੇ ਟੈਂਟ ਵਾਲਿਆਂ ਕੋਈ ਵੀ ਵੀਰ ਟਰਾਲੀ ਵਾਲੀ ਸਟੇਜ ਆ ਜਿਹੜੀ ਉੱਥੇ ਪਹੁੰਚੇ ਮੂਵ ਸਪਰੇ ਗਰਾਊਂਡ ਦੇ ਵਿੱਚ ਭਾਜੀ ਭੇਜੀ ਜਾਵੇ ਬੇਨਤੀ ਕਰਾਂਗੇ ਪ੍ਰਬੰਧਕ ਕਮੇਟੀ ਦੇ ਨੌਜਵਾਨ ਵੀਰਾਂ ਨੂੰ ਜਲਦੀ ਆਓ ਸਲਿਆਣੀ ਵਰਸੇ ਰਾਜਿਆਣਾ ਨਾਲ ਹੀ ਗਗਨਵੀਰ ਪੁਆਇੰਟ ਲਿਖਣ ਦੇ ਲਈ ਗਰਾਊਂਡ ਦੇ ਵਿੱਚ ਆ ਜਾਵੇ ਅੱਗੇ ਮਾਲਾ ਮਾਲਾ ਕਲੱਬ ਤੇ ਚੂੜ ਚੱਕ ਏ ਉਹ ਵੀ ਤਿਆਰ ਹੈ ਮੂਵ ਸਪਰੇ ਵਿਜੇ ਜੀ ਗਰਾਊਂਡ ਦੇ ਵਿੱਚ ਲੈ ਕੇ ਆ ਜਾਣ ਨਾਲ ਬਾਬਾ ਬ੍ਰਹਮ ਦਰਿਆ ਕਲੱਬ ਸੁਲਿਹਾਣੀ ਤੇ ਰਾਜੇਆਣੇ ਦਾ ਮੈਚ ਸ਼ੁਰੂ ਹੋਣ ਜਾ ਰਿਹਾ ਉੱਥੇ ਨਾਲ ਹੀ ਬਾਬਾ ਹੀਰਾ ਦਾਸ ਕਲੱਬ ਮਾਲਾ ਤੇ ਚੂੜ ਚੱਕ ਏ ਪੁਰਾਣੇ ਵਾਲਾ ਬਰਸੇ ਭਿੰਡਰ ਪੜਾਣਾ ਤੇ ਬਾਬਾ ਸੈਦੂ ਸ਼ਾਹ ਕਲੱਬ ਕੰਮਿਆਣਾ ਇਹ ਵੀ ਟੀਮਾਂ ਜਲਦੀ ਤੋਂ ਜਲਦੀ ਵੇਟਿੰਗ ਰੂਮ ਦੇ ਵਿੱਚ ਪਹੁੰਚ ਜਾਣ ਕੱਲ 9 ਤਰੀਕ ਹਕੂਮਤ ਵਾਲੇ ਦੀ ਧਰਤੀ ਤੇ ਕਬੱਡੀਆਂ ਪੈਣਗੀਆਂ 28 ਤੇ 29 ਤਰੀਕ ਤਲਵੰਡੀ ਭਾਈ ਵਾਲੇ ਸੱਦੇ ਦੇ ਰਹੇ ਨੇ ਹੈਲੋ ਵਿਜੇ ਜਿੱਥੇ ਵੀ ਆਵਾਜ਼ ਆਉਂਦਾ ਗਰਾਊਂਡ 'ਚ ਪਹੁੰਚੇ ਵਿਜੇ ਉਹਦੇ ਕੋਲੇ ਮੂਵ ਸਪਰੇ ਆ ਮੂਵ ਸਪਰੇ ਲੈ ਕੇ ਗਰਾਊਂਡ 'ਚ ਪਹੁੰਚੇ ਵਿਜੇ ਮੈਚ ਸ਼ੁਰੂ ਕਰੋ ਜੀ ਗਰਾਊਂਡ ਦੇ ਵਿੱਚ ਬੂਟਾ ਸਿੰਘ ਜੀ ਜਲਦੀ ਤੋਂ ਜਲਦੀ ਮੈਚ ਸ਼ੁਰੂ ਕਰ ਦਿੱਤਾ ਜਾਵੇ ਇੱਕ ਪਾਸੇ ਬਾਬਾ ਬ੍ਰਹਮ ਦਰਿਆ ਕਲੱਬ ਸੁਲਿਹਾਣੇ ਔਰ ਦੂਸਰੇ ਪਾਸੇ ਰਾਜਿਆਣਾ ਪਿੰਡ ਬਾਪੂ ਗੁਰਦਿਆਲ ਸਿੰਘ ਬਿੱਲੂ ਦਾ ਪਿੰਡ ਹੈ ਲਾਓ ਖੇਡ ਮੈਦਾਨ ਦੇ ਵਿੱਚ ਮੈਚ ਸ਼ੁਰੂ ਹੋਵੇਗਾ ਦੋਨਾਂ ਹੀ ਟੀਮਾਂ ਦੇ ਵਿੱਚ ਤੇ ਨਾਲ ਹੀ ਅਸੀਂ ਵਿਸ਼ੇਸ਼ ਤੌਰ ਤੇ ਆਪਣੇ ਜੋ ਬਣੀ ਹੋਈ ਪਿੰਡ ਦੀ ਪ੍ਰਬੰਧਕ ਕਮੇਟੀ ਟੂਰਨਾਮੈਂਟ ਕਮੇਟੀ ਬਾਬਾ ਜੀ ਦੀ ਅਸੀਂ ਵਿਦੇਸ਼ਾਂ ਦੇ ਵਿੱਚ ਜਿੰਨੇ ਸਾਡੇ ਪੰਜਾਬੀ ਵੀਰ ਨਿੱਟ ਦੇ ਨਾਲ ਜੁੜੇ ਨੇ ਪੰਜਾਬ ਲਾਏ ਵਨ ਦੇ ਨਾਲ ਜੁੜੇ ਹੋਏ ਸਾਰੇ ਮਿੱਤਰਾਂ ਦਾ ਫਿਰ ਤੋਂ ਅਸੀਂ ਧੰਨਵਾਦ ਕਰ ਰਹੇ ਹਾਂ ਲਾਓ ਖੇਡ ਮੈਦਾਨ ਦੇ ਵਿੱਚ ਸੁਲਿਹਾਣੀ ਦੀ ਟੀਮ ਜਿਹੜੀ ਹੈ ਬਿਲਕੁਲ ਆਪਾਂ ਦੇਖ ਰਹੇ ਹਾਂ ਵੀ ਸਟੇਜ ਵਾਲੇ ਪਾਸੇ ਹੈ ਔਰ ਦੂਸਰੇ ਪਾਸੇ ਟੀਮ ਦੇਖਾਂਗੇ ਰਾਜਿਆਣਾ
ਨਾਲ ਅਗਲੇ ਮੁਕਾਬਲੇ ਦੀ ਟੀਮ ਹੋਵੇਗੀ ਬਾਬਾ ਹੀਰਾ ਦਾਸ ਕਲੱਬ ਮਹੱਲਾ ਤੇ ਚੂੜ ਚੱਕ ਤਲਵੰਡੀ ਭਾਈ ਪੰਜਾਬ ਪੁਲਿਸ ਗੁਰਪ੍ਰੀਤ ਸਿੰਘ ਐਮ ਐਸ ਸੀ ਤਲਵੰਡੀ ਭਾਈ ਉਸ ਸਟੇਜ ਤੇ ਆ ਜਾਣਗੇ ਸਾਡੇ ਨਾਲ ਜੁੜੇ ਹੋਏ ਬਹੁਤ ਹੀ ਸਤਿਕਾਰਯੋਗ ਸਰਦਾਰ ਸਰਨਜੀਤ ਸਿੰਘ ਜੀ ਕੈਨੇਡਾ ਦੇ ਵਿੱਚ ਬੈਠੇ ਨੇ ਪੂਰੇ ਖੁਸ਼ੀ ਦੇ ਪਲ ਮਹਿਸੂਸ ਕਰ ਰਹੇ ਨੇ ਦੂਸਰੇ ਪਾਸੇ ਸਰਦਾਰ ਚਰਨਜੀਤ ਸਿੰਘ ਜੀ ਆਸਟ੍ਰੇਲੀਆ ਦੇ ਵਿੱਚ ਬੈਠੇ ਨੇ ਆਪਣੇ ਮਿੱਤਰਾਂ ਦੇ ਨਾਲ ਉਹ ਵੀ ਬੜੇ ਪਿਆਰ ਤੇ ਨਜ਼ਾਰੇ ਲੈ ਰਹੇ ਨੇ ਬਲਰਾਜ ਸਿੰਘ ਜੀ ਰਾਜਾ ਆਸਟ੍ਰੇਲੀਆ ਦੇ ਵਿੱਚ ਬੈਠੇ ਨੇ ਗੁਰਜੰਟ ਸਿੰਘ ਜੀ ਆਸਟ੍ਰੇਲੀਆ ਪ੍ਰਵੀਨ ਕੁਮਾਰ ਜੀ ਮੱਲਣ ਆਸਟ੍ਰੇਲੀਆ ਹਰਪ੍ਰੀਤ ਸਿੰਘ ਜੀ ਖੋਸਾ ਕੈਨੇਡਾ ਮਨਜੀਤ ਸਿੰਘ ਜੀ ਖੋਸਾ ਕੈਨੇਡਾ ਕੁਲਦੀਪ ਸਿੰਘ ਜੀ ਖੋਸਾ ਕੈਨੇਡਾ ਗੁਰਪ੍ਰੀਤ ਸਿੰਘ ਜੀ ਰਾਜੂ ਕੈਨੇਡਾ ਹਾਂਜੀ ਪੁਆਇੰਟਾਂ ਵਾਲਾ ਵੀਰ ਗਗਨਾ ਜਿੱਥੇ ਵੀ ਆਵਾਜ਼ ਆਉਂਦਾ ਗਰਾਊਂਡ 'ਚ ਪਹੁੰਚੇ ਗਗਨਾ ਅਗਲੇ ਮੁਕਾਬਲੇ ਦੀਆਂ ਟੀਮਾਂ ਬਾਬਾ ਹੀਰਾ ਦਾਸ ਕਲੱਬ ਮਹੱਲਾ ਤੇ ਚੂੜ ਚੱਕ ਏ ਬਿਲਕੁਲ ਤਿਆਰੀ ਦੇ ਵਿੱਚ ਰਹਿਣ ਤੇ ਨਾਲ ਹੀ ਅਸੀਂ ਵਿਸ਼ੇਸ਼ ਧੰਨਵਾਦ ਕਰ ਰਹੇ ਹਾਂ ਸਰਦਾਰ ਹਰਜਿੰਦਰ ਸਿੰਘ ਜੀ ਖੋਸਾ ਕੈਨੇਡਾ ਵਾਲੇ ਸਰਦਾਰ ਗੁਰਪ੍ਰੀਤ ਸਿੰਘ ਐਮ ਐਸ ਸੀ ਤਲਵੰਡੀ ਭਾਈ ਸਾਡੇ ਸਟੇਜ ਤੇ ਆ ਚੁੱਕੇ ਆ ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਸਾਰੀ ਜਿੰਨੀ ਕੁ ਬਾਬਾ ਰਾਮਦਾਸ ਕਮੇਟੀ ਆ ਇਹਨਾਂ ਧੰਨਵਾਦ ਕਰਦੀ ਹੈ ਕਿਉਂਕਿ ਜਿਹੜੇ ਅਸਲ ਪ੍ਰਬੰਧਕ ਆ ਇਹ ਤਾਂ ਹੁਣ ਪਹੁੰਚੇ ਸਾਡੇ ਕੋਲ ਇਹਨਾਂ ਨੂੰ ਬੇਨਤੀ ਕਰਦੇ ਹਾਂ ਭਾਈ ਆਪਦੀ ਫੋਰਸ ਨੂੰ ਕਹੋ ਵੀ ਪ੍ਰਬੰਧ ਵੀ ਕਰ ਲੈਣ ਜਿੰਨਾ ਸਮਾਂ ਦਿੱਤਾ ਜਾ ਰਿਹਾ ਤੁਹਾਨੂੰ ਪਤਾ ਵੀ ਥੋੜੇ ਥੋੜੇ ਪੁਆਇੰਟ ਦੇ ਕੇ ਅਸੀਂ ਦੂਜੇ ਰਾਊਂਡ ਦੇ ਵੱਲ ਵੱਧਦੇ ਜਾ ਰਹੇ ਹੈ ਕਿਉਂਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚੋਂ ਬਹੁਤ ਵਧੀਆ ਟੀਮਾਂ ਪੁੱਜੀਆਂ ਹੋਈਆਂ ਨੇ ਸਾਰੀਆਂ ਟੀਮਾਂ ਨੂੰ ਆਪਾਂ ਦੂਸਰੇ ਰਾਊਂਡ ਤੇ ਖੁੱਲਾ ਟਾਈਮ ਦੇ ਕੇ ਹੱਲੇ ਵਾਲੇ ਨੂੰ ਬੇਨਤੀ ਆ ਵੀ ਬਾਹਰੋਂ ਫੋਨ ਆਇਆ ਉਹ ਕਹਿੰਦੇ ਵੀ ਸਾਰੇ ਦਰਸ਼ਕ ਸਾਨੂੰ ਜ਼ਰੂਰ ਵਿਖਾ ਦਿਓ ਅਸੀਂ ਮੈਚ ਬਹੁਤ ਵੇਖੀਏ ਨੇ ਪਰ ਸਾਨੂੰ ਦਰਸ਼ਕ ਨਹੀਂ ਦਿਖ ਰਹੇ ਸਟੇਜ ਤੇ ਕਿਹੜੇ ਕਿਹੜੇ ਬੈਠੇ ਆ ਦੋਨਾਂ ਸਟੇਜਾਂ ਦੇ ਪਾਸੇ ਆਸੇ ਜਿਹੜੇ ਸਟੇਡੀਅਮ 'ਚ ਬੈਠੇ ਸਾਰੇ ਮੇਰੇ ਵੀਰਾਂ ਨੂੰ ਚਿਹਰੇ ਦਿਖਾ ਦਿਓ ਕਿਹੜੀ ਜੇਤੂ ਆ ਜੀ ਰਾਜਿਆਣੇ ਦੀ ਟੀਮ ਜੇਤੂ ਭਾਜੀ ਨੋਟ ਕਰਿਆ ਜੇ ਰਾਜਿਆਣੇ ਦੀ ਟੀਮ ਜਿੱਤ ਚੁੱਕੀ ਆ ਖੇਡ ਮੈਦਾਨ ਦੇ ਵਿੱਚ ਅਗਲਾ ਮੈਚ ਬਾਬਾ ਹੀਰਾ ਦਾਸ ਕਲੱਬ ਮਹੱਲਾ ਤੇ ਚੂੜ ਚੱਕ ਏ ਇਹਨਾਂ ਟੀਮਾਂ ਦੇ ਦਰਮਿਆਨ ਹੀ ਸ਼ੁਰੂ ਹੋਣ ਜਾ ਰਿਹਾ ਹੈ ਨਾਲ ਹੀ ਪੁਰਾਣੇ ਵਾਲਾ ਤੇ ਭਿੰਡਰ ਕਿੱਥੇ ਨੇ ਇਹ ਦੋਹੇ ਟੀਮਾਂ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣ ਪੁਰਾਣੇ ਵਾਲਾ ਵਰਸੇ ਭਿੰਡਰ ਪੜਾਣਾ ਤੇ ਬਾਬਾ ਸੈਦੂ ਸ਼ਾਹ ਕਲੱਬ ਕੰਮਿਆਣਾ ਇੱਕੋ ਮਿੰਟਾਂ ਚੂੜ ਚੱਕ ਦੇ ਲਈ ਜੇਤੂ ਕਰਾਰ ਦੇਣ ਲੱਗੇ ਅਸੀਂ ਮਾਲੇ ਦੀ ਟੀਮ ਨੂੰ ਅਗਲੀਆਂ ਦੋਹੇ ਟੀਮਾਂ ਕਿੱਥੇ ਨੇ ਪੁਰਾਣੇ ਵਾਲਾ ਵਰਸੇ ਭਿੰਡਰ ਆਜੋ ਦੋਹੇ ਟੀਮਾਂ ਗਰਾਊਂਡ ਦੇ ਵਿੱਚ ਚੂੜ ਚੱਕ ਦੀ ਟੀਮ ਨਹੀਂ ਆ ਰਹੀ ਇਸ ਲਈ ਆਪਾਂ ਵਿਰੋਧੀ ਟੀਮ ਨੂੰ ਜੇਤੂ ਕਰਾਰ ਦੇਣ ਜਾ ਰਹੇ ਹਾਂ ਜਲਦੀ ਤੋਂ ਜਲਦੀ ਪੁਰਾਣੇ ਵਾਲਾ ਵਰਸੇ ਭਿੰਡਰ ਪੜਾਣਾ ਤੇ ਬਾਬਾ ਸੈਦੂ ਸ਼ਾਹ ਕਲੱਬ ਕੰਮਿਆਣਾ ਨਾਲ ਹੀ ਕਬੱਡੀ 72 ਕਿਲੋ ਦੀਆਂ ਟੀਮਾਂ ਨੂੰ ਆਪਾਂ ਸਾਦਾ ਦੇਵਾਂਗੇ ਉਹ ਵੀ ਭਾਜੀ ਦੱਸਣਗੇ ਸਟੇਜ ਤੋਂ ਜਲਦੀ ਆਓ ਜੀ ਦੋਨੋਂ ਟੀਮਾਂ ਆਈਆਂ ਨੇ ਟੀਮਾਂ ਜੇ ਬੜੀ ਯਾਰ ਮਾੜੀ ਗੱਲ ਚੂੜ ਚੱਕ ਦੀ ਟੀਮ ਨਹੀਂ ਪੁੱਜੀ ਜੇਤੂ ਲਿਖ ਲਓ ਜੀ ਖੇਡ ਮੈਦਾਨ ਦੇ ਵਿੱਚ ਪੁਰਾਣੇ ਵਾਲਾ ਵਰਸੇ ਭਿੰਡਰ ਦੀਆਂ ਟੀਮਾਂ ਕਿਉਂ ਨਹੀਂ ਆਈਆਂ ਯਾਰ ਗਗਨਪ੍ਰੀਤ ਗਗਨਾ ਜੈਸ ਦੀ ਡਿਊਟੀ ਪੁਆਇੰਟ ਲਿਖਣ ਦੇ ਲੱਗਿਆ ਉਹ ਗਰਾਊਂਡ 'ਚ ਪਹੁੰਚੇ ਗਗਨਾ ਪੁਰਾਣਾ ਵਰਸੇ ਕੰਮਿਆਣਾ ਇਹ ਦੋ ਟੀਮਾਂ ਰਹਿ ਗਈਆਂ ਸਾਡੀਆਂ ਇਹਨਾਂ ਤੋਂ ਬਾਅਦ ਆਪਾਂ ਗੁਰਚਰਨ 40 ਸਾਲਾਂ ਮੈਚ ਨਾਲ ਹੀ ਕਰਾ ਦੇਣਾ 40 ਸਾਲ ਜਿਹੜੇ ਪ੍ਰੇਅਰ ਆ ਭਾਈ ਉਹਦੇ ਤਿਆਰ ਹੋ ਜਾਣ ਹਾਂਜੀ ਹਾਂਜੀ ਕੁਝ ਸਮਾਂ ਰੁਕ ਕੇ ਆਪਾਂ ਕਰਾਉਂਦੇ ਆ ਜੀ ਸਿਰਫ 15 ਮਿੰਟਾਂ ਬਾਅਦ 40 ਸਾਲਿਆਂ ਦਾ ਮੈਚ ਕਰਾ ਦੇਣਾ ਸੀ ਤੇ 40 ਸਾਲਿਆਂ ਦੇ ਨਾਲ ਹੀ ਆਪਾਂ ਕਰਾ ਦੇਣਾ 72 ਕਿਲੋ ਵਾਲਿਆਂ ਦੇ ਮੈਚ ਜੇਤੂ ਲਿਖੋ ਜੀ ਬਾਬਾ ਹੀਰਾ ਦਾਸ ਕਲੱਬ ਮਹੱਲਾ ਜੇਤੂ ਕਰ ਲਓ ਜੀ ਠੀਕ ਹੈ ਜੀ
ਆਓ ਜੀ ਅਗਲੀਆਂ ਦੋ ਟੀਮਾਂ ਪ੍ਰਾਣੇ ਵਾਲਾ ਤੇ ਭਿੰਡਰ ਕਿੱਥੇ ਰੇ ਇਹ ਦੋ ਟੀਮਾਂ ਲਿਖਾ ਦਿੰਦੇ ਅੱਗੇ ਗਾਲਬਣੇ ਲਿਖਾਈਆਂ ਸੀ ਹੁਣ ਚੂੜ ਚੱਕਣੇ ਲਿਖਾ ਦੀਆਂ ਖਰਾਬ ਕਰਦੇ ਆ ਯਾਰ ਪ੍ਰਾਣੇ ਵਾਲਾ ਵਰਸੇ ਭਿੰਡਰ ਇੱਕੋ ਪਿੰਡ ਦੀ ਕਾਲ ਹੈ ਦੋਨੇ ਟੀਮਾਂ ਸਕਰੈਚ ਹੋ ਗਈਆਂ ਪੜਾਣਾ ਤੇ ਬਾਬਾ ਸੈਦੂ ਸ਼ਾਹ ਕਲੱਬ ਕੰਮਿਆਣਾ ਇੱਕੋ ਮਿੰਟ ਦਾ ਸਮਾਂ ਦੋਹਾਂ ਟੀਮਾਂ ਦੇ ਲਈ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਕਿਉਂਕਿ ਸਮਾਂ ਨਹੀਂ ਹੈ ਆਪਣੇ ਕੋਲੇ ਨਾਲ ਕਬੱਡੀ 72 ਕਿਲੋ ਦੇ ਮੈਚਾਂ ਦੀ ਲਿਸਟ ਭੇਜੋ ਜੀ ਅਗਲੀਆਂ ਟੀਮਾਂ ਨੂੰ ਟਾਈਮ ਦੇ ਦਿਆ ਕਰੋ ਨਹੀਂ ਆਉਂਦੀਆਂ ਬਿਲਕੁਲ ਵਾਕਆਊਟ ਦੇ ਦਿਓ ਉਹਨਾਂ ਨੂੰ ਨਾਲ ਦੀ ਨਾਲ ਆਪਾਂ ਜੇਤੂ ਕਰਾਰ ਦੇ ਰਹੇ ਹਾਂ ਜੀ ਜਿਹੜੀ ਟੀਮ ਸਮੇਂ ਦੇ ਵਿੱਚ ਨਹੀਂ ਪੁੱਜਦੀ ਇਹਨਾਂ ਦੋਨਾਂ ਟੀਮਾਂ ਦੇ ਮੈਚ ਤੋਂ ਬਾਅਦ ਨਾਲ ਹੀ ਅਸੀਂ 40 ਸਾਲਾਂ ਦਾ ਸ਼ੋਅ ਮੈਚ ਕਰਾਉਣਾ ਜਿਹੜੇ 40 ਸਾਲਾਂ ਦਾ ਸ਼ੌਂਕ ਰੱਖਣਾ ਖੇਡਣਾ ਚਾਹੁੰਦੇ ਆ ਉਹ ਆਪਦਾ ਵਾਰਮ ਅਪ ਹੋ ਜਾਣ ਪੁਰਾਣੇ ਵਾਲਾ ਤੇ ਭਿੰਡਰ ਦੋਹੇ ਟੀਮਾਂ ਗਰਾਊਂਡ ਦੇ ਵਿੱਚ ਆ ਰਹੀਆਂ ਨੇ 40 ਸਾਲਾਂ ਤੋਂ ਬਾਅਦ ਨਾਲ ਹੀ 72 ਕਿਲੋ ਦਾ ਸੈਮੀ ਫਾਈਨਲ ਤੇ ਫਾਈਨਲ ਮੈਚ ਹੋ ਜਾਣੇ ਆ ਆਓ ਜੀ ਦੋਨੋਂ ਟੀਮਾਂ ਸੈਂਟਰ ਲਾਈਨ ਤੇ ਮੈਚ ਸ਼ੁਰੂ ਕਰੀਏ ਜਲਦੀ ਤੋਂ ਜਲਦੀ ਆ ਵੀ ਨਿੱਕਿਆ ਖੇਡ ਮੈਦਾਨ ਦੇ ਵਿੱਚ ਇਹ ਭਿੰਡਰਾਂ ਦੀ ਟੀਮ ਆ ਕੇ ਪੁਰਾਣੇ ਵਾਲਾ ਦੋਨੋਂ ਆ ਗਿਆ ਜੀ ਗਰਾਊਂਡ ਦੇ ਵਿੱਚ ਭਿੰਡਰ ਵੀ ਆ ਗਏ ਤੇ ਪੁਰਾਣੇ ਵਾਲਾ ਵੀ ਆ ਗਿਆ ਮੈਚ ਸ਼ੁਰੂ ਕਰੋ ਜੀ ਤੇ ਨਾਲ ਹੀ ਕੁਝ ਨਾਮ ਰਹਿ ਗਏ ਨੇ ਸਾਡੇ ਗੋਰਾ ਜੀ ਖੋਸਾ ਸਾਹਿਬ ਕੈਨੇਡਾ ਦੇ ਵਿੱਚ ਬੈਠੇ ਨੇ ਜੁਗਿੰਦਰ ਸਿੰਘ ਜੀ ਨੀਲਾ ਦੁਬਈ ਦੇ ਵਿੱਚ ਬੈਠੇ ਨੇ ਬਲੌਰ ਸਿੰਘ ਜੀ ਕੁਵੈਤ ਦੇ ਵਿੱਚ ਨੇ ਪ੍ਰਬੰਧਕਾਂ ਵੀਰਾਂ ਵੱਲੋਂ ਬੇਨਤੀ ਹੈ ਕਿ ਸਾਡੇ ਜਿਹੜੇ ਭਰਾਵਾਂ ਦੀ ਪਾਣੀ ਦੇ ਡਿਊਟੀ ਆ ਟੈਂਕੀ ਭਰਨ ਵਾਸਤੇ ਉਹ ਪਾਣੀ ਦੀ ਟੈਂਕੀ ਭਰ ਲਿਆ ਉਹਨੂੰ ਭਰ ਕੇ ਟੈਂਕੀ ਸਕੂਲ 'ਚ ਛੱਡ ਦੇਣ ਪਾਣੀ ਦੀ ਟੈਂਕੀ ਭਰ ਕੇ ਸਕੂਲ ਛੱਡਣ ਮੇਰੇ ਵੀਰ ਬਣ ਕੇ ਲਖਵੀਰ ਸਿੰਘ ਜੀ ਯੂਐਸਏ ਦੇ ਵਿੱਚ ਬੈਠੇ ਨੇ ਸਾਡੇ ਵੀਰ ਗੁਰਪ੍ਰੀਤ ਸਿੰਘ ਜੀ ਯੂਐਸਏ ਨੰਬਰਦਾਰ ਸਾਹਿਬ ਪਰਿਵਾਰ ਕੁਲਦੀਪ ਸਿੰਘ ਜੀ ਕੀਪਾ ਮਲੀਲਾ ਦੇ ਵਿੱਚ ਬੈਠੇ ਨੇ ਗੁਰਪ੍ਰੀਤ ਸਿੰਘ ਜੀ ਆਸਟ੍ਰੇਲੀਆ ਸਾਹਿਬ ਸਿੰਘ ਜੀ ਕੈਨੇਡਾ ਮਨਿੰਦਰ ਸਿੰਘ ਜੀ ਮਿੰਦਾ ਦੁਬਈ ਦੇ ਵਿੱਚ ਸਾਰੇ ਵੀਰ ਨਿੱਟ ਦੇ ਨਾਲ ਜੁੜੇ ਹੈ ਤੇ ਉਹਨਾਂ ਦੀ ਮੰਗ ਹੈ ਇੱਕ ਵਾਰੀ ਦਰਸ਼ਕ ਦਿਖਾ ਦਿਓ ਇਕੱਲੀ ਇਕੱਲੀ ਕਬੱਡੀ ਮੇਰੇ ਵੀਰੋ ਹੁਣ ਦੇਖਾਂਗੇ ਖੇਡ ਮੈਦਾਨ ਦੇ ਵਿੱਚ ਦੋਨੋਂ ਟੀਮਾਂ ਬਹੁਤ ਚੋਟੀ ਦੀਆਂ ਇਹਨਾਂ ਦਾ ਟਾਈਮ ਕਿੰਨਾ ਜੀ ਕਿਉਂਕਿ ਮੈਚ ਬਹੁਤ ਤਕੜਾ ਮਨਦੀਪ ਸਿੰਘ ਖੇਡਿਆ ਜਾਣਾ ਖੇਡ ਮੈਦਾਨ ਦੇ ਵਿੱਚ ਹਾਂ ਮੈਂ ਪੁਲਿਸ ਵਾਲੇ ਵੀਰਾਂ ਨੂੰ ਕਹੂੰਗਾ ਕਿ VIP ਸਾਹਿਬ ਆ ਰਹੇ ਆ ਇੱਥੇ ਥੋੜ੍ਹਾ ਜਿਹਾ ਰਸਤਾ ਬਣਾ ਲਓ ਇੱਧਰਲਾ ਰਸਤਾ ਬਣਾ ਦਿਓ ਇਹ ਜਿੰਨੇ ਬੰਦੇ ਰਸਤੇ 'ਚ ਖੜ੍ਹੇ ਆ ਇਹ ਹੌਲਦਾਰ ਸਾਹਿਬ ਰਸਤਾ ਬਣਾ ਦਿਓ VIP ਸਾਹਿਬ ਆਪਣੇ ਪਹੁੰਚਣ ਵਾਲੇ ਆ ਨਾਲ ਹੀ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਕੁਝ ਹੀ ਸਮੇਂ ਦੇ ਵਿੱਚ ਸਾਡੇ ਕੋਲ ਸਾਡੇ ਬਹੁਤ ਹੀ ਸਤਿਕਾਰਯੋਗ VIP ਸੱਜਣ ਆ ਰਹੇ ਆ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਦਿਲ ਨਹੀਂ ਕਰਦਾ ਕਹਿਣ ਨੂੰ ਸੀਟਾਂ ਕੁਝ ਚਿਰ ਜ ਖਾਲੀ ਕੀਤੀਆਂ ਜਾਣ ਜੋ ਆਪਾਂ ਆਏ ਹੋਏ ਚੀਫ ਗੈਸਟਾਂ ਨੂੰ ਬਿਠਾ ਸਕੀਏ ਇਹ ਆਪਣੀ ਆਪ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਭ ਹੀ ਆਪਣਾ ਨਗਰ ਆਪਾਂ ਸਾਈਡ 'ਤੇ ਹੋ ਕੇ ਮੇਲਾ ਦੇਖੀਏ ਆਏ ਹੋਏ ਬਾਹਰੋਂ ਚੀਫ ਗੈਸਟਾਂ ਦਾ ਮਾਣ ਕਰਾਂਗੇ ਭਿੰਡਰਾਂ ਦੀ ਟੀਮ ਸਟੇਜ ਵਾਲੇ ਪਾਸੇ ਹੈ ਗੁਰਜੀਤ ਅਗਲਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਣਾ ਪੜਾਣਾ ਵਰਸੇ ਬਾਬਾ ਸੈਦੂ ਸ਼ਾਹ ਕਲੱਬ ਕੰਬਿਆਣਾ ਫਰੀਦਕੋਟ ਤੇ ਨਾਲ ਹੀ ਸਾਡੇ ਕੋਲ ਕਬੱਡੀ 72 ਕਿਲੋ ਦੇ ਦੋ ਸੈਮੀ ਫਾਈਨਲ ਮੈਚ ਨੇ ਇਹ ਵੀ ਟੀਮਾਂ ਚੂੜ ਚੱਕ ਵਰਸੇ ਸਰਾਵਾਂ ਕੁੰਡਿਆਲ ਵਰਸੇ ਚੱਕ ਗਿਲਜੇ ਵਾਲਾ ਇਹ ਵੀ ਟੀਮਾਂ ਆਪਣੀ ਤਿਆਰੀ ਕਰਕੇ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਲਾਗੇ ਆ ਜਾਣ ਲਓ ਸਾਹਮਣੇ ਘਕਨਾ ਸਰਦਾਰ ਬਚਿੰਤ ਸਿੰਘ ਦਾ ਪੁੱਤ ਕਹਿੰਦੇ ਵੀ ਕਬੱਡੀ ਖੇਡ ਮੈਦਾਨ ਦੇ ਵਿੱਚ ਪਾ ਰਿਹਾ ਜੱਦੀ ਪਿੰਡ ਬੱਡੂ ਵਾਲਾ ਹੈ ਇਸ ਰਾਜਵਾਨ ਦਾ
ਇੱਕ ਪਾਸੇ ਨਿੱਕਾ ਸਾਹਮਣੇ ਪੁਰਾਣੇ ਵਾਲੇ ਦੀ ਧਰਤੀ ਦਾ ਤੇ ਦੂਸਰੇ ਪਾਸੇ ਖੇਡ ਮੈਦਾਨ ਦੇ ਵਿੱਚ ਗੋਰਾ ਪੂਰੀ ਕੋਸ਼ਿਸ਼ ਕਰਦਾ ਹੋਇਆ ਆ ਵੀ ਨੌਜਵਾਨਾਂ ਪਾ ਕਬੱਡੀ ਪ੍ਰੀਤਮ ਸਿੰਘ ਨਾਮ ਹੈ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਸਿੱਖ ਸਰਦਾਰ ਨੌਜਵਾਨ ਕੀ ਕਰਕੇ ਯਾਦਗੁਰਾਂ ਨੂੰ ਰੇਡਰ ਦਿੰਦੇ ਨੇ ਮੱਥਾ ਟੇਕ ਜਿਸ ਜਾਥੀ ਪਕੜ ਬਣਾਈ ਹੈ ਲਾਦੂ ਰੇਡਰ ਦੀ ਬਰੇਕ ਜਿੱਥੇ ਰੇਡਾਂ ਪੈਂਦੀਆਂ ਧਰਤੀ ਵਿੱਚ ਪੈਂਦੇ ਸ਼ੇਕ ਨੰਗੇ ਪਿੰਡੇ ਚਮਕਦੇ ਸਾਰੀ ਦੁਨੀਆ ਰਹੀ ਹੈ ਦੇਖ ਮੈਚ ਆਖਿਰ ਉਹਨਾਂ ਨੇ ਜਿੱਤਣਾ ਜੀ ਦੇ ਜਿੱਤ ਲਿਖੀ ਵਿੱਚ ਲੇਖ ਅਗਲੀਆਂ ਦੋਹੇ ਟੀਮਾਂ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਲਾਗੇ ਆ ਜਾਣ ਪੜਾਣਾ ਬਰਸੇ ਬਾਬਾ ਸੈਦੂ ਸ਼ਾਹ ਕਲੱਬ ਕੰਬਿਆਣਾ ਨਾਲ ਹੀ ਕਬੱਡੀ 72 ਕਿਲੋ ਦੀਆਂ ਚਾਰ ਟੀਮਾਂ ਸੈਮੀਫਾਈਨਲ ਮੈਚਾਂ ਦੇ ਲਈ ਖੇਡ ਮੈਦਾਨ ਦੇ ਲਾਗੇ ਆ ਜਾਣ ਲਾਓ ਸਾਹਮਣੇ ਪੈਂਦੀ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਦਰਸ਼ਕ ਦੇਖੋ ਕਿਵੇਂ ਭੀੜਾਂ ਕੱਤਕ ਅੱਜ ਕੋਟ-ਕੋਟ ਕਲਾਂ ਦੀ ਧਰਤੀ ਤੇ ਪੁੱਜੇ ਆ ਇਸ ਕਬੱਡੀ ਦਾ ਲੁਤਫ ਲੈਣ ਦੇ ਲਈ ਮੁਬਾਰਕਬਾਦ ਦੇਵਾਂਗੇ ਸਾਰੇ ਮਿੱਤਰਾਂ ਨੂੰ ਹਾਂਜੀ ਨਾਲ ਹੀ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ 40 ਸਾਲਾਂ ਦੇ ਭਲਵਾਨ ਵੀ ਪੁੱਜ ਗਏ ਨੇ ਆ ਰਹੀਆਂ ਨੇ ਟੀਮਾਂ ਸਰਦਾਰ ਸਾਧੂ ਸਿੰਘ ਜੀ ਇਹਨਾਂ ਵੱਲੋਂ ਵੀ 3100 ਰੁਪਇਆ ਪੁੱਜਿਆ ਸਰਦਾਰ ਰੁਲਦੂ ਸਿੰਘ ਜੀ ਸਰਪੰਚ ਸਾਹਿਬ 3100 ਰੁਪਇਆ ਸਰਦਾਰ ਬਲੌਰ ਸਿੰਘ ਜੀ 3100 ਰੁਪਇਆ ਸਰਦਾਰ ਜੋਗਿੰਦਰ ਸਿੰਘ ਜੀ ਨੀਲਾ ਮੈਂਬਰ ਸਾਹਿਬ 3100 ਰੁਪਇਆ ਸਰਗਤ ਸੀਸਦਾਰ ਅੰਗਰੇਜ਼ ਸਿੰਘ ਜੀ 3100 ਰੁਪਇਆ ਇਸ ਮੁਕਾਬਲੇ ਦੇ ਵਿੱਚੋਂ ਪੁਰਾਣੇ ਵਾਲੇ ਦੀ ਟੀਮ ਜੇਤੂ ਆ ਜੀ ਨੋਟ ਕਰ ਲਓ ਪੁਰਾਣੇ ਵਾਲਾ ਜੇਤੂ ਹੈ ਆਓ ਜੀ ਅਗਲੀਆਂ ਦੋਹੇ ਟੀਮਾਂ ਪੜਾਣਾ ਪੜਾਣਾ ਬਰਸੇ ਕੰਮਿਆਣਾ ਗੁਰਕੀਰਤ ਸੋਨਾ ਜੀ ਵਿਸ਼ੇਸ਼ ਤੌਰ ਤੇ ਪੁੱਜੇ ਨੇ 28 ਤੇ 29 ਤਰੀਕ ਦੇ ਸੱਦੇ ਦਿੰਦੇ ਨੇ ਕਬੱਡੀ 70 ਕਿਲੋ ਔਰ ਕਬੱਡੀ ਓਪਨ ਦੇ ਮੈਚ ਚੋਣਗੇ ਤਲਵੰਡੀ ਭਾਈ ਦੀ ਧਰਤੀ ਹੈ ਸੋ ਆ ਵੀ ਨੌਜਵਾਨਾਂ ਇੱਕ ਪਾਸੇ ਜ਼ਿਲ੍ਹੇ ਫਰੀਦਕੋਟ ਦੀ ਟੀਮ ਹੈ ਤੇ ਦੂਸਰੇ ਪਾਸੇ ਦੇਖਾਂਗੇ ਪੁੜਾਣਾ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਹੈ ਮੈਚ ਸ਼ੁਰੂ ਕੀਤਾ ਜਾਵੇ ਜਲਦੀ ਤੋਂ ਜਲਦੀ ਤੇ ਨਾਲ ਹੀ ਇਸ ਤੋਂ ਅੱਗੇ ਕਬੱਡੀ 70 ਕਿਲੋ ਦੇ ਮੈਚ ਸ਼ੁਰੂ ਹੋਣੇ ਨੇ 72 ਕਿਲੋ ਦੇ ਡਾਕਟਰ ਜਸਵੰਤ ਸਿੰਘ ਜੀ 3100 ਰੁਪਇਆ ਸਰ ਮਕੰਦ ਸਿੰਘ ਜੀ ਕਰਮਿੱਤੀ ਵਾਲੇ ਮੈਂਬਰ ਬਲਾਕ ਸਮਤੀ 3100 ਰੁਪਇਆ ਸਰਦਾਰ ਹਰਪਾਲ ਸਿੰਘ ਜੀ 3100 ਰੁਪਇਆ ਹੈਲੋ ਸਰਦਾਰ ਗੁਰਦੀਪ ਸਿੰਘ ਜੀ ਦੀਪਕ ਕੱਸੋ ਵਾਲਾ 3100 ਰੁਪਇਆ ਸਰਦਾਰ ਸੁਦਾਗਰ ਸਿੰਘ ਜੀ 2500 ਰੁਪਇਆ ਹੈਲੋ ਇਸ ਤੋਂ ਬਾਅਦ 40 ਸਾਲਾਂ ਦਾ ਜੋ ਮੈਚ ਹੋਊਗਾ ਜੀ ਠੀਕ ਆ ਜੀ ਉਸ ਤੋਂ ਬਾਅਦ 72 ਕਿਲੋ ਦੇ ਮੈਚ ਹੋਣਗੇ ਨਾਲ ਹੀ ਸਤਿਕਾਰਯੋਗ ਉਸਦਾ ਸੁਖਦੇਵ ਸਿੰਘ ਜੀ 2500 ਰੁਪਇਆ ਪਿੰਡਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ 2100 ਰੁਪਇਆ ਜਿਹੜੀ ਆਪਣੀ ਆਹ ਸਟੇਜ ਆ ਹੱਥ ਬੰਨ ਕੇ ਬੇਨਤੀ ਕਰਦਾ ਮੈਂ ਆਪਣੇ ਪਿੰਡ ਦੇ ਮੋਹਤਬਰ ਸੱਜਣਾ ਕੇ ਵੀ ਇਹ ਜਿਹੜੀ ਸਟੇਜ ਆ ਸਿਰਫ ਪੰਚਾਇਤ ਤੇ ਜੇ ਬਾਹਰੋਂ ਆਏ ਸੱਜਣ ਤੇ ਜਾਂ VIP ਲਈ ਆ ਆਹ ਸਟੇਜ ਉਹਨਾਂ ਨੂੰ ਬਾਕੀ ਪਿੰਡ ਦੇ ਸੱਜਣਾਂ ਨੂੰ ਕੁਰਸੀਆਂ ਲਾਈਆਂ ਜੇ ਘਟਣਗੀਆਂ ਹੀ ਕੁਰਸੀਆਂ ਦੇ ਇੰਤਜ਼ਾਮ ਹੋਰ ਕਰਾਂਗੇ ਉਹ ਪਾਸੇ ਕੁਰਸੀਆਂ ਦੇ ਵੀਰ ਬਣ ਕੇ ਬੈਠ ਜਾਣ ਜਿਹੜੇ ਇਸ ਸਟੇਜ ਦੇ ਬੰਦੇ ਬੈਠੇ ਆ ਪੰਚਾਇਤ ਤੋਂ ਜਾਂ ਬਾਹਰਲੇ ਬੰਦਿਆਂ ਤੋਂ ਬਿਨਾਂ ਡਾਕਟਰ ਪਿਆਰਾ ਸਿੰਘ ਜੀ 2100 ਰੁਪਇਆ ਉਹਨਾਂ ਦਾ ਵੀ ਵਿਸ਼ੇਸ਼ ਧੰਨਵਾਦ ਕਰਾਂਗੇ ਉਹਨਾਂ ਨੂੰ ਅਸੀਂ ਪਾਸੇ ਕੁਰਸੀਆਂ ਦਿੰਦੇ ਹਾਂ ਐਡਜਸਟ ਕਰਕੇ
ਇਹ ਸਟੇਜ ਤੇ ਵੀਰ ਬਣ ਕੇ ਹੱਥ ਬੰਨ ਕੇ ਬੇਨਤੀ ਹੈ ਨਾ ਬੇਟਾ, ਆਪਾਂ ਹੀ ਐਡਜਸਟਮੈਂਟ ਕਰਨੀ ਹੈ, ਜਿਹੜੇ ਬਾਹਰੋਂ ਬੰਦੇ ਉਹਨਾਂ ਦੀ ਇੱਜ਼ਤ ਕਰਨੀ ਹੈ, VIP ਦੀ ਇੱਜ਼ਤ ਕਰਨੀ ਹੈ, ਅਤੇ ਉਹ ਪੰਚਾਇਤ ਨੇ ਉਹਨਾਂ ਨੂੰ ਆਉਂਦਿਆਂ ਰਿਸਪੈਕਟ ਦੇਣੀ ਹੈ। ਸੋ ਹੱਥ ਬੰਨ ਕੇ ਬੇਨਤੀ ਹੈ ਜਿਹੜੀ ਪੰਚਾਇਤ ਬੈਠੀ ਸਾਡੀ ਅੱਗੇ ਇਹ ਬੈਠੀ ਰਹੇ, ਬਾਕੀ ਪਿੰਡ ਦੇ ਸੱਜਣਾਂ ਨੂੰ ਅਸੀਂ ਪਾਸੇ ਕੁਰਸੀਆਂ ਲਾ ਕੇ ਦਿੰਦੇ ਹਾਂ, ਉੱਥੇ ਬੈਠ। ਅਗਲੇ ਮੈਚ ਦੀਆਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ। ਕਬੱਡੀ 72 ਕਿਲੋ ਦੇ ਦੋ ਸੈਮੀਫਾਈਨਲ ਮੈਚ ਨੇ, ਨਾਲ 40 ਸਾਲਾਂ ਦੇ ਗੱਭਰੂਆਂ ਦਾ ਮੈਚ ਹੈ। ਲਓ ਖੇਡ ਮੈਦਾਨ ਦੇ ਵਿੱਚ ਕੰਮਿਆਂ ਨਾਲ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਹੈ, ਟੀਮ ਹੋ ਗਈ ਸਾਹਮਣੇ ਸਟੇਜ ਵਾਲੇ ਪਾਸੇ, ਦੂਸਰੇ ਪਾਸੇ ਕੁਲਵੰਤ ਸਿੰਘ ਦਾ ਕਬੱਡੀ ਜਗਤ ਦੇ ਵਿੱਚ ਨਾਮ ਵੱਡਾ ਹੈ, ਇੱਕ ਪਾਸੇ ਉਹਦੀ ਟੀਮ ਹੈ ਜਿੱਥੋਂ ਦਾ ਜਗਮੀਤ ਕਹਿੰਦੇ ਵੀ ਇੰਗਲੈਂਡ ਵੀ ਖੇਡਿਆ, ਕੈਨੇਡਾ ਵੀ ਖੇਡਿਆ। ਆਓ ਸਾਹਮਣੇ ਦੇਖਾਂਗੇ ਖੇਡ ਮੈਦਾਨ ਦੇ ਵਿੱਚ, ਕੱਲ ਤਲਵੰਡੀ ਭਾਈ ਨਾਲ ਮਿਲ ਕੇ ਝੰਡਿਆਣੇ ਦਾ ਮੇਲਾ ਜਿੱਤਣ ਵਾਲਾ ਆਹ ਸਾਹਮਣੇ ਖਿਡਾਰੀ ਖੇਡ ਮੈਦਾਨ ਦੇ ਵਿੱਚ ਪਹਿਲੀ ਕਬੱਡੀ ਪਾਉਣ ਦੀ ਤਿਆਰੀ ਕਰ ਰਿਹਾ ਖੇਡ ਮੈਦਾਨ ਦੇ ਵਿੱਚ। ਹੈਲੋ, ਓਪਨ ਦੂਸਰੇ ਰਾਊਂਡ ਦੀਆਂ ਟਾਈਆਂ ਕੱਢੀਆਂ ਜਾ ਰਹੀਆਂ, ਜੇ ਕੋਈ ਵੀਰ ਵੇਖਣਾ ਚਾਹੁੰਦਾ ਤਾਂ ਆ ਕੇ ਐਂਟਰੀਆਂ ਵਾਲੀ ਟਰਾਲੀ ਕੋਲ ਵੇਖ ਸਕਦਾ। ਆਹ ਮੈਚ ਕਿਹੜਾ ਮੈਚ ਚੱਲਣ ਡਿਆ ਵੀਰ ਜੀ? ਇਹ ਕੰਮਿਆਣੇ ਦੀ ਟੀਮ ਸਟੇਜ ਵਾਲੇ ਪਾਸੇ ਆ ਜੀ, ਦੂਸਰੇ ਪਾਸੇ ਪੜਾਣੇ ਦੀ ਟੀਮ ਹੈ। ਤੇ ਪਹਿਲੇ ਵਿਕਟ ਜਿਹਦੇ ਪੁਰਾਣੇ ਵਾਲਾ ਵਰਸ ਭਿੰਡਰ, ਉਹ ਚੋ ਪੁਰਾਣੇ ਵਾਲੇ ਦੀ ਟੀਮ ਜੇਤੂ ਰਹੀ ਹੈ ਜੀ, ਨੋਟ ਕਰ ਲਓ। ਲਓ ਸਾਹਮਣੇ ਪੜਾਣੇ ਪਿੰਡ ਦੇ ਜਗਮੀਤ ਸਿੰਘ ਦੀ ਪਹਿਲੀ ਪਲੇਠੇ ਪੁੱਤ ਵਰਗੀ ਪਾਈ ਹੋਈ ਕਬੱਡੀ ਸੱਚੇ ਪਾਤਸ਼ਾਹ। 40 ਸਾਲਿਆਂ ਦਾ ਮੈਚ ਹੋਣਾ ਵੀਰ ਬਣ ਕੇ, 40 ਸਾਲੇ ਆਪਦੇ ਪੁਆਇੰਟ ਤੇ ਪਹੁੰਚੋ ਜਿੱਥੇ ਵਾਰਮ ਅਪ ਹੁੰਦੇ ਆ, ਜੇ ਨਹੀਂ ਹੋ ਰਿਹਾ ਸਾਨੂੰ ਤਾਂ ਵੀ ਦੱਸ ਦਿਓ। 40 ਸਾਲਿਆਂ ਦਾ ਮੈਚ ਇਸ ਮੈਚ ਤੋਂ ਬਾਅਦ ਹੋਣਾ, ਗਰਾਊਂਡ ਖਾਲੀ ਨਹੀਂ ਕਰਨੀ। 40 ਸਾਲਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਉਹ ਉੱਥੇ ਵਾਰਮ ਅਪ ਪੁਆਇੰਟ ਤੇ ਪਹੁੰਚ ਜਾਣ। 40 ਸਾਲਾਂ ਦੇ ਮੈਚ ਦੀਆਂ ਟੀਮਾਂ ਵੀ ਪੂਰੀਆਂ ਤਿਆਰ ਨੇ। 72 ਕਿਲੋ ਚੂੜ ਚੱਕ ਵਰਸਾ ਸਰਾਵਾਂ, ਇਹ ਪਹਿਲਾਂ ਦੋ ਮੈਚ ਕਰਾਉਣੇ ਜਿਸ ਦਾ ਦਰਸ਼ਨ ਸਿੰਘ ਜੀ, ਇਸ ਤੋਂ ਬਾਅਦ ਆਪਾਂ ਫੌਰਨ ਕਰਾਵਾਂਗੇ ਕਬੱਡੀ। 40 ਸਾਲਾਂ ਦੇ ਗੱਭਰੂਆਂ ਦੇ ਮੈਚ, ਚੂੜ ਚੱਕ ਤੇ ਸਰਾਵਾਂ ਦੇ ਗੱਭਰੂ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣ। ਲਓ ਸਾਹਮਣੇ ਮੰਨੇ ਦੀ ਪਾਈ ਹੋਈ ਕਬੱਡੀ ਹੈ, ਦੂਸਰੇ ਪਾਸੇ ਚਾਰ ਜਾਫੀ ਫਰੀਦਕੋਟੀਏ, ਬਾਬੇ ਸ਼ੇਖ ਫਰੀਦ ਦੀ ਧਰਤੀ ਹੈ ਕਿ ਫਰੀਦਾ ਖਾਕ ਨਾ ਨਿੰਦੀਏ, ਖਾਕ ਜੇਡ ਨਾ ਕੋਏ, ਜੀਮਦਿਆਂ ਪੈਰਾਂ ਥੱਲੇ ਤੇ ਮੋਹਿਆਂ ਉੱਪਰ ਹੋਏ। ਲਓ ਸਾਹਮਣੇ ਮਰੂੜ ਦੇ ਕਹਿੰਦੇ ਵੀ ਗੋਰੇ ਨੇ ਪੂਰੀ ਦੁਨੀਆ ਮਨਾਈ ਹੈ, ਤੇ ਦੂਸਰੇ ਪਾਸੇ ਆਓ ਸਾਹਮਣੇ ਕਿ ਬਾਜਾਂ ਵਰਗੀ ਝਪਟ ਮਾਰਦਾ ਲਾਉਂਦਾ ਕੈਂਚੀ ਭਾਰੀ, ਸਿਰ ਕੱਢ ਜਾਫੀ ਨੂੰ ਦੁਨੀਆ ਜਾਣਦੀ ਸਾਰੀ। ਗੋਰਾ ਮਰੂੜ ਵਾਲਾ ਵੀ ਕਹਿੰਦੇ ਵੀ ਇੰਗਲੈਂਡ ਖੇਡਿਆ, ਤੇ ਗੋਰਾ ਪੜਾਣੇ ਵਾਲਾ ਵੀ ਇੰਗਲੈਂਡ ਖੇਡਿਆ। ਜਗਮੀਤ ਨੇ ਇੰਗਲੈਂਡ ਤੋਂ ਸਿੱਧੀ ਉਡਾਨ ਭਰੀ ਹੈ ਕੈਨੇਡਾ ਦੀ। ਲਓ ਖੇਡ ਮੈਦਾਨ ਦੇ ਵਿੱਚ ਪੁਆਇੰਟ ਲੈ ਕੇ ਵਾਪਸ ਮੁੜਦਾ ਹੋਇਆ ਪਾ ਵੀ ਨੌਜਵਾਨ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ। ਚਾਰ ਜਾਫੀ ਸਾਹਮਣੇ, ਹੁਣ ਦੇਖਾਂਗੇ ਇੱਕ ਪਾਸੇ ਬਾਬੇ ਦੀ ਸਾਊਂਡ ਹੈ ਤੇ ਦੂਸਰੇ ਪਾਸੇ ਕੋਟ ਕਰੋੜ ਦਾ ਗਰਾਊਂਡ ਹੈ, ਸੋਨੇ ਤੋਂ ਸੁਹਾਗੇ ਵਾਲੀ ਗੱਲ ਹੈ, ਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਦਰਸ਼ਕ ਇਸ ਕਬੱਡੀ ਦਾ ਸਵਾਦ ਲੈ ਰਹੇ ਨੇ। ਸਾਹਮਣੇ VIP ਸਟੇਜ ਖਾਲੀ ਕਰ ਦਿੱਤੀ ਜਾਵੇ, ਹੱਥ ਬੰਨ ਕੇ ਬੇਨਤੀ ਕੀਤੀ ਜਾ ਰਹੀ ਹੈ ਕਿ ਕੁਝ ਹੀ ਸਮੇਂ ਦੇ ਵਿੱਚ ਸਾਡੇ ਅੱਜ ਦੇ ਮੁੱਖ ਮਹਿਮਾਨ ਚੀਫ ਗੈਸਟ ਪੁੱਜ ਰਹੇ ਨੇ, ਉਹਨਾਂ ਨੂੰ ਵੀ ਆਪਾਂ ਆਇਆਂ ਨੂੰ ਵੈਲਕਮ ਕਹਾਂਗੇ। ਲਓ ਸਾਹਮਣੇ ਪੜਾਣੇ ਪਿੰਡ ਦਾ ਜਗਮੀਤ ਸਿੰਘ, ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪਣੀ ਟੀਮ ਦੇ ਲਈ ਇੱਕ ਬਹੁਤ ਹੀ ਵਧੀਆ ਪੁਆਇੰਟ ਦਾ ਵਾਧਾ ਕਰਦਾ ਹੋਇਆ ਚੱਲ ਵੀ ਨੌਜਵਾਨਾਂ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ ਚੂੜ ਚੱਕ ਤੇ ਸਰਾਵਾਂ ਨੂੰ ਕਾਲ ਕਰੀਏ। ਇਹ ਟੀਮਾਂ ਅਜੇ ਤੱਕ ਕਿਤੇ ਦਿਖਾਈ ਨਹੀਂ ਦੇ ਰਹੀਆਂ, ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣ। ਚੂੜ ਚੱਕ ਵਰਸ ਸਰਾਵਾਂ,
ਕੁੰਡਿਆਲ ਤੇ ਚੱਕ ਗਿਲਜੇ ਵਾਲਾ ਇਹਨਾਂ ਟੀਮਾਂ ਦੇ ਦਰਮਿਆਨ ਇਸ ਤੋਂ ਅੱਗੇ ਦੋ ਸੈਮੀਫਾਈਨਲ ਮੈਚ ਖੇਡੇ ਜਾਣੇ ਨੇ ਆ ਵੀ ਜਗਮੀਤ ਸਿਆਪਾ ਕਬੱਡੀ ਹਲੇ 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 ਚਿਕਸਾਰ ਹਲੇ ਹਲੇ ਇਸ ਮੁਕਾਬਲੇ ਦੇ ਵਿੱਚੋਂ ਹੈਲੋ ਪੜਾਣੇ ਦੀ ਟੀਮ ਜੇਤੂ ਆ ਜੀ ਨੋਟ ਕੀਤਾ ਜਾਵੇ ਹਾਂਜੀ ਜਿਨ੍ਹਾਂ ਸੱਜਣਾਂ ਨੇ ਸਾਨੂੰ ਮਾਣ ਸਨਮਾਨ ਦਿੱਤਾ ਸੀ ਟੂਰਨਾਮੈਂਟ ਲਈ ਮੈਂ ਉਹਨਾਂ ਦੇ ਨਾਮ ਬੋਲਣ ਜਾ ਰਿਹਾ ਜੇ ਉਹ ਆਸੇ ਪਾਸੇ ਹੋਣ ਤਾਂ ਸਟੇਜ ਕੋਲ ਆਉਣ ਦੀ ਕਿਰਪਾਲਤਾ ਕਰਨ ਬਿਕਰ ਸਿੰਘ ਸੰਘਾ ਸਾਹਿਬ ਅਵਤਾਰ ਸਿੰਘ ਸਰਪੰਚ ਸਾਹਿਬ ਰੂਬੀ ਜੀ ਇੰਗਲੈਂਡ ਤੋਂ ਰਤਿੰਦਰ ਸਿੰਘ ਰਿੱਕੀ ਇੰਸਪੈਕਟਰ ਫੂਡ ਸਪਲਾਈ ਸਰੂਪ ਸਿੰਘ ਜੀ ਡਾਕਟਰ ਜਸਵੰਤ ਸਿੰਘ ਮੁਕੰਦ ਸਿੰਘ ਕਰਮਿੱਤੀ ਜੀ ਮੈਂਬਰ ਬਲਾਕ ਸਮਿਤੀ ਹੈਲੋ ਗੁਰਦੀਪ ਸਿੰਘ ਜੀ ਕਸੂਆਣਾ ਹੈਲੋ ਪਿੰਦਾ ਆਪਣੀ 40 ਸਾਲਾਂ ਦੀ ਟੀਮ ਲੈ ਕੇ ਗਰਾਊਂਡ 'ਚ ਪਹੁੰਚੇ ਕਬੱਡੀ ਖਿਡਾਰੀ ਪਿੰਦਾ ਆਪਣੀ 40 ਸਾਲਾਂ ਟੀਮ ਲੈ ਕੇ ਗਰਾਊਂਡ ਦੇ ਵਿੱਚ ਪਹੁੰਚੇ ਦੂਜੀ ਟੀਮ ਗਰਾਊਂਡ ਦੇ ਵਿੱਚ ਪਹੁੰਚ ਚੁੱਕੀ ਹੈ ਹੈਲੋ ਸੁਖਜਿੰਦਰ ਸਿੰਘ ਜੀ ਅੰਗਰੇਜ਼ ਸਿੰਘ ਜੀ ਰਵਿੰਦਰ ਸਿੰਘ ਜੀ ਬਾਂਟੀ
ਹੈਲੋ ਆ ਕਿਹਦਾ ਕਿਹਦਾ 40 ਸਾਲਿਆਂ ਦਾ ਮੈਚ ਹੁੰਦੇ ਆ ਠੀਕ ਆ ਕਰਾਓ ਕਰਾਓ ਮੈਂ ਬੇਣਾ ਹੈਲੋ ਹੈਲੋ ਸੋ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ 9 10 ਤੇ 11 ਤੇ 12 ਤਰੀਕ ਨੂੰ ਪਿੰਡ ਸੱਦਾ ਸਿੰਘ ਵਾਜ ਦੀ ਧਰਤੀ ਤੇ ਕਬੱਡੀ ਦਾ ਕੁੰਭ ਕਰਵਾਇਆ ਗਿਆ ਜਾ ਰਿਹਾ ਹੈ ਹਰਬੰਸ ਸਿੰਘ ਜੀ ਸਰਪੰਚ ਸਾਹਿਬ ਉਹ ਸਾਡੇ ਦਰਮਿਆਨ ਪੁੱਜੇ ਨੇ 9 ਤਰੀਕ ਨੂੰ ਮੇਲਾ ਮਿੱਤਰਾਂ ਦਾ ਇਹ ਪ੍ਰੋਗਰਾਮ ਟੀਵੀ ਚੈਨਲਾਂ ਤੇ ਵੀ ਚੱਲਣਾ ਹੈ ਸੋ ਸਾਰੇ ਦਰਸ਼ਕ ਵੀਰਾਂ ਨੂੰ ਖਿਡਾਰੀਆਂ ਨੂੰ ਬੇਨਤੀ ਹੈ ਕਿ ਹਮ ਹਮ ਆ ਕੇ ਪਿੰਡ ਸੱਦਾ ਸਿੰਘ ਵਾਲੇ ਦੇ ਟੂਰਨਾਮੈਂਟ ਨੂੰ 4 ਚੈਨਲ ਆਉਣੇ ਨੇ 9 10 11 ਤੇ 12 ਤਰੀਕ ਪਿੰਡ ਸੱਦਾ ਸਿੰਘ ਵਾਲੇ ਦੀ ਧਰਤੀ ਤੇ ਕਬੱਡੀ ਦਾ ਕੁੰਭ ਕਰਵਾਇਆ ਜਾ ਰਿਹਾ ਹੈ ਹੈਲੋ ਸਰਦਾਰ ਹਰਬੰਸ ਸਿੰਘ ਜੀ ਸਰਪੰਚ ਸਾਹਿਬ ਉਹ ਪੁੱਜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇੱਕ ਪਾਸੇ ਪੰਜਾਬ ਰਾਜ ਬਿਜਲੀ ਬੋਰਡ ਹੈ ਤੇ ਦੂਸਰੇ ਪਾਸੇ ਕਹਿੰਦੇ ਮੇਰੇ ਵੀਰੋ ਮੋਗਾ ਪਿੰਦਾ ਕਹਿੰਦੇ ਜਿੰਨੇ ਪੁਆਇੰਟ ਲਊਗਾ ਸੁਖਚੈਨ ਸਿੰਘ ਜੀ ਸਰਪੰਚ ਸਾਹਿਬ ਕਹਿੰਦੇ ਆਪਾਂ ਹਰ ਇੱਕ ਜੱਫੇ ਦਾ ਹਰ ਇੱਕ ਪੁਆਇੰਟ ਦਾ ਸਾਹ ਦਾ ਮਾਫ ਕਰਾਂਗੇ ਅਨਾਉਂਸਮੈਂਟ ਹੈ ਡਾਕਟਰ ਜਸਵੰਤ ਤੇ ਮਾਸਟਰ ਲਖਵਿੰਦਰ ਵੱਲੋਂ ਹਰ ਰੇਟ ਤੇ ਦੋਵਾਂ ਲੋ 200 ਰੁਪਿਆ ਤੇ ਹਰ ਪੁਆਇੰਟ ਤੇ 100-100 ਰੁਪਿਆ ਮਿਲਣਗੇ ਪਿੰਦਾ ਕਬੱਡੀ ਖਿਡਾਰੀ ਨੂੰ ਸੋ ਦਰਸ਼ਕਾਂ ਨੇ ਤਾੜੀਆਂ ਮਾਰ ਕੇ ਹੌਸਲਾ ਵਧਾਉਣਾ ਹੈ ਪਿੰਦੇ ਦਾ ਮਨਪ੍ਰੀਤ ਸਿੰਘ ਜੀ ਮੰਡੀਲਾ ਵਾਲੇ ਵੀ ਹਰ ਇੱਕ ਪੁਆਇੰਟ ਦੇ ਮਾਨ ਸਨਮਾਨ ਕਰਨਗੇ ਇੱਕ ਪਾਸੇ ਕਹਿੰਦੇ ਨੌਜਵਾਨ ਇਹ ਆ ਰਣਜੀਤ ਮੇਰੇ ਵੀਰੋ ਪਰ ਪਿੰਦਾ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਆਹ ਖਿਡਾਰੀ ਨਵੇਂ ਪਿੰਡੀਆ ਭਿੰਦਰ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਇਹ ਆ ਨਵੇਂ ਪਿੰਡੀਆ ਭਿੰਦਰ ਦੁਨੀਆ ਦਾ ਸੁਪਰ ਸਟਾਰ ਕਬੱਡੀ ਖਿਡਾਰੀ ਉਹਨਾਂ ਟਾਈਮਾਂ ਦੇ ਵਿੱਚ ਮੋਟਰਸਾਈਕਲ ਜਿੱਤੇ ਜਿੰਨਾ ਟਾਈਮਾਂ ਦੇ ਵਿੱਚ ਮੇਰੇ ਵੀਰੋ ਪਿੰਡ ਪੱਧਰ ਦਾ ਨਾਮ ਕਹਿੰਦੇ ਥੋੜਾ ਹੁੰਦਾ ਸੀ ਪਰ ਭਾਵੇਂ ਗੱਲ ਦੁਨੀਆ ਦੇ ਸੁਪਰ ਸਟਾਰ ਦੀ ਹੈ ਗ੍ਰੇਵਜੰਡ ਦੀ ਖੇਡ ਕਬੱਡੀ ਕਲੱਬ ਦੇ ਲਈ ਖੇਡਣ ਵਾਲਾ ਹੈਲੋ ਹਾਂ ਬਾਪੂ ਸੁਰਜਨ ਸਿੰਘ ਦੇ ਪਰਿਵਾਰ ਵੱਲੋਂ ਪਿੰਦਾ ਜਿੰਨਾ ਪੁਆਇੰਟ ਲਊ ਕਹਿੰਦੇ ਵੀ 100 ਰੁਪਈਆ ਨਵੇਂ ਪਿੰਡੀਆ ਪੁਆਇੰਟ ਲੈ ਕੇ ਵਾਪਸ ਗਿਆ ਭਿੰਦਰ ਮੇਰੇ ਵੀਰੋ ਕਹਿੰਦੇ ਜਲੰਧਰ ਜਲੰਧਰ ਦੇ ਲਾਗੇ ਸ਼ਾਹਕੋਟ ਤੇ ਸ਼ਾਹਕੋਟ ਦੇ ਲਾਗੇ ਮੇਰੇ ਵੀਰੋ ਜਿੰਨੇ ਪੁਆਇੰਟ ਸੁਰਜਨ ਸਿੰਘ ਪਰਿਵਾਰ ਵੱਲੋਂ 100 ਰੁਪਈਏ ਦੇ ਨਾਲ ਹੀ ਬਲਕਾਰ ਸਿੰਘ ਨੰਬਰਦਾਰ ਦੇ 100 ਰੁਪਈਏ ਜਿੰਨੇ ਪੁਆਇੰਟ ਲਊਗਾ ਭਿੰਦਾ ਉਧਰ ਵੇਖਦਾ ਵੀ ਪੂਨਮਾ ਰੇੜਮਾ ਦਾ ਮੇਲੋ ਕਬੱਡੀ ਪਾ ਰਿਹਾ ਮੇਰੇ ਪੰਜਾਬੀ ਵੀਰੋ ਹੁਣ ਵੇਖਦਾ ਵੀ ਕੀ ਫੈਸਲਾ ਹੈ ਵੀ ਪੁਆਇੰਟ ਜਾਫੀ ਦੇ ਹਿੱਸੇ ਜਾ ਜੁੜਿਆ ਡਾਕਟਰ ਜਸਵੰਤ ਤੇ ਮਾਸਟਰ ਲਖਵਿੰਦਰ ਵੱਲੋਂ ਅਨਾਉਂਸਮੈਂਟ ਹੈ ਪਿੰਦਾ ਜਿੰਨੇ ਰੇਡਾਂ ਪਾਊਗਾ ਤੇ ਹਰ ਰੇਟ ਦੇ ਲਈ ਤੇ ਹਰ ਪੁਆਇੰਟ ਦੇ ਲਈ 100-100 ਰੁਪਇਆ ਦੋਨਾਂ ਦੇ ਵੱਲੋਂ ਡਾਕਟਰ ਜਸਵੰਤ ਤੇ ਮਾਸਟਰ ਲਖਵਿੰਦਰ ਦੇ ਵੱਲੋਂ ਲਓ ਕੇਵਲ ਬਾਰੇ ਵਾਲੀ ਆ ਕਬੱਡੀ ਪਾ ਰਿਹਾ ਮੇਰੇ ਪੰਜਾਬੀ ਵੀਰੋ ਉਧਰ ਚੇਤ ਖਾਈ ਵਾਲਾ ਇੱਕ ਪਾਸੇ ਕੇਵਲ ਹੈ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਚੱਲ ਵੀ ਰਾਮੂ ਪਾ ਵੀ ਕਬੱਡੀ ਆਹ ਖਿਡਾਰੀ ਕਹਿੰਦੇ ਅੱਜ ਵੀ ਜਦੋਂ ਕਬੱਡੀਆਂ ਪਾਉਂਦਾ ਪਿੰਡ ਪੱਧਰ ਦੇ ਵਿੱਚ ਮੇਰੇ ਵੀਰੋ ਨੌਨ ਸਟਾਪ ਕਬੱਡੀਆਂ ਪਾਉਂਦਾ ਹੈ ਇਸ ਵੇਲੇ ਵੇਖਦਾ ਵੀ ਰਾਮੂ ਬੁਰਜ ਹਮੀਰੇ ਵਾਲਾ ਕਬੱਡੀ ਪਾ ਰਿਹਾ ਤੇ ਮੇਰੇ ਨਾਲ ਹੈਲੋ ਬਾਬਾ ਰਾਮਦਾਸ ਕਮੇਟੀ ਵੱਲੋਂ ਅਨਾਉਂਸਮੈਂਟ ਪਿੰਡਾ ਜਿੰਨੇ ਵੀ ਪੁਆਇੰਟ ਲਊਗਾ ਹਰ ਪੁਆਇੰਟ ਦੇ ਉਹਨੂੰ 100 ਰੁਪਇਆ ਬਾਬਾ ਰਾਮਦਾਸ ਟੂਰਨਾਮੈਂਟ ਕਮੇਟੀ ਵੱਲੋਂ ਪਿੰਡੇ ਦੇ ਲਈ ਇੱਕ ਪਾਸੇ ਮੁਕਾਬਲਾ ਸਖਤ ਆ ਮੇਰੇ ਪੰਜਾਬੀ ਵੀਰੋ ਰਣਜੀਤ ਸਿੰਘ ਇਸ ਵੇਲੇ ਪੂਰੀ ਕੋਸ਼ਿਸ਼ ਕਰ ਰਿਹਾ ਜੱਫਾ ਲਾਉਣ ਦੀ ਉਧਰ ਰਾਮੂ ਆ ਬੁਰਜ ਵਾਲਾ ਮੁਕਾਬਲਾ ਸਖਤ ਆ ਤੇ ਪੁਆਇੰਟ ਜਿਹੜਾ ਇਸ ਵੇਲੇ ਜਾਫੀ ਦੇ ਹਿੱਸੇ ਜਾ ਜੁੜਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਤੇ ਆ ਆਇਆ ਕਬੱਡੀ ਦਾ ਸਾਹ ਸਵਾਰ ਜਾਫੀ ਲਾਲਾ ਤਲਵੰਡੀ ਵਾਲਾ ਤੁਹਾਡੇ ਏਰੀਏ ਦਾ ਖਿਡਾਰੀ ਮੇਰੇ ਵੀਰੋ ਅੱਜ ਭਾਵੇਂ ਨਹੀਂ ਖੇਡ ਰਿਹਾ ਪਰ ਆਪਣੀ ਟੀਮ ਨੂੰ ਲੈ ਕੇ ਜ਼ਰੂਰ ਪੁੱਜਿਆ ਮੇਰੇ ਵੀਰੋ ਕਿਉਂਕਿ ਕੋਟ ਕਰੋੜ ਨਗਰ ਦੇ ਨਾਲ ਪਿਆਰ ਹੈ ਪਾਲੀ ਛੰਨਾ ਵਾਲਾ ਕਬੱਡੀ ਪਾ ਰਿਹਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਭਰਮਾ ਜੁੱਸਾ ਇੱਕ ਪਾਸੇ ਕਮਤਾ ਪੜਾਣੇ ਵਾਲਾ ਨਾਲ ਮਨਜੀਤ ਪੁਲਸੀਆ ਨਾਲ ਕਹਿੰਦੇ ਨੇ ਵੀ ਨੌਜਵਾਨ ਮੱਲ ਵਕੀਲਾਂ ਵਾਲੇ ਦਾ ਤੇ ਇਸ ਵੇਲੇ ਵੇਖਦਾ ਵੀ ਖਾਈ ਵਾਲੇ ਚੇਤ ਦੇ ਨਾਲ ਮੁਕਾਬਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਹੋ ਚੁੱਕਿਆ ਹੈ ਫੜਿਆ ਹੋਇਆ ਗੁੱਟ ਹੈ ਵੱਜ ਗਈ ਕੈਂਚੀ ਹੈ ਸਵਾਦ ਆ ਗਿਆ ਇਸ ਆਈ ਸਾਹਿਬ ਵੇਖੋ ਜਿਹੜਾ ਖੇਡ ਕਬੱਡੀ ਦੀ ਗੱਲ ਹੈ ਲੱਖ ਲੱਖ ਦੀ ਕਬੱਡੀ ਅੱਜ ਪਾਉਣਗੇ ਮੇਰੇ ਵੀਰੋ ਲੱਖ ਲੱਖ ਦੀ ਕਬੱਡੀ ਹੈ ਇੱਧਰ ਸੁਖਚੈਨ ਸਿੰਘ ਜੀ ਸਰਦਾਰ ਸੁਖਚੈਨ ਸਿੰਘ ਜੀ ਸਰਪੰਚ ਸਾਹਿਬ
ਮੇਰੇ ਵੀਰੋ 100 ਰੁਪਇਆ ਮਾਨ ਸਨਮਾਨ ਕਰ ਰਹੇ ਹੈ। ਗਗੜੇ ਵਾਲਾ ਧੰਨਾ ਕਬੱਡੀ ਪਾ ਰਿਹਾ, ਉਧਰ ਕਹਿੰਦੇ ਨੌਜਵਾਨੇ ਲੱਤ ਫੜਦੀ ਆ, ਹੁਣ ਗੱਲ ਕਸੂਤੀ ਜਾਪਦੀ ਮੇਰੇ ਪੰਜਾਬੀ ਵੀਰੋ, ਹੁਣ ਵੇਖਦਾ ਵਾਹ ਹਾਂ ਮੇਰੀ ਸਾਹ ਲੈ ਵੀ ਬਾਈ ਲਾ ਲੈ ਨਾ ਦੱਸੀ ਇਸ ਜਾਫੀ ਦਾ ਕੀ ਹੈ। ਬਿੱਲੂ ਉਟਾਲਾ ਵਾਲਾ ਮੇਝੀ ਦਾ ਪੇਂਡੂ ਆ ਕਹਿੰਦੇ ਉਟਾਲਾ ਵਾਲਾ ਬਿੱਲੂ, ਪਰ ਨਵੇਂ ਪਿੰਡੀ ਆ ਭਿੰਦਰ ਕਹਿੰਦੇ ਕਬੱਡੀ ਪਾ ਰਿਹਾ ਮੇਰੇ ਪੰਜਾਬੀ ਵੀਰੋ। ਭੀਮੇ ਦੀ ਤੇ ਭਿੰਦਰ ਦੀ ਜੋੜੀ ਦੁਨੀਆਂ ਦੇ ਵਿੱਚ ਪ੍ਰਸਿੱਧ ਮੰਨੀ ਗਈ ਹੈ, ਪਰ ਭੀਮਾ ਅੱਜ ਸਦਾ ਲਈ ਵਿਛੜ ਗਿਆ ਮੇਰੇ ਵੀਰੋ। ਭਿੰਦਰ ਨਵੇਂ ਪਿੰਡੀ ਆ ਕਬੱਡੀ ਪਾ ਰਿਹਾ ਇਸ ਵੇਲੇ ਤੁਹਾਡੇ ਸਾਹਮਣੇ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਬੱਡੀ ਖੇਡੇ ਆ। ਉਧਰ ਪੜਾਣੇ ਵਾਲਾ ਕਾਂਤਾ ਕਹਿੰਦੇ ਇੱਕੋ ਜਿਹੇ ਸਰੀਰ ਹੈ, ਪਰ ਭਿੰਦਰ ਨਵੇਂ ਪਿੰਡੀ ਆ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ। ਲੈ ਵੀ ਦਿਆਲਪੁਰੇ ਵਾਲਿਆ, ਬਾਬਾ ਰਾਮਦਾਸ ਕਮੇਟੀ ਵੱਲੋਂ, ਡਾਕਟਰ ਜਸਵੰਤ ਵੱਲੋਂ ਤੇ ਮਾਸਟਰ ਲਖਵਿੰਦਰ ਵੱਲੋਂ ਭਿੰਦੇ ਨੂੰ ਹਰ ਰੇਟ ਦਾ 100-100 ਰੁਪਇਆ ਮਿਲਣਾ। ਲਓ ਮੰਦਰ ਇਹ ਤੁਹਾਡੇ ਸਾਹਮਣੇ, ਇਹ ਹੈ ਭਿੰਦਾ ਕੋਟ ਕਰੋੜੀਆ ਮੇਰੇ ਵੀਰੋ। ਡਾਕਟਰ ਸੁਰਿੰਦਰ ਸਿੰਘ ਜੀ ਕਿਹਦੇ ਲਈ 100 ਰੁਪਇਆ ਭੇਜਿਆ ਜੀ? ਬਲਦੇਵ ਸਿੰਘ ਜੀ ਨੰਬਰਦਾਰ ਦੇ ਪਰਿਵਾਰ ਵੱਲੋਂ ਕਹਿੰਦੇ ਭਿੰਦੇ ਨੂੰ ਹਰ ਇੱਕ ਪੁਆਇੰਟ ਤੇ 100 ਰੁਪਇਆ, ਤੇ ਸੁਚੈਨ ਸਿੰਘ ਜੀ ਸਰਪੰਚ ਸਾਹਿਬ ਇਹ ਵੀ 100 ਰੁਪਇਆ ਦਾ ਮਾਨ ਸਨਮਾਨ ਭਿੰਦਾ ਦੇ ਭੇਜਦੇ ਆ। ਮਨਪ੍ਰੀਤ ਸਿੰਘ ਮੰਡੀਲਾ ਵੀ ਮਾਨ ਸਨਮਾਨ ਭੇਜਦੇ ਆ। ਇਹ ਭਿੰਦੇ ਦਾ ਮਾਨ ਸਨਮਾਨ ਹੈ, ਜੇ ਭਿੰਦੇ ਦੀ ਇਹਨਾਂ ਖਿਡਾਰੀਆਂ ਦੀ ਗੇਮ ਵਧੀਆ ਲੱਗੀ ਤਾਂ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਮੇਰੇ ਪੰਜਾਬੀ ਵੀਰੋ। ਰਿਸ਼ੀ ਯੂਐਸਏ ਵੱਲੋਂ 500 ਰੁਪਇਆ ਭਿੰਦੇ ਦੇ ਲਈ ਆਇਆ। ਲੈ ਵੀ ਭਿੰਦੇ ਅੱਜ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਵੀ ਕਰਨਾ। ਲੈ ਵੀ ਬਾਈ ਆ ਮਾਇਆ ਦੇ ਗੱਫੇ ਜਿਹੜੇ ਭਿੰਦੇ ਦੇ ਆ ਇਹ ਫੜਦਾ। ਇੱਧਰ ਗੋਰਾ ਸ਼ਰੀਮ ਵਾਲੇ ਦਾ ਮੇਰੇ ਵੀਰੋ ਆਪਣੀ ਟੀਮ ਦੇ ਲਈ ਪੁਆਇੰਟ ਜੋੜਦਾ ਹੋਇਆ। ਅਗਲੀ ਰੇਡ ਪੂਨਮਾ ਰੇਡਵਾਂ ਦਾ ਕਹਿੰਦੇ ਨੇ ਵੀ ਮੇਲੋ ਮੇਰੇ ਵੀਰੋ ਕਬੱਡੀ ਪਾ ਰਿਹਾ। ਜਲਾਲਪੁਰੀਆ ਪਾਲਾ ਤਰਾਸ਼ਾ ਦੁਨੀਆਂ ਦਾ ਸੁਪਰਸਟਾਰ ਖਿਡਾਰੀ, ਭਾਵੇਂ ਕਹਿੰਦੇ ਨੇ ਵੀ ਕੈਨੇਡਾ ਦੇ ਵਰਲਡ ਕੱਪ ਦੀ ਗੱਲ ਹੋਵੇ ਪਿਛਲੇ ਸਾਲ ਦੀ, ਉਦੋਂ ਵੀ ਬੈਸਟ ਰਿਹਾ। ਇਸ ਸਾਲ ਕਹਿੰਦੇ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦਾ ਵੀ ਬੈਸਟ ਰਿਹਾ, ਇਸ ਸਾਲ ਇੰਗਲੈਂਡ ਦੇ ਕੱਪ ਦਾ ਵੀ ਬੈਸਟ ਮੇਰੇ ਵੀਰੋ। ਪਰ ਉਧਰ ਕਸ਼ਮੀਰਾ ਮਲਾਦ ਰੋੜੀਆਂ ਦਾ ਵਾਹ ਆਹ ਨਹੀਂ ਸਾਹ ਕਹਿੰਦੇ ਚਿੱਚੜ ਜਾਫੀ ਆ ਜਿੱਥੇ ਚੁੰਬੜ ਜੇ ਮੇਰੇ ਵੀਰੋ ਛੱਡਦਾ ਨਹੀਂ। ਪੁਆਇੰਟ ਜਿਹੜਾ ਇਸ ਵੇਲੇ ਕਸ਼ਮੀਰੇ ਦੇ ਹਿੱਸੇ ਜਾ ਜੁੜਿਆ, ਮਲਾਉ ਤਰੋੜੀਆਂ ਵਾਲਾ ਕਸ਼ਮੀਰਾ ਆਪਣੀ ਟੀਮ ਦੇ ਲਈ ਪੁਆਇੰਟ ਜੋੜਦਾ ਹੋਇਆ। ਇੱਕ ਪਾਸੇ ਪੰਜਾਬ ਰਾਜ ਬਿਜਲੀ ਬੋਰਡ ਲੁਧਿਆਣਾ ਤੇ ਦੂਸਰੇ ਪਾਸੇ ਮੋਗੇ ਦੀ ਟੀਮ ਜਿਹੜੀ ਬਹੁਤ ਤਕੜਾ ਮੁਕਾਬਲਾ ਜਿਹੜਾ। ਇੱਧਰ ਕਸ਼ਮੀਰੇ ਦੇ ਲਈ 100 ਰੁਪਇਆ ਨੰਬਰਦਾਰ ਸਾਹਿਬ ਦੇ ਪਰਿਵਾਰ ਵੱਲੋਂ ਆਇਆ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। 100 ਰੁਪਇਆ ਕਸ਼ਮੀਰੇ ਮਲਾਉ ਤਰੋੜੀਆਂ ਵਾਲੇ ਦੇ ਲਈ ਮੇਰੇ ਵੀਰੋ, ਇਹ ਮਾਂ ਦੇ ਗੱਫੇ ਆਏ ਹੈ। ਲੈ ਵੀ ਪੰਜਾਬ ਲਾਈਵ ਬਣਨ ਵਾਲਾ ਇੱਕ ਇੱਕ ਕਬੱਡੀ ਜਿਹੜੀ ਇਹਨਾਂ ਸਟਾਰਾਂ ਦੀ ਦਿਖਾਉਣੀ ਹੈ। ਇਹ ਰੀਅਲ ਸਟਾਰ ਹੈ, ਇਹ ਕਹਿੰਦੇ ਰੀਅਲ ਸਟਾਰ ਹੈ ਜਿਨ੍ਹਾਂ ਨੇ ਮੇਰੇ ਵੀਰੋ ਤੌਲੀਏ ਗਲਾਸਾਂ ਵਾਲੀ ਕਬੱਡੀ ਖੇਡੀ ਹੈ। ਇਹ 40 ਸਾਲ 72 ਕਿਲੋ ਦਾ ਮੈਚ ਹੋਣਾ ਜੀ, ਸੈਮੀ ਫਾਈਨਲ ਚੂੜ ਚੱਕ ਵਰਸਸ ਰਾਮਾ ਤਿਆਰ ਹੈ। ਹੁਣ ਵੇਖਦਾ ਵੀ ਚਾਰ ਜਾਫੀ ਲਓ ਰਾਮੂ ਦੀ ਪਈ ਹੋਈ ਰੇਡ ਮੇਰੇ ਵੀਰੋ। ਬੁਰਜ ਹਮੀਰਾ ਪਿੰਡ ਹੈ ਕਹਿੰਦੇ ਦੀਨਾ ਸਾਹਿਬ ਦੇ ਲਾਗੇ, ਪਰ ਉਧਰ ਮੁਕਾਬਲਾ ਜਿਹੜਾ ਸਖ਼ਤ ਹੋ ਚੁੱਕਿਆ ਤੇ ਹੁਣ ਕੀ ਫੈਸਲਾ ਹੈ ਵੀ ਪੁਆਇੰਟ ਜਿਹੜਾ ਇਸ ਵੇਲੇ ਮੋਗੇ ਦੀ ਟੀਮ ਦੇ ਹਿੱਸੇ ਜਾ ਜੁੜਿਆ ਕਿ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਮੋਗਾ ਉਰਲੇ ਪਾਸੇ ਢਾਲ ਸੁਣੀ ਦੀ ਪਰਲੇ ਪਾਸੇ ਟੋਭਾ ਨਵੇਂ ਪਿੰਡੀਆਂ ਭਿੰਦਰ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ। ਸੁਪਰਸਟਾਰ ਕਬੱਡੀ ਦਾ ਕਹਿੰਦੇ ਸਕੂਟਰ ਜਿੱਤੇ ਹੈ, ਮੋਟਰਸਾਈਕਲ ਜਿੱਤੇ ਹੈ, ਕਬੱਡੀ ਦਾ ਗੈਬ ਰਿਹਾ ਥੋੜਾ, ਫਿਰ ਮੇਰੇ ਵੀਰੋ ਖੇਡ ਕਬੱਡੀ ਦੇ ਨਾਲ ਆਣ ਜੁੜ ਗਿਆ। ਪਰ ਉਧਰ ਗਾਲਬ ਵਾਲਾ ਲਿਆਕਤ ਅਲੀ ਬਿੱਲਾ ਮੇਰੇ ਵੀਰੋ ਫੈਸਲਾ ਕਰ ਰਿਹਾ ਵੀ ਪੁਆਇੰਟ ਜਿਹੜਾ ਉਹ ਜਾਫੀ ਦੇ ਹਿੱਸੇ ਜਾ ਜੁੜਿਆ। ਲਾਲਾ ਵੀ ਕਹਿੰਦੇ ਅਗਲੇ ਮੈਚਾਂ ਦੇ ਲਈ ਤਿਆਰ ਹੋ ਰਿਹਾ ਮੇਰੇ ਵੀਰੋ। ਇਸ ਸਾਲ ਜਿਹੜੇ ਸੀਜ਼ਨ ਦੇ ਵਿੱਚ ਮੈਚ ਹੋਣਗੇ, ਇਸ ਸਾਲ ਕਹਿੰਦੇ ਸੀਜ਼ਨ ਤੋਂ ਮੇਰੇ ਵੀਰੋ ਜਿਹੜੀ ਅਲਵਿਦਾ ਆਖ ਦਿੱਤੀ ਮਈਆਂ ਵਾਲੇ ਕਹਿੰਦੇ ਅਲਵਿਦਾ ਸੰਨਿਆਸ ਲਿਆ ਸੀ ਖੇਡ ਕਬੱਡੀ ਤੋਂ ਮੇਰੇ ਵੀਰੋ ਲਾਲੇ ਤਲਵੰਡੀ ਵਾਲੇ ਨੇ। ਸਕੂਰ ਵਾਲਾ ਹਿੰਦਾ ਜਿੱਥੇ ਵੀ ਆਵਾਜ਼ ਨੂੰ ਸੁਣਦਾ ਹੈ ਸਰਾਵਾਂ ਦੀ ਟੀਮ ਦੇ ਖਿਡਾਰੀਆਂ ਦੇ ਨਾਲ ਸੰਪਰਕ ਕਰ ਲਵੇ। ਲਓ ਕੇਵਲ ਬਾਰੇ ਵਾਲੀਆ ਸਵਰਨ ਆਪਣੇ ਸਮੇਂ ਦਾ ਤਕੜਾ ਖਿਡਾਰੀ ਰਿਹਾ, ਗੁੱਟ ਦਾ ਤਕੜਾ ਫੜਾਕ ਮੰਨਿਆ ਗਿਆ। ਅੱਜ ਕੱਲ੍ਹ ਭਾਵੇਂ ਟੋਰਾਂਟੋ ਜਾ ਵਸਿਆ
ਪਰ ਉਸੇ ਪਿੰਡ ਦਾ ਆਹ ਖਿਡਾਰੀ ਕੇਵਲ ਸਿੰਘ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਉਧਰ ਕੇਵਲ ਪੁਲਸੀਆ ਵੀ 21 ਤਰੀਕ ਨੂੰ ਕਹਿੰਦੇ ਬੂਈਆਂ ਵਾਲੇ ਦੇ ਕਬੱਡੀ ਕੱਪ ਦਾ ਸੱਦਾ ਦੇ ਰਿਹਾ। ਇੱਧਰ ਮਨਜੀਤ ਢਿਲਮਾ ਵਾਲਾ ਕਹਿੰਦੇ ਪੰਜਾਬ ਪੁਲਿਸ ਦੇ ਵਿੱਚ ਸੇਵਾਵਾਂ ਦਿੰਦਾ ਹੈ ਤੇ ਜਿਹਦਾ ਪੁੱਤ ਲਾਲਾ ਵੀ ਤਗੜਾ ਖੇਡਦਾ, ਇਸ ਸਾਲ ਇੰਗਲੈਂਡ ਖੇਡਿਆ ਮੇਰੇ ਵੀਰੇ। ਅੱਜ ਕਹਿੰਦੇ ਬਾਪ ਵੀ ਕਬੱਡੀ ਖੇਡਦਾ, ਪੁੱਤ ਵੀ ਕਬੱਡੀ ਖੇਡਦਾ। ਲਓ ਪਿੰਡਾਂ ਕੋਟ ਕਰੋੜੀਆ ਮੇਰੇ ਵੀਰੇ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਪਿੰਡਾਂ ਕੋਟ ਕਰੋੜੀਆ। ਲਓ ਸੁਚੈਨ ਸਿੰਘ ਜੀ ਸਰਪੰਚ ਸਾਹਿਬ ਕਹਿੰਦੇ ਤੇ ਨਾਲ ਮਨਪ੍ਰੀਤ ਮੰਡੀਲਾ ਆਖਦਾ ਵੀ ਆਪਾਂ ਮਾਣ ਕਰਨਾ ਇਸ ਕਬੱਡੀ ਖਿਡਾਰੀ ਦਾ ਮੇਰੇ ਵੀਰੇ। ਅੱਜ ਕਹਿੰਦੇ ਨੇ ਵੀ ਧੰਨ ਧੰਨ ਬਾਬਾ ਰਾਮਦਾਸ ਜੀ ਪ੍ਰਬੰਧਕ ਕਮੇਟੀ ਵੱਲੋਂ ਵੀ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਕੀਤੇ ਜਾਣੇ ਆ ਇਸ ਕਬੱਡੀ ਖਿਡਾਰੀ ਦੇ। ਇਹ ਆ ਪਿੰਡਾਂ ਮੇਰੇ ਵੀਰੇ, ਪਰ ਉਧਰ ਮੁਕਾਬਲਾ ਜਿਹੜਾ ਰਣਜੀਤ ਦੇ ਨਾਲ ਹੋ ਚੁੱਕਿਆ ਤੇ ਪੁਆਇੰਟ ਜਿਹੜਾ ਪਿੰਡੇ ਦੇ ਹਿੱਸੇ ਜਾ ਜੁੜਿਆ। ਪਿੰਡਾਂ ਨੱਚਦਾ ਟੱਪਦਾ ਜਾਂਦਾ ਹੈ ਕਿ ਨੱਚਦੇ ਪੰਜਾਬੀ ਡਗਾ ਢੋਲ ਤੇ ਲਗਾ ਕੇ, ਨੱਚਦੇ ਪੰਜਾਬੀ ਡਗਾ ਢੋਲ ਤੇ ਲਗਾ ਕੇ। ਲਓ ਖੇਡ ਕਬੱਡੀ ਹੈ, ਸਵਾਦ ਆ ਰਿਹਾ। ਇਹ ਤੇ ਉਹ ਗੱਲ ਹੋ ਗਈ ਕਿ ਬਹਿ ਕੇ ਵੇਖੀ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ, ਬਹਿ ਕੇ ਵੇਖ ਜਵਾਨਾਂ ਬਾਬੇ ਕੌਡੀਆਂ ਪਾਉਂਦੇ ਨੇ। ਅੱਜ ਕਹਿੰਦੇ ਬਾਬੇ ਨੀ, ਇਹ ਜ਼ੋਰ ਹੈ, ਇਹ ਜਵਾਨੀ ਹੈ, ਇਹ ਖੁਰਾਕ ਹੈ ਮੇਰੇ ਵੀਰੋ, ਇਹ ਖੁਰਾਕ ਬੋਲਦੀ ਹੈ। ਦਰਸ਼ਨ ਸਿੰਘ ਜੀ ਏ ਐਸ ਆਈ ਸਾਹਿਬ, ਆ ਜਿਹੜੇ ਪ੍ਰਬੰਧਕਾਂ ਤੋਂ ਬਿਨਾਂ ਕੋਈ ਹੋਰ ਸੱਜਣ ਹੈ ਉਹ ਬਾਹਰ ਆ ਜਾਣ, ਗਰਾਊਂਡ ਦੇ ਅੰਦਰ ਪ੍ਰਬੰਧਕਾਂ ਤੋਂ ਬਿਨਾਂ ਜੇ ਕੋਈ ਹੋਰ ਸੱਜਣ ਹੈ ਤਾਂ ਕਿਰਪਾ ਕਰਕੇ ਬਾਹਰ ਆ ਜਾਣ। ਕਮੇਟੀ ਵੱਲੋਂ ਬੇਨਤੀ ਹੈ। ਲਓ ਅਗਲੀ ਰੇਡ ਕਹਿੰਦੇ ਕੁਛ ਇਹ ਨੌਜਵਾਨ ਮਿਲ ਪੂਰਨਮਾ ਰੇਡਮਾ ਦਾ ਮੇਰੇ ਵੀਰੋ। ਗਰਾਊਂਡ ਦੇ ਅੰਦਰ ਕੋਈ ਵੀ ਨਹੀਂ ਹੋਣਾ ਚਾਹੀਦਾ, ਦੋ ਰੈਫਰੀ ਪਾਣੀ ਵਾਲਾ ਤੇ ਇੱਕ ਕਮੈਂਟਰੀ ਵਾਲਾ ਹੋਣਾ ਚਾਹੀਦਾ, ਹੋਰ ਕੋਈ ਵੀ ਗਰਾਊਂਡ ਦੇ ਵਿੱਚ ਨਹੀਂ ਹੋਣਾ ਚਾਹੀਦਾ, ਬਾਹਰ ਆ ਜਾਓ ਜੀ। ਲਓ ਉਧਰ ਪੇਲੋ ਮੇਲੋ ਪੂਰਨਮਾ ਰੇਡਮਾ ਵਾਲਾ ਕਹਿੰਦੇ ਟੋਰਾਂਟੋ ਦੇ ਵਰਲਡ ਕੱਪ ਦਾ ਉੱਤਮ ਖਿਡਾਰੀ ਮੇਰੇ ਵੀਰੋ, ਬੈਸਟ ਰੇਡਰ ਇਸ ਵੇਲੇ ਇੱਕ ਸਾਲ ਦਾ ਨੌਜਵਾਨ ਨਵੇਂ ਪਿੰਡੀਆਂ ਭਿੰਦਰ ਕਬੱਡੀ ਪਾ ਰਿਹਾ, ਸੁਪਰ ਸਟਾਰ ਹੈ ਕਬੱਡੀ ਦਾ, ਆਹ ਨੌਜਵਾਨ ਹੈ ਨਹੀਂ ਰਿਸਾ। ਜਦ ਕਹਿੰਦੇ ਪੁਰਾਣੇ ਸਮਿਆਂ ਦੇ ਵਿੱਚ ਕਮੈਂਟਰੀ ਹੁੰਦੀ ਸੀ ਤਾਂ ਕਮੈਂਟੇਟਰ ਮਾਇਕ ਦੇ ਉੱਤੋਂ ਆਖਦੇ ਸੀ ਜਦ ਭੀਮਾ ਦੇ ਭਿੰਦਰ ਗਰਾਊਂਡ 'ਚ ਆਉਂਦੇ ਸੀ ਵੀ ਬਿਜਲੀ ਬੋਰਡ ਦਾ ਗ੍ਰਿੱਡ ਆ ਗਿਆ। ਉੱਧਰ ਵੇਖਦਾ ਵੀ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਕਾਂਤਾ ਪੜਾਣੇ ਵਾਲਾ ਤੇ ਦੂਸਰੇ ਪਾਸੇ ਨਵੇਂ ਪਿੰਡੀਆਂ ਭਿੰਦਰ, ਦੋਨੋਂ ਖਿਡਾਰੀ ਇਸ ਵੇਲੇ ਜੂਝਦੇ ਹੋਏ ਤੇ ਨਾਲ ਫੈਸਲਾ ਹੋ ਚੁੱਕਿਆ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜਾ ਜੁੜਿਆ, ਪੁਆਇੰਟ ਕਹਿੰਦੇ ਪੰਜਾਬ ਰਾਜ ਬਿਜਲੀ ਬੋਰਡ ਦੀ ਟੀਮ ਦੇ ਹਿੱਸੇ ਜਾ ਜੁੜਿਆ, ਭਾਵੇਂ ਅੰਗਰੇਜ਼ ਅਡਾਚਾਂ ਦੀ ਗੱਲ ਹੈ। ਬਲਦੇਵ ਸਿੰਘ ਜੀ ਨੰਬਰਦਾਰ ਪੂਰਨਮਾ ਵਾਲੇ ਮੇਲੋ ਦੇ ਲਈ 100 ਰੁਪਇਆ ਭੇਜਦੇ ਆ। ਹਰੀ ਨੂੰ ਬੇਨਤੀ ਹੈ ਕਿ ਸਟੇਜ ਕੋਲ ਆ ਜਾਏ, ਕਮੇਟੀ ਨੂੰ ਕਮੇਟੀ ਵੱਲੋਂ ਬੇਨਤੀ ਹੈ ਤੇ ਬਾਕੀ ਇੱਕ ਵਾਰ ਫਿਰ ਤੋਂ ਬੇਨਤੀ ਹੈ ਵੀ ਜਿਹੜੇ ਵੀਰ ਬਿਨਾਂ ਕੰਮ ਤੋਂ ਗਰਾਊਂਡ ਦੇ ਵਿੱਚ ਨੇ ਬਾਹਰ ਆ ਜਾਣ। ਲਓ ਅਗਲੀ ਰੇਡ ਫਿਰ ਖੇਡ ਮੈਦਾਨ ਦੇ ਵਿੱਚ ਬਾਰੇ ਵਾਲੀ ਆ ਕੇਵਲ ਮੇਰੇ ਵੀਰੋ ਪਾਉਣ ਦੇ ਲਈ ਵਧਿਆ ਹੋਇਆ। ਸਿੱਖੀ ਸਰੂਪ ਦੇ ਵਿੱਚ ਕਹਿੰਦੇ ਮਨਜੀਤ ਆ ਤੇ ਨਾਲ ਮੱਲ ਵਕੀਲਾਂ ਵਾਲੇ ਦਾ, ਨਾਲ ਕਹਿੰਦੇ ਨੌਜਵਾਨ ਚੇਤ ਖਾਈ ਦਾ ਤੇ ਗੋਰਾ ਸ਼ਰੀਮ ਵਾਲੇ ਦਾ। ਗੋਰੇ ਦਾ ਵੀਰ ਗੁਰਜੀਤ ਕੈਨੇਡਾ ਜਾ ਵਸਿਆ, ਪਿਛਲੇ ਸਾਲ ਸੋਹਣਾ ਖੇਡਿਆ ਕੈਨੇਡਾ ਦੀਆਂ ਖੇਡ ਮੈਦਾਨਾਂ ਦੇ ਵਿੱਚ ਮੇਰੇ ਵੀਰੋ। ਲਓ ਉਧਰ ਮੁਕਾਬਲਾ ਤਰਿਆ ਹੋਇਆ, ਤੌਲ ਤੇ ਹੱਥ ਹੈ, ਦੋਨੋਂ ਖਿਡਾਰੀਆਂ ਦੀ ਟੱਕਰ ਹੈ। ਇੱਕ ਪਾਸੇ ਕਹਿੰਦੇ ਗੋਰਾ ਮੁਕਤਸਰ ਸਾਹਿਬ ਦੀ ਧਰਤੀ ਦਾ ਤੇ ਦੂਸਰੇ ਪਾਸੇ ਜ਼ਿਲ੍ਹੇ ਮੋਗੇ ਦਾ ਮੇਰੇ ਵੀਰੋ। ਬਾਰੇ ਵਾਲਾ ਪਿੰਡ ਸਵਰਨੇ ਦਾ ਪਿੰਡ ਹੈ ਮਹਾਨ ਕਬੱਡੀ ਖਿਡਾਰੀ ਦਾ, ਪਿੱਲੀ ਹੋਣਾ ਦੇ ਨਾਲ ਕਹਿੰਦੇ ਬਿੱਲੇ ਹੋਣਾ ਦੇ ਨਾਲ ਭਿੰਡਰਾਂ ਵਾਲਿਆਂ ਦੇ ਨਾਲ ਹਰਜੀਤ ਦੇ ਨਾਂ ਤੇ ਵੱਡੀ ਟੀਮ ਬਣਾਈ ਹੋਈ ਹੈ ਟੋਰਾਂਟੋ ਦੇ ਵਿੱਚ। ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਫੌਜੀ ਭਾਵੇਂ ਧੰਨੇ ਦੀ ਗੱਲ ਹੈ ਭਾਵੇਂ ਫੌਜੀ ਦੀ ਗੱਲ ਹੈ, ਦੋਨੋਂ ਮਹਾਨ ਕਬੱਡੀ ਖਿਡਾਰੀ। ਲਓ ਧੰਨਾ ਗਗੜੇ ਵਾਲਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ। ਕਹਿੰਦੇ ਜੱਸ ਹੋਣੇ ਤਰਾਸ਼ੇ ਹੈ ਪਰ ਉਧਰ ਮਲਾਦ ਰੋੜੀਆਂ ਵਾਲਾ ਕਸ਼ਮੀਰਾ ਕੀ ਫੈਸਲਾ ਤੇ ਨਾਲ ਹੀ ਪੁਆਇੰਟ ਜਿਹੜਾ ਇਸ ਵੇਲੇ ਰੇਡਰ ਦੇ ਹਿੱਸੇ ਜਾ ਜੁੜਿਆ। ਚੱਲ ਵੀ ਪਾਲੀ ਪਾ ਵੀ ਕਬੱਡੀ, ਭਾਰੀ ਸਰੀਰ ਹੈ, ਜ਼ੋਰਦਾਰ ਸਰੀਰ, ਜ਼ੋਰ ਬਸ਼ਰਮ ਵਾਲੀ ਗੱਲ ਹੈ ਮੇਰੇ ਵੀਰੇ। ਪਾਲੀ ਸ਼ੰਨਾ ਵਾਲਾ ਕਬੱਡੀ ਪਾ ਰਿਹਾ। ਹਰਮਨ ਇੰਜੀਨੀਅਰ ਵਰਕਸ ਵੱਲੋਂ ਭਿੰਡੇ ਨੂੰ 100 ਰੁਪਏ ਦਾ ਮਾਣ ਸਨਮਾਨ ਦਿੱਤਾ ਜਾਂਦਾ ਹਰਮਨ ਇੰਜੀਨੀਅਰ ਵਰਕਸ ਵੱਲੋਂ।
ਲਓ ਉੱਧਰ ਵੇਖਦਾ ਵੀ ਪਾਲੀ ਛੰਨਾ ਵਾਲਾ ਸਿੱਖੀ ਸਰੂਪ ਦੇ ਵਿੱਚ ਮੇਰੇ ਵੀਰੋ 40 ਸਾਲ ਤੋਂ ਉੱਪਰ ਮੇਰੇ ਵੀਰੋ ਏਜ ਹੈ। ਦਰਸ਼ਨ ਸਿੰਘ ਜੀ ਅੱਜ ਜੀ ਕਰਦਾ ਤੇ ਕੱਪੜੇ ਉਤਾਰ ਲੈਣੇ ਸੀ। ਐਸ ਆਈ ਸਾਹਿਬ ਖੇਡ ਕਬੱਡੀ ਹੈ, ਅੱਜ ਸਾਰੇ ਕਬੱਡੀ ਖਿਡਾਰੀਆਂ ਦਾ ਜੀ ਤਾਂ ਜ਼ਰੂਰ ਕਰਦਾ ਹੋਣਾ, ਪਰ ਥੋੜਾ ਫਿਟਨੈਸ ਜ਼ਰੂਰੀ ਹੈ। ਮਿਹਨਤ ਤਾਂ ਤੁਸੀਂ ਕਰਦੇ ਹੋ, ਪਰ ਗਰਾਊਂਡ ਤੋਂ ਜਿਹੜਾ ਥੋੜਾ ਦੂਰ ਹੋਣਾ ਪੈਂਦਾ ਮੇਰੇ ਵੀਰੋ, ਉਹ ਗੈਬ ਨਹੀਂ ਮਾਰਿਆ ਜਾਂਦਾ। ਲਓ ਖੇਡ ਮੈਦਾਨ ਵਿੱਚ ਆਪਾਂ ਵੇਖੀਏ, ਭਿੰਦਾ ਇਸ ਵੇਲੇ ਕਬੱਡੀ ਪਾ ਰਿਹਾ, ਕੋਟ ਕਰੋੜ ਵਾਲਾ ਭਿੰਦਾ ਨੌਜਵਾਨ ਗੱਭਰੂ। ਇੱਧਰ ਬਲਦੇਵ ਸਿੰਘ ਜੀ ਨੰਬਰਦਾਰ ਸਾਹਿਬ ਪਾਲੀ ਛੰਨਾ ਵਾਲੇ ਦੀ 100 ਰੁਪਏ ਦਾ ਮਾਨ ਸਨਮਾਨ ਹੋਰ ਪੁੱਜਦੇ ਆ। ਪਾਲੀ ਛੰਨਾ ਜੀ ਇਹ ਤੁਹਾਡੇ ਮਾਇਆ ਦੇ ਗੱਫੇ ਜਿਹੜੇ ਆ ਆਪਾਂ ਫੜ ਲਈਏ। ਹੁਣ ਕਹਿੰਦੇ ਮਲੌਦ ਰੋੜੀਆਂ ਵਾਲਾ, ਕਹਿੰਦੇ ਭਾਵੇਂ ਸਰੀਰ ਦਾ ਕਹਿ ਰਿਹਾ ਪਰ ਤਕੜੇ ਤਕੜੇ ਮੇਰੇ ਵੀਰੋ ਧਾਬੀਆਂ ਨੂੰ ਜੱਫੇ ਲਾਉਣ ਦਾ ਮਾਣ ਹਾਸਲ ਹੈ। ਮਲੌਦ ਰੋੜੀਆਂ ਮਰੇਲਕੋਟਲੇ ਦੇ ਲਾਗੇ ਹੈ। ਇਸ ਵੇਲੇ ਵੇਖਦਾ ਵੀ ਪੁਆਇੰਟ ਜਿਹੜਾ ਨੌਜਵਾਨ ਰੇਡਰ ਦੇ ਹਿੱਸੇ ਜਾ ਜੁੜਿਆ। ਭਿੰਦਰ ਨਵੇਂ ਪਿੰਡੀਆਂ ਕਬੱਡੀ ਪਾ ਰਿਹਾ, ਭਿੰਦਰ ਦੀ ਦੁਨੀਆ ਦੀਵਾਨੀ ਹੈ। ਭਾਵੇਂ ਮੇਰੇ ਵੀਰੋ ਜਵਾਨੀ ਦੇ ਪਹਿਰ ਦੇ ਵਿੱਚ ਕਬੱਡੀ ਖੇਡਿਆ, ਭਾਵੇਂ ਅੱਜ ਦੀ ਗੱਲ ਹੈ ਕੋਟ ਕਰੋੜ ਦੀ ਧਰਤੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਕਬੱਡੀ ਖੇਡਦਾ ਹੋਇਆ ਨੌਜਵਾਨ ਭਿੰਦਰ ਨਵੇਂ ਪਿੰਡੀਆਂ ਜ਼ਿਲ੍ਹੇ ਲੁਧਿਆਣੇ ਦਾ ਕਬੱਡੀ 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 ਕਰਦਾ ਹੋਇਆ ਢੀਂਡਸਾ ਪਰਿਵਾਰ ਦਾ ਮੇਰੇ ਵੀਰੋ। ਉੱਧਰ ਕਹਿੰਦੇ ਕੰਤਾ ਪੜਾਣੇ ਵਾਲਾ ਭਾਵੇਂ ਪੁੱਟੋ ਜਾਵ, ਮੇਰੇ ਵੀਰੋ ਸਦਾ ਲਈ ਵਿਛੜ ਗਿਆ। ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ, ਭਿੰਦਰ ਨਵੇਂ ਪਿੰਡੀਆਂ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ। ਉੱਧਰ ਨੰਜਾ ਘੱਲ ਕਲਾਂ ਵਾਲਾ ਵੀ ਪੁੱਜਿਆ ਹੋਇਆ ਆਪਣੇ ਸਾਥੀਆਂ ਦੇ ਨਾਲ ਮੇਰੇ ਵੀਰੋ। ਉਧਰ ਸੁਖਚੈਨ ਸਿੰਘ ਜੀ ਕਹਿੰਦੇ 100 ਰੁਪਏ ਦਾ ਵੱਡਾ ਮਾਣ ਪੂਜਦਾ ਕਰਦੇ ਭਿੰਦੇ ਦੇ ਲਈ, ਵੱਡੇ ਮਾਣ ਸਨਮਾਨ ਬਖਸ਼ੇ ਜਾ ਰਹੇ ਆ ਪ੍ਰਬੰਧਕ ਵੀਰਾਂ ਵੱਲੋਂ। ਲੈ ਵੀ ਰੁਪਿੰਦਰ ਸਿੰਘ ਕਰੀ ਸੀ ਪਤਾ ਨੌਜਵਾਨ ਦੀ ਖੇਡ ਮੈਦਾਨ ਵਿੱਚ। ਉਧਰ ਗੱਗੂ ਲਵਲਾਨ ਜੀ ਭਿੰਦੇ ਨੂੰ ਕਹਿੰਦੇ ਨੇ ਵੀ 100 ਰੁਪਏ ਦਾ ਮਾਨ ਸਨਮਾਨ ਹੋਰ ਪੂਜਦਾ ਕਰਦੇ ਆ। ਨਾਲ ਡਿੰਪੀ ਜੀ, ਨਿਰਮਲ ਸਿੰਘ ਜੀ, ਬੱਪੂ ਸਰਪੰਚ ਘੱਲ ਕਲਮ ਵਾਲੇ, ਜਸਵਿੰਦਰ ਜਾਹ ਜੀ ਬਲਾਕ ਸਮਿਤੀ ਮੈਂਬਰ ਮੇਰੇ ਵੀਰੇ, ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਆ, ਬਹੁਤ ਬਹੁਤ ਧੰਨਵਾਦ ਕਰਦੇ ਆ। ਕੋਚ ਸਾਹਿਬ ਸਾਡੇ ਸੁੱਖ ਜੀ, ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ। ਆਯਾਦ ਕਬੱਡੀ ਕਲੱਬ ਹੈ ਮੇਰੇ ਵੀਰੇ, ਪਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਮੇਲੋ। ਉਧਰ ਕਹਿੰਦੇ ਜੀ ਪ੍ਰਬੰਧਕ ਵੀਰਾਂ ਦੀ ਵੱਡੀ ਜ਼ਿੰਮੇਵਾਰੀ ਆ, ਉਸ ਤੋਂ ਅੱਗੇ ਕੰਡਿਆਲ ਵਰਸਸ ਗਿਲਜੇ ਵਾਲਾ, ਇਹ ਵੀ ਟੀਮਾਂ ਨਾਲ ਹੀ ਖੜੀਆਂ ਰਹਿਣ, ਇਹਨਾਂ ਦੇ ਮੈਚ ਹੋਣੇ ਆ। ਉਸ ਤੋਂ ਬਾਅਦ ਦੂਸਰਾ ਰਾਊਂਡ ਬਾਬਾ ਹੀਰਾਦਾਸ ਕਲੱਬ ਵਰਸਸ ਮਾਲਾ ਵਰਸਸ ਚੰਦੜ ਇਹ ਪਹਿਲਾ ਮੈਚ ਆ, ਦੋਨੇ ਟੀਮਾਂ ਤਿਆਰ ਰਹਿਣ ਓਪਨ। ਹੈਲੋ, ਉਧਰ ਪ੍ਰਬੰਧਕ ਵੀਰਾਂ ਵੱਲੋਂ ਬੇਨਤੀ ਆ, ਵੱਡੇ ਪ੍ਰਬੰਧ ਕੀਤੇ ਗਏ ਆ ਸਵੇਰ ਤੋਂ ਲੈ ਕੇ, ਕੋਈ ਵੀ ਸੱਜਣ ਪ੍ਰਬੰਧਕ ਵੀਰ ਗਰਾਊਂਡ ਵਿੱਚ ਨਹੀਂ ਗਿਆ, ਜਿਹਦੀ ਡਿਊਟੀ ਉਹੀ ਸੱਜਣ ਆ। ਬਾਕੀ ਮੇਰੇ ਵੀਰ ਪਿਆਰ ਸਤਿਕਾਰ ਦੇ ਨਾਲ ਬਾਹਰ ਬਹਿ ਕੇ ਆਨੰਦ ਮਾਨਣ ਜੀ। ਲੈ ਰੁਪਿੰਦਰ ਸਿੰਘ ਅਗਲੀ ਗੱਲ ਕਰੀ ਆ ਨੌਜਵਾਨ ਦੀ। ਸੁਖਚੈਨ ਸਿੰਘ ਜੀ ਪੰਚ ਸਰਪੰਚ ਸਾਹਿਬ ਕਹਿੰਦੇ 100 ਰੁਪਏ ਭਿੰਦੇ ਦੇ ਲਈ ਹੋਰ ਮਾਨ ਸਨਮਾਨ ਪੁੱਜਦਾ ਕਰਦੇ ਆ। ਹਾਫ ਟਾਈਮ ਹੋ ਚੁੱਕਿਆ ਮੇਰੇ ਵੀਰੇ। ਕਹਿੰਦੇ ਮੋਗੇ ਦੇ ਪੁਆਇੰਟ ਨੇ 14 ਤੇ 16.5 ਪੁਆਇੰਟ ਨੇ ਲੁਧਿਆਣੇ ਦੇ ਪੰਜਾਬ ਰਾਜ ਬਿਜਲੀ ਬੋਰਡ ਦੇ, ਕੋਈ ਜ਼ਿਆਦਾ ਫਰਕ ਨਹੀਂ। ਜੇ ਮੈਚ ਵਧੀਆ ਲੱਗਿਆ ਤਾਂ ਇੱਕ ਵਾਰੀ ਤਾੜੀ ਮਾਰ ਕੇ ਜ਼ਰੂਰ ਦੱਸ ਦਿਓ ਦਰਸ਼ਕ ਵੀਰੋ। ਹੈਲੋ ਟੂ ਸਟੇਜ ਐਸ ਆਈ ਸਾਹਿਬ, ਜੋ ਜ਼ਰੂਰੀ ਸੂਚਨਾਵਾਂ ਤੁਸੀਂ ਬੋਲ ਸਕਦੇ ਹੋ। ਹਾਂਜੀ ਹਾਂਜੀ, ਚੂੜ ਚੱਕ ਵਰਸ ਸਰਾਵਾਂ ਦੋਨੇ ਟੀਮਾਂ ਗਰਾਊਂਡ 'ਚ, ਇਹ ਹਾਫ ਟਾਈਮ ਹੋਇਆ ਜੀ। ਹੈਲੋ, ਸਿਰਫ ਦੋ ਪਾਣੀ ਵਾਲੇ ਵੀਰ ਔਰ ਰੈਫਰੀ ਵੀਰ, ਪੁਆਇੰਟ ਵਾਲਾ ਵੀਰ ਔਰ ਇੱਕ ਕਮੈਂਟਰ ਵੀਰ, ਉਹ ਹੀ ਖੇਡ ਮੈਦਾਨ ਵਿੱਚ ਰਹਿਣ। ਪ੍ਰਬੰਧਕ ਵੀਰਾਂ ਵੱਲੋਂ ਬੇਨਤੀ ਆ, ਕਿਉਂਕਿ ਸਵੇਰ ਤੋਂ ਲੈ ਕੇ ਗਰਾਊਂਡ ਦਾ ਡਿਸਿਪਲਿਨ ਬਣਿਆ ਹੋਇਆ, ਆਪਾਂ ਇੰਨੇ ਜੋ ਭੰਗ ਨਹੀਂ ਕਰਨੇ। ਸਿਰਫ ਉਹੀ ਵੀਰ ਰਹਿਣ ਜਿਹਦੀ ਡਿਊਟੀ ਆ, ਜਿਹਨਾਂ ਵੀਰਾਂ ਦੀ ਡਿਊਟੀ ਲਾਈ ਆ। ਬਾਕੀ ਮੇਰੇ ਵੀਰ ਪਿਆਰ ਸਤਿਕਾਰ ਦੇ ਨਾਲ ਆਨੰਦ ਮਾਨਣ ਜੀ। ਹਾਂਜੀ, ਸਾਡੇ ਪਿੰਡ ਦੇ ਆ ਗੱਗੂ ਮੇਰਾ ਵੀਰ ਗਰਾਊਂਡ ਦੇ ਵਿੱਚ ਬੈਠਾ, ਇਹਨੂੰ ਕਮੇਟੀ ਨਾਲ ਸੱਦਾ ਦਿੱਤਾ ਜਾਂਦਾ ਸਟੇਜ ਤੇ। ਗੱਗੂ ਆ ਚੁੱਕੇ, ਅਸੀਂ ਇਹਨਾਂ ਦਾ ਸਤਿਕਾਰ ਕਰਦੇ ਹਾਂ।
ਹਾਂਜੀ ਗੋਰਾ ਗੋਰਾ ਜੋ 40 ਸਾਲਾਂ ਵਿੱਚ ਮੋਗੇ ਵੱਲੋਂ ਖੇਡਦਾ ਉਹ ਜਿੰਨੇ ਜੱਫੇ ਲਾਊਗਾ ਉਹਨੂੰ ਸਰਦਾਰ ਉਪਕਾਰ ਸਿੰਘ ਸੰਘਾ ਸਾਹਿਬ 1900 ਰੁਪਈਆ ਦੇਣਗੇ ਜਿੰਨੇ ਉਹ ਜੱਫੇ ਲਾਊਗਾ ਗੋਰਾ ਮੋਗੇ ਵੱਲੋਂ ਜੋ ਖੇਡਦਾ 40 ਸਾਲਾਂ 'ਚ ਜਿੰਨੇ ਜੱਫੇ ਲਾ ਲੂ ਉਨੇ ਹੀ ਉਹਨੂੰ ਸੰਘਾ ਸਾਹਿਬ 100 ਰੁਪਈਏ ਦੇਣਗੇ ਬਲਕਾਰਿਆ ਤੇਰਾ ਵੀ ਜੀਜਾ ਲੱਗਦਾ ਕਰਦਾ ਬੋਲਦੇ ਹੈਲੋ ਹੈਲੋ ਗਰਾਊਂਡ ਦੇ ਵਿੱਚ ਠੰਡਾ ਪਾਣੀ ਜ਼ਰੂਰ ਭੇਜਿਆ ਜਾਵੇ ਜੀ ਗਰਾਊਂਡ ਦੇ ਵਿੱਚ ਪਾਣੀ ਜਿਹੜਾ ਉਹ ਜਲਦੀ ਦੇ ਨਾਲ ਭੇਜਿਆ ਜਾਵੇ ਤਾਂ ਕਿ ਜਿਹੜੇ ਖਿਡਾਰੀਆਂ ਨੂੰ ਆਪਾਂ ਪਾਣੀ ਪਿਆ ਕੇ ਇਸ ਤੋਂ ਬਾਅਦ ਮੈਚ ਸ਼ੁਰੂ ਕਰਾ ਸਕੀਏ ਨੀਲਾ ਸਿੰਘ ਜੀ ਭਿੰਦੇ ਦੇ ਲਈ ਹੋਰ ਮਾਨ ਸਨਮਾਨ ਪੁੱਜਦਾ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੈਚ ਬਹੁਤ ਤਕੜਾ ਮੈਚ ਖੇਡਿਆ ਜਾ ਰਿਹਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਇੱਕ ਪਾਸੇ ਪੰਜਾਬ ਰਾਜ ਬਿਜਲੀ ਬੋਰਡ ਲੁਧਿਆਣਾ ਤੇ ਦੂਸਰੇ ਪਾਸੇ ਮੋਗੇ ਦੀਆਂ ਟੀਮਾਂ ਦੇ ਦਰਮਿਆਨ ਮੇਰੇ ਵੀਰੋ ਪੂਰਾ ਸੱਸਵਾਂ ਮੈਚ ਹੈ ਕੁੰਡੀਆਂ ਦੇ ਸਿੰਘ ਫਸਣ ਨਾਲੋਂ ਵੱਡੀ ਗੱਲ ਹੈ ਸਾਈਡਾਂ ਚੇਂਜ ਹੋ ਚੁੱਕੀ ਹੈ ਪੰਜਾਬ ਰਾਜ ਬਿਜਲੀ ਬੋਰਡ ਦੀ ਟੀਮ ਜਿਹੜੀ ਇੱਧਰ ਸਟੇਜ ਵਾਲੀ ਸਾਈਡ ਪੁੱਜ ਗਈ ਹੈ ਤੇ ਦੂਸਰੇ ਪਾਸੇ ਖੇਤਾਂ ਵਾਲੀ ਸਾਈਡ ਜ਼ਿਲ੍ਹਾ ਮੋਗੇ ਦੀ ਟੀਮ ਮੋਗੇ ਦੀ ਟੀਮ ਆਖੀਏ ਆਪਾਂ ਮੇਰੇ ਵੀਰੋ ਪੁੱਜ ਗਈ ਹੈ ਦੂਸਰੇ ਹਾਫ ਦੀ ਪਹਿਲੀ ਕਬੱਡੀ ਕਹਿੰਦੇ ਤੁਹਾਡੇ ਆਪਣੇ ਨਗਰ ਦਾ ਖਿਡਾਰੀ ਪਿੰਦਾ ਕੋਟ ਕਰੋੜੀਆ ਆ ਪਿੰਦਿਆ ਅੱਜ ਤੇ ਮੇਲਾ ਲੁੱਟਣ ਵਾਲੀ ਗੱਲ ਕਰ ਦਿੱਤੀ ਹੈ ਮੇਰੇ ਵੀਰੇ ਨਹੀਂ ਰਿਸਿਆ ਨੌਜਵਾਨਾਂ ਕਿ ਘਰ ਖਾ ਕੇ ਕਬੱਡੀ ਆ ਖੇਡ ਹੁੰਦੀ ਐਵੇਂ ਕੋਈ ਨਹੀਂ ਇਸ ਨੂੰ ਖੇਡ ਸਕਦਾ ਖਾਧੀ ਖੁਰਾਕ ਤੇ ਕੀਤੀ ਮਿਹਨਤ ਜੀ ਨੇ ਅੱਜ ਉਹੀ ਮੈਦਾਨ ਅੰਦਰ ਆ ਨੱਚਦਾ ਇਹ ਖਾਧੀ ਖੁਰਾਕ ਦੀ ਗੱਲ ਹੈ ਕੀਤੀ ਮਿਹਨਤ ਦੀ ਗੱਲ ਹੈ ਲਓ ਪਿੰਦਾ ਮੇਰੇ ਵੀਰੇ ਕੋਟ ਕਰੋੜੀਆ ਇਸ ਵੇਲੇ ਕਬੱਡੀ ਪਾ ਰਿਹਾ ਤੇ ਲਿਆਕਤ ਅਲੀ ਨਹੀਂ ਮੰਨਦਾ ਉਧਰ ਵੇਖਦਾ ਵੀ ਚਾਰ ਜਾਫੀਆਂ ਦੇ ਵਿੱਚੋਂ ਇੱਕ ਪਾਸੇ ਹਰਜੀਤ ਚਹਿਲਾਂ ਵਾਲੇ ਦਾ ਵੀਰ ਮੇਰੇ ਵੀਰੇ ਰਣਜੀਤ ਰਣਜੀਤ ਦੇ ਨਾਲ ਮੁਕਾਬਲਾ ਹੈ ਕਹਿੰਦੇ ਚੰਡੀਗੜ੍ਹ ਰੋਡ ਤੇ ਸਥਿਤ ਹੈ ਮੇਰੇ ਵੀਰੇ ਜਦੋਂ ਆਪਾਂ ਚੰਡੀਗੜ੍ਹ ਲੁਧਿਆਣੇ ਤੋਂ ਚੰਡੀਗੜ੍ਹ ਨੂੰ ਜਾਂਦੇ ਹਾਂ ਤੇ ਚਹਿਲਾਂ ਪਿੰਡ ਚੰਡੀਗੜ੍ਹ ਰੋਡ ਤੇ ਸਥਿਤ ਹੈ ਹਰਜੀਤ ਚਹਿਲਾਂ ਦਾ ਪਿੰਡ ਹੈ ਉਸ ਮਹਾਨ ਕਬੱਡੀ ਖਿਡਾਰੀ ਦਾ ਹੈ ਵੀਰ ਹੈ ਨੌਜਵਾਨ ਰਣਜੀਤ ਸਿੰਘ ਹੈਲੋ ਜਿਹਨੇ ਕਬੱਡੀ ਪਾਉਣੀ ਹੈ ਪਾਲੀ ਨੇ ਕਬੱਡੀ ਪਾਉਣੀ ਹੈ ਉਧਰ ਜੀ ਗਰਾਊਂਡ ਵਿੱਚ ਪਾਣੀ ਵਾਲੇ ਬਾਬਾ ਜੀ ਸੇਵਾ ਕਰ ਰਹੇ ਪਰ ਪਲੇਅਰਾਂ ਵਾਸਤੇ ਪਾਣੀ ਪੂਜਦਾ ਕੀਤਾ ਜਾਵੇ ਜਿਹੜੇ ਸੱਜਣ ਨੇ ਡਿਊਟੀ ਹੈ ਪਾਣੀ ਪੂਜਦਾ ਕਰੋ ਜੀ ਬੋਕਸ ਵਿੱਚ ਪਾਣੀ ਪਹੁੰਚਦਾ ਕਰੋ ਜੀ ਪਾਲੀ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਫਿਰ ਵਾਧਾ ਹੋਇਆ ਮੇਰੇ ਵੀਰੇ ਪਾਲੀ ਛੱਲਾਂ ਵਾਲਾ ਚਾਰ ਜਾਣੇ ਬੈਠੇ ਵੀਰ ਗਰਾਊਂਡ ਵਿੱਚ ਪਰ ਪਾਣੀ ਪਹੁੰਚਦਾ ਕਰੋ ਮੇਰੇ ਵੀਰ ਚਾਰ ਸੱਜਣ ਪਾਣੀ ਪਿਆਉਣ ਵਾਲੇ ਤੇ ਪਾਣੀ ਉੱਥੇ ਹੈ ਨਹੀਂ ਮੇਰੇ ਵੀਰ ਪਾਣੀ ਜ਼ਰੂਰੀ ਆ ਮੈਂ ਕਬੱਡੂ ਰੁਪਿੰਦਰ ਜੀ ਉਧਰ ਪਾਲੀ ਛੰਨਾ ਵਾਲਾ ਕਹਿੰਦੇ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਕਬੱਡੀ ਪਾ ਰਹੇ ਮੇਰੇ ਪੰਜਾਬੀ ਵੀਰੋ ਨੌਜਵਾਨ ਕੰਤਾ ਪੜਾਣੇ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਆਪਣੀ ਟੀਮ ਦੇ ਲਈ ਲੱਖਾਂ ਜਾਂ ਜੱਫਾ ਲਾ ਕੇ ਪੁਆਇੰਟ ਜੋੜ ਰਿਹਾ ਅਗਲੀ ਰੇਡ ਕਿਸ ਖਿਡਾਰੀ ਨੇ ਪਾਉਣੀ ਹੈ ਸਮਾਂ ਦੱਸੇਗਾ ਨੌਜਵਾਨ ਜਲੰਧਰ ਵਾਲਾ ਮੇਰੇ ਵੀਰੋ ਪੂਨਵਾਂ ਰੇਡ ਮੈਂ ਪਿੰਡ ਹੈ ਮੇਲੋ ਦਾ ਮੇਲੋ ਕਬੱਡੀ ਪਾ ਰਿਹਾ ਜਲਾਲਪੁਰੀਏ ਪਾਲੇ ਦਾ ਉਸਤਾਦ ਕਬੱਡੀ ਪਾ ਰਿਹਾ ਮੇਰੇ ਵੀਰੋ ਇਸ ਵੇਲੇ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਚਾਰ ਜਾਫੀ ਇੱਕ ਪਾਸੇ ਬਿੱਲੂ ਟਾਲਾ ਵਾਲਾ ਤੇ ਨਾਲ ਕਹਿੰਦੇ ਮਲੌਦ ਰੋੜੀਆਂ ਵਾਲਾ ਕਸ਼ਮੀਰਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਮਰੇਲ ਕੋਟਲੇ ਦੇ ਏਰੀਏ ਦਾ ਟੌਪ ਦਾ ਜਾਫੀ ਇਸ ਵੇਲੇ ਮੇਰੇ ਵੀਰੋ ਜੱਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਇੱਕ ਕਹਿੰਦੇ ਕੈਂਚੀ ਵੱਜ ਗਿਆ ਤੇ ਦੂਸਰੀ ਲੱਤ ਫੜੀ ਗਈ ਹੈ ਹੁਣ ਸਮਾਂ ਬੀਤ ਚੁੱਕਿਆ ਹੈ ਕਿ ਬੇਮਿੱਤਰਾ ਖਤਰੇ ਦਾ ਘੁੱਗੋ ਬੋਲ ਗਿਆ ਵਾਲੀ ਗੱਲ ਬਣ ਗਈ ਹੈ ਤੇ ਪੁਆਇੰਟ ਪੰਜਾਬ ਰਾਜ ਬਿਜਲੀ ਬੋਰਡ ਦੀ ਟੀਮ ਦੇ ਹਿੱਸੇ ਜਾ ਜੁੜਿਆ ਅਗਲੀ ਰੇਡ ਨੌਜਵਾਨ ਕਿਸ ਖਿਡਾਰੀ ਨੇ ਪਾਉਣੀ ਹੈ ਇਹ ਮੇਰੇ ਵੀਰੋ ਬਾਰੇ ਵਾਲਾ ਪਿੰਡ ਹੈ ਇਸ ਖਿਡਾਰੀ ਦਾ ਕੇਵਲ ਸਿੰਘ ਨਾਂ ਹੈ ਸਵਰਨੇ ਦਾ ਪਿੰਡ ਹੈ ਸਵਰਨਾ ਆਪਣੇ ਸਮੇਂ ਦੇ ਵਿੱਚ ਕਹਿੰਦੇ ਤਕੜਾ ਗੁੱਟ ਦਾ ਫੜਾਕ ਮੰਨਿਆ ਗਿਆ ਹੈ ਅੱਜ ਭਾਵੇਂ ਬਿੱਲੇ ਭਿੰਡਰਾਂ ਵਾਲੇ ਦੀ ਗੱਲ ਹੈ ਭਾਵੇਂ ਪਿੱਲੀ ਕੁੱਸੇ ਵਾਲੇ ਦੀ ਗੱਲ ਹੈ ਤੇ ਭਾਵੇਂ ਕਹਿੰਦੇ ਸਵਰਨੇ ਉਹਨਾਂ ਦੀ ਗੱਲ ਹੈ ਮੇਰੇ ਵੀਰੋ ਸਾਰੇ ਕਬੱਡੀ ਦੇ ਖਿਡਾਰੀਆਂ ਨੇ ਹਰਜੀਤ ਦੇ ਨਾਂ ਤੇ ਇੱਕ ਵੱਡੀ ਟੀਮ ਜਿਹੜੀ ਟਰਾਂਟੋ ਦੇ ਵਿੱਚ ਬਣਾਈ ਹੋਈ ਹੈ ਹਰਜੀਤ ਸਪੋਰਟਸ ਕਲੱਬ ਟਰਾਂਟੋ ਮੇਰੇ ਵੀਰੋ ਪਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਅਗਲੀ ਰੇਡ ਕੇਵਲ ਬਾਰੇ ਵਾਲੀ ਹੈ ਕਬੱਡੀ ਪਾ ਰਿਹਾ ਚਾਰ ਜਾਫੀ ਹੈ ਇੱਕ ਪਾਸੇ ਨੌਜਵਾਨ ਸ਼੍ਰੀ ਵਾਲੇ ਵਾਲਾ ਦੂਸਰੇ ਪਾਸੇ ਕਹਿੰਦੇ ਪੜਾਣੇ ਵਾਲਾ ਲੈ ਵੀ ਫਿੱਡੂ ਵੇਖ ਜਰਾ ਖੇਡ ਮੈਦਾਨ ਦੇ ਵਿੱਚ ਕਬੱਡੀ ਜਿਹੜੀ ਮੇਰੇ ਵੀਰੋ ਲੱਖ ਲੱਖ ਦੀ ਪੈਣ ਵਾਲੀ ਗੱਲ ਹੈ ਇੱਕ ਪਾਸੇ ਗੋਰਾ ਹੈ
ਇਹ ਆ ਸ਼ਰੀਮ ਵਾਲੇ ਦਾ ਪਿੰਡ ਮੇਰੇ ਵੀਰੋ, ਸ਼ਰੀਮ ਵਾਲਾ ਪਿੰਡ ਮੇਰੇ ਵੀਰੋ ਮੁਕਤਸਰ ਸਾਹਿਬ ਦੀ ਧਰਤੀ ਦੇ ਵਿੱਚ ਪੈਂਦਾ ਹੈ। ਇਸ ਵੇਲੇ ਵੇਖਦਾ ਵੀ ਲਾਹ ਤਕੜਾ ਜਫਾ ਆਪਣੀ ਟੀਮ ਦੇ ਲਈ ਪੁਆਇੰਟ ਜੋੜਦਾ ਹੋਇਆ ਗੋਰਾ ਸ਼ਰੀਮ ਵਾਲਿਆ, ਲੈ ਵੀ ਮਾਲੇ ਵਾਲਿਆ ਉਧਰ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਬੁਰਜ ਹਮੀਰੇ ਵਾਲਾ ਰਾਮੂ ਮੇਰੇ ਵੀਰੋ। ਬੁਰਜ ਹਮੀਰਾ ਕਹਿੰਦੇ ਦੀਨਾ ਸਾਹਿਬ ਦੇ ਲਾਗੇ ਹੈ ਮੇਰੇ ਵੀਰੋ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਾਂ ਦੀ ਸ਼ੁਭ ਪ੍ਰਾਪਤ ਧਰਤੀ ਹੈ ਕਿ ਨਾ ਕੋਈ ਉਹਨਾਂ ਵਰਗਾ ਹੋਇਆ ਨਾ ਕੋਈ ਉਹਨਾਂ ਵਰਗਾ ਹੋਣਾ, ਜੁਗਾਂ ਜੁਗਾਂ ਤੱਕ ਰਹਿਣਗੀਆਂ ਯਾਦਾਂ ਉਸ ਦਰਵੇਸ਼ ਦੀਆਂ, ਕੌਣ ਕਰੂਗਾ ਰੀਸਾ ਕਲਗੀਧਰ ਦਸ਼ਮੇਸ਼ ਦੀਆਂ, ਕੌਣ ਕਰੂਗਾ ਰੀਸਾ ਕਲਗੀਧਰ ਦਸ਼ਮੇਸ਼ ਦੀਆਂ। ਆਓ ਅਗਲੀ ਰੇਡ ਪਾਲੀ ਛੰਨਾ ਵਾਲੇ ਦੀ, ਪਿੰਡਾਂ ਜਿੰਨੇ ਵੀ ਪੁਆਇੰਟ ਲਵੇਗਾ ਹਰਮਨ ਸਿੰਘ ਜੀ, ਇੰਜ ਵਰਕਸ ਵਾਲੇ ਵੀਰ ਹਰਮਨ ਸਿੰਘ ਜੀ ਇੰਜੀਨੀਅਰਿੰਗ ਵਰਕਸ, ਉਹਨਾਂ ਵੱਲੋਂ ਕਹਿੰਦੇ ਵੱਡਾ ਮਾਣ ਸਨਮਾਨ ਹੋਵੇਗਾ ਭਿੰਦੇ ਦਾ 100-100 ਰੁਪਏ ਦੇ ਨਾਲ ਜਿਹਨੇ ਪੁਆਇੰਟ ਪ੍ਰਾਪਤ ਕਰੇਗਾ। ਅਗਲੀ ਰੇਡ ਧੰਨੇ ਦੀ ਸਿਫਤ ਕਰੀ ਰੁਪਿੰਦਰ ਸਿੰਘ, ਧੰਨਾ ਗਗੜੇ ਵਾਲਾ ਕਬੱਡੀ ਪਾ ਰਿਹਾ ਇੱਕ ਪਾਸੇ, ਜੋਰਾ ਚਹਿਲਾਂ ਵਾਲਾ ਕਹਿੰਦੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਪਾਉਂਦਾ ਹੋਇਆ ਕਰਾਰੇ ਜੇ ਹੱਥ ਮਿੱਤਰੋ, ਲੈ ਵੀ ਧੰਨਿਆ ਗੱਲ ਵੱਖਰੀ ਹੋ ਜੋ ਹੋ ਗਈ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ। ਇਸ ਵੇਲੇ ਵੇਖਦਾ ਵੀ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ, ਧੰਨਾ ਬਹੁਤ ਤਕਨੀਕੀ ਧਾਵੀ ਹੈ ਮੇਰੇ ਵੀਰੋ ਖੇਡ ਕਬੱਡੀ ਦਾ, ਬਹੁਤ ਤਕਨੀਕੀ ਧਾਵੀ ਧੰਨਾ ਗਗੜੇ ਵਾਲਾ। ਪਰ ਅਗਲੀ ਰੇਡ ਫਿਰ ਵੇਖਦਾ ਵੀ ਕਿਸ ਖਿਡਾਰੀ ਨੇ ਪਾਉਣੀ ਹੈ। ਇਸ ਵੇਲੇ ਨੌਜਵਾਨ ਬਿੱਲੂ ਉਟਾਲਾ ਵਾਲਾ, ਮੇਜੀ ਉਟਾਲਾ ਵਾਲਾ ਕਹਿੰਦੇ ਇੰਗਲੈਂਡ ਜਾ ਵਸਿਆ, ਲਾਡੀ ਹੋਣੀ ਤਕੜੀ ਖਿਡਾਰੀ ਮੰਨੇ ਗਏ ਆ ਮੇਰੇ ਵੀਰੇ। ਉਸੇ ਪਿੰਡ ਦਾ ਆਹ ਖਿਡਾਰੀ ਤੁਹਾਡੇ ਸਾਹਮਣੇ ਕਬੱਡੀ ਪਾ ਰਿਹਾ ਬਿੱਲੂ ਉਟਾਲਾ ਵਾਲਾ, ਖੰਨੇ ਦੇ ਲਾਗੇ ਕਿ ਚਿੱਠੀ ਖੰਨੇ ਨੂੰ ਦਵਿੰਦਰ ਆਬ ਰੰਗ ਜਾਊਗੀ, ਰੱਖ ਸਾਂਭ ਕੇ ਜਵਾਨੀ ਤੇਰੇ ਕੰਮ ਆਊਗੀ, ਰੱਖ ਸਾਂਭ ਕੇ ਜਵਾਨੀ ਤੇਰੇ ਕੰਮ ਆਊਗੀ। ਲਓ ਸਾਂਭੀ ਹੋਈ ਜਵਾਨੀ ਦੀ ਗੱਲ ਹੈ, ਇਹ ਕਹਿੰਦੇ 40 ਸਾਲ ਤੋਂ ਉੱਪਰ ਹੋ ਗਈ ਹੈ ਸਾਰੇ ਕਬੱਡੀ ਖਿਡਾਰੀਆਂ ਦੀ ਉਮਰ, ਪਰ ਅੱਜ ਵੀ ਮੇਰੇ ਵੀਰੋ ਨੌਜਵਾਨਾਂ ਵਾਂਗੂ ਖੇਡਦੇ ਨਜ਼ਰ ਆ ਰਹੇ ਹੈ ਸਾਰੇ। ਧੰਨੇ ਨੂੰ 100 ਰੁਪਇਆ ਬਲਕਾਰ ਸਿੰਘ ਨੰਬਰ ਵੱਲੋਂ ਵੀ ਜਾਂਦਾ ਮੈਥੋਂ ਲੈ ਜੇ, ਧੰਨਾ ਸਿੰਘ ਉਹਨੂੰ 100 ਰੁਪਇਆ ਬਲਕਾਰ ਸਿੰਘ ਨੰਬਰ ਵੱਲੋਂ ਦਿੱਤਾ ਜਾਂਦਾ। ਸਾਰੇ ਨੌਜਵਾਨ ਖਿਡਾਰੀਆਂ ਦੇ ਵਿੱਚ ਇੱਕ ਵੱਖਰੇ ਸਰੂਰ ਭਰਨ ਵਾਲੀ ਗੱਲ ਹੈ। ਉਧਰ ਜਗਦੀਪ ਢੀਮਾਂ ਵਾਲੀ ਆ ਕਹਿੰਦੇ ਆਪਣੀ ਪ੍ਰਬੰਧਕੀ ਕਮੇਟੀ ਦੇ ਨਾਲ ਪੁੱਜਿਆ ਹੋਇਆ, 23-24 ਤੇ 25 ਤਰੀਕ ਨੂੰ ਢੀਮਾਂ ਵਾਲੀ ਦੇ ਕਬੱਡੀ ਕੱਪ ਦੇ ਆਪ ਸਭ ਨੂੰ ਸੱਦੇ ਦੇ ਰਿਹਾ ਮੇਰੇ ਵੀਰੇ, ਜਿੱਥੇ 25 ਤਰੀਕ ਨੂੰ ਅਕੈਡਮੀਆਂ ਦੇ ਮੁਕਾਬਲੇ ਤੇ ਪਿੰਡ ਪੱਧਰ ਦੇ ਮੁਕਾਬਲੇ ਕਰਵਾਏ ਜਾਣਗੇ। ਪ੍ਰਸਿੱਧ ਕਬੱਡੀ ਖਿਡਾਰੀ ਜਗਦੀਪ ਢੀਮਾਂ ਵਾਲੀ ਆਪ ਸਭ ਨੂੰ ਸੱਦੇ ਦੇ ਰਿਹਾ। ਇੱਧਰ ਵੇਖਦਾ ਵੀ ਕਸ਼ਮੀਰਾ ਮਲਾਹ ਤਰੋੜੀਆਂ ਵਾਲਾ ਲਾਹ ਤਕੜਾ ਜੱਫੇ ਆਪਣੀ ਟੀਮ ਦੇ ਲਈ ਪੁਆਇੰਟ ਜੋੜਦਾ ਹੋਇਆ, ਅਗਲੀ ਰੇਡ ਕਿਸ ਖਿਡਾਰੀ ਨੇ ਪਾਉਣੀ ਹੈ ਸਮੇਂ ਦੀ ਗੱਲ ਹੈ। ਇਸ ਤੋਂ ਬਾਅਦ 72 ਕਿਲੋ ਦੇ ਮੈਚ ਖੇਡੇ ਜਾਣਗੇ। ਉਧਰ ਅਗਲੇ ਮੁਕਾਬਲੇ ਦੀਆਂ ਮੇਰਾ ਖਿਆਲ ਆ ਵੀ ਜਿਹੜੀਆਂ 72 ਕਿਲੋ ਦੀਆਂ ਟੀਮਾਂ ਉਹ ਵੀ ਬਿਲਕੁਲ ਤਿਆਰ ਵਰ ਤਿਆਰ ਰਹਿਣ ਬਿਨਾਂ ਕਿਸੇ ਦੇਰੀ ਤੇ। ਚੂੜ ਚੱਕ ਵਰਸ ਸਰਾਵਾਂ, ਗਿਲਜੇ ਵਾਲਾ ਵਰਸ ਕਨਿਆਲ ਦੀਆਂ ਟੀਮਾਂ ਮੇਰੇ ਵੀਰੇ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣਗੀਆਂ। ਲਓ ਅੰਗਰੇਜ਼ ਦਾ ਪੇਂਡੂ ਆ ਕਹਿੰਦੇ, ਇਹ ਕਹਿੰਦੇ ਨੌਜਵਾਨ ਮੇਰੇ ਵੀਰੇ ਇਸ ਵੇਲੇ ਪੁਆਇੰਟ ਲੱਗੇ ਵਾਪਸ ਗਿਆ ਜੋਰੇ ਚਹਿਲਾਂ ਵਾਲੇ ਤੋਂ ਨੌਜਵਾਨ ਗੱਭਰੂ। ਹੈਲੋ, ਉਧਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕੁਲਵਿੰਦਰ ਸਿੰਘ ਜੀ ਪ੍ਰਧਾਨ ਸਾਹਿਬ, ਉਹ ਵੀ ਸਟੇਜ ਤੇ ਬੈਠੇ ਹੋਏ ਮਾਰਕੀਟ ਕਬੱਡੀ ਦਾ ਆਨੰਦ ਮਾਣਦੇ ਹੋਏ, ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਪਰ ਉਪਕਾਰ ਸਿੰਘ ਜੀ, ਸਰਪੰਚ ਸਾਹਿਬ ਡਰੋਲੀ ਭਾਈ ਵਾਲੇ, ਨਾਲ ਹਰਪੰਚ ਸਿੰਘ ਸੱਦਾ ਸਿੰਘ ਵਾਲੇ ਪਿੰਡ ਵਾਲੇ, ਉਹ ਵੀ ਆਪਣੇ ਪਿੰਡ ਦੇ ਟੂਰਨਾਮੈਂਟ ਦੇ ਸੱਦਾ ਪੱਤਰ ਲੈ ਕੇ ਆਏ ਆ। 10, 11 ਤੇ 12 ਤਰੀਕ ਹੋਵੇਗੀ ਸੱਦਾ ਸਿੰਘ ਵਾਲੇ ਦੀ ਕਬੱਡੀ ਕੱਪ ਦੀ, ਜਿੱਥੇ ਕਬੱਡੀ ਓਪਨ ਨਾਲ
ਕਬੱਡੀ 29 ਕਿਲੋ, 50 ਕਿਲੋ, 63 ਕਿਲੋ ਤੇ 75 ਕਿਲੋ ਦੀ ਗੱਲ ਹੋਵੇਗੀ। ਵੱਡੇ ਮਾਣ ਸਨਮਾਨ ਦਿੱਤੇ ਜਾਣਗੇ ਸਾਦਾ ਸਿੰਘ ਵਾਲੀ ਧਰਤੀ ਮੈਕ ਵਟੂ ਗਰਾਊਂਡ। ਲਓ ਰਾਮੂ ਬੁਰਜ ਵਾਲਾ ਕਬੱਡੀ ਪਾ ਰਿਹਾ ਮੇਰੇ ਪੰਜਾਬੀ ਵੀਰ, ਉਧਰ ਨੌਜਵਾਨ ਮਲਾਂਦ ਰੋੜੀਆਂ ਵਾਲਾ ਕਸ਼ਮੀਰਾ ਤੇ ਪੁਆਇੰਟ ਜਿਹੜਾ ਰਾਮੂ ਬੁਰਜ ਵਾਲੇ ਦੇ ਹਿੱਸੇ ਜਾ ਜੁੜਿਆ। ਅਗਲੀ ਰੇਡ ਫਿਰ ਪਾਲੀ ਨੇ ਪਾਉਣੀ ਹੈ, ਲਵਾ ਪਾਣੀ ਦਾ ਘੁੱਟ ਮੂੰਹ ਨੂੰ, ਚਾਰ ਜਾਫੀ ਉਡੀਕਦੇ ਆ। ਕਾਂਤਾ ਪੜਾਣੇ ਵਾਲਾ ਕਹਿੰਦੇ ਤਕਨੀਕੀ ਜਾਫੀ ਹੈ, ਮਨਜੀਤ ਕਹਿੰਦੇ ਹਿੱਕ ਜ਼ੋਰ ਨਾਲ ਜੱਫਾ ਲਾਉਂਦਾ ਹੈ, ਤੇ ਮੇਰੇ ਵੀਰੋ ਗੋਰਾ ਗੋਰਾ ਨੌਜਵਾਨ ਗੱਭਰੂ ਇੱਕ ਮਰੂੜ ਵਾਲਾ ਤੇ ਇੱਕ ਗੋਰਾ ਸ਼ਰੀਮ ਵਾਲੇ ਦਾ ਤੁਹਾਡੇ ਸਾਹਮਣੇ ਨੌਜਵਾਨ, ਇਹ ਵੀ ਕਹਿੰਦੇ ਤਕਨੀਕ ਦੇ ਨਾਲ ਜੱਫਾ ਲਾਉਂਦਾ ਹੈ। ਇੰਗਲੈਂਡ ਖੇਡਿਆ, ਹੁਣ ਦੇਖਦਾ ਵੀ ਕਿਸ ਨੌਜਵਾਨ ਦੇ ਨਾਲ ਮੁਕਾਬਲਾ ਹੁੰਦਾ ਹੈ, ਗੱਲ ਸਮਝਦੀ ਹੈ ਮੇਰੇ ਵੀਰੋ। ਪਾਲੀ ਹਲਕਾ ਜਿਹਾ ਟੱਚ ਕਰਕੇ ਭੱਜਿਆ ਤੇ ਅਗਲੀ ਰੇਡ ਗਗੜੇ ਵਾਲਾ ਧੰਨਾ ਕਬੱਡੀ ਪਾ ਰਿਹਾ ਮੇਰੇ ਵੀਰੋ, ਧੰਨੇ ਗਗੜੇ ਦੀ ਕਬੱਡੀ ਤੇ ਓਪਨ ਦਾ ਦੂਜਾ ਰਾਊਂਡ ਜਿਹੜਾ ਇਸ ਤੋਂ ਬਾਅਦ ਉਹ ਵੀ ਸ਼ੁਰੂ ਹੋ ਜਾਣਾ। ਬਾਬਾ ਹੀਰਾ ਦਾਸ ਕਲੱਬ ਮਾਲਾ ਤੇ ਚੰਦੜ, ਜੰਗੀਆਣਾ ਤੇ ਘੋਲੀਆ, ਬਾਬਾ ਸ਼ੰਕਰਾਪੁਰੀ ਕਬੱਡੀ ਕਲੱਬ ਸਾਧੂ ਵਾਲਾ ਵਰਸਿਜ ਜਲਾਲਪੁਰ, ਰੱਜੀ ਵਾਲਾ ਤੇ ਬਘੇਲੇ ਵਾਲਾ, ਚੂੜ ਚੱਕ ਤੇ ਪੁਰਾਣੇ ਵਾਲਾ, ਸਰਾਵਾਂ ਤੇ ਹਰਦਾਸਾ, ਨਾਲ ਵੈਰੋਗੇ ਤੇ ਮੇਹਰ ਸਿੰਘ ਵਾਲਾ ਪੜਾਣਾ ਤੇ ਭੁੱਟੋ ਕਲੱਬ ਕੋਟ ਕਰੋੜ, ਸਨੇਰ ਤੇ ਰੱਜੇਆਣਾ, ਬਾਬਾ ਹੀਰਾ ਦਾਸ ਕਲੱਬ ਤਲਵੰਡੀ ਭਾਈ ਤੇ ਡਗਰੂ। 10 ਮੈਚ ਖੇਡੇ ਜਾਣਗੇ ਦੂਸਰੇ ਰਾਊਂਡ ਦੇ, 10 ਮੈਚ ਪੂਰੇ ਚੋਟੀ ਦੇ ਮੁਕਾਬਲੇ ਹੋਣਗੇ। ਇਸ ਤੋਂ ਬਾਅਦ ਸਾਰੇ ਮੇਰੇ ਵੀਰ ਸਵਾਦ ਲੈਣਗੇ ਖੇਡ ਕਬੱਡੀ ਦਾ, ਪਹਿਲਾਂ ਵੀ ਤੁਸੀਂ ਸਵਾਦ ਲਿਆ ਕੱਲ ਤੋਂ ਲੈ ਕੇ ਇਸ ਤੋਂ ਬਾਅਦ ਕਬੱਡੀ ਓਪਨ ਦੇ ਮੁਕਾਬਲੇ ਜਿਹੜੇ ਦੂਸਰੇ ਰਾਊਂਡ ਦੇ ਮੇਰੇ ਵੀਰ ਬਹੁਤ ਤਕੜੇ ਖੇਡੇ ਜਾਣਗੇ। ਧੰਨੇ ਦੇ ਗਗੜੇ ਵਾਲੇ ਦੇ ਲਈ 100 ਰੁਪਏ ਦਾ ਵੱਡਾ ਮਾਣ, ਸਰਦਾਰ ਸਰਜਣ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ 100 ਰੁਪਏ ਦਾ ਵੱਡਾ ਮਾਣ ਧੰਨੇ ਲਈ। ਉਧਰ ਜਪਿੰਦਾ ਜਿੰਨੇ ਵੀ ਪੁਆਇੰਟ ਲਵੇਗਾ ਸਾਡੇ ਬਹੁਤ ਹੀ ਸਤਿਕਾਰਯੋਗ ਹਰਮਨ ਸਿੰਘ ਜੀ ਇੰਜੀਨੀਅਰਿੰਗ ਵਰਕਸ ਵਾਲੇ, ਉਹਨਾਂ ਵੱਲੋਂ ਵੀ ਕਹਿੰਦੇ 100-100 ਰੁਪਈਆ, ਨਾਲ ਕਹਿੰਦੇ ਸਾਡੇ ਬਹੁਤ ਹੀ ਸਤਿਕਾਰਯੋਗ ਰੂਪੀ ਜੂਕੇ ਸਟੇਜ ਤੇ ਬਿਰਾਜਮਾਨ ਨੇ, ਤਨ ਬਾਬਾ ਰਾਮਦਾਸ ਪ੍ਰਬੰਧਕ ਕਮੇਟੀ ਤਰਫੋਂ ਜਿਉਂ ਆਖਿਆ ਜਾਂਦਾ ਰੂਪੀ ਜੂਕੇ ਜੀ, ਉਹਨਾਂ ਦਾ ਧੰਨਵਾਦ। ਮੈਂ ਕਬੱਡੂ ਗਰਾਊਂਡ ਪਿੰਦਾ ਪੁਆਇੰਟ ਲੈ ਕੇ ਵਾਪਸ ਗਿਆ ਕੋਟ ਕਰੋੜੀਆ ਮੋਗੇ ਦੀ ਟੀਮ ਦੇ ਲਈ। ਅਗਲੀ ਰੇਡ ਕਹਿੰਦੇ ਲੁਧਿਆਣੇ ਵੱਲੋਂ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਮੇਰੇ ਵੀਰੋ ਪੈਣੀ ਹੈ, ਜਿਸ ਟੀਮ ਦੇ ਲਈ ਕਹਿੰਦੇ ਪੰਜਾਬ ਰਾਜ ਬਿਜਲੀ ਬੋਰਡ ਦੇ ਲਈ ਕਦੇ ਬਿੱਟੂ ਜਸਪਾਲ ਵਾਂਗਰ ਖੇਡਿਆ, ਕਦੇ ਲਾਲੀ ਡੈਚਾ ਵਾਲਾ ਮੇਰੇ ਵੀਰੋ, ਕਦੇ ਅੰਗਰੇਜ਼ ਡੈਚਾ ਵਾਲਾ ਗੋਗੀ ਜਰਗੜੀ ਹੋਣੀ, ਭਿੰਦਰ ਹੋਣੀ, ਭੀਮੇ ਹੋਣੀ, ਬਾਜੀ ਹੋਣੀ ਖੇਡਿਆ ਮੇਰੇ ਵੀਰੋ। ਇਸ ਟੀਮ ਦੇ ਲਈ ਤਕੜੇ ਖਿਡਾਰੀਆਂ ਦੀ ਗੱਲ ਹੈ। ਲਓ ਮੇਲੋ ਗੁਰਮੇਲ ਸਿੰਘ, ਮੇਲੋ ਪੂਰਨਮਾ ਰੇਡਮਾ ਵਾਲਾ ਅਗਲੀ ਰੇਡ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਚਾਰ ਛਪੇਰਾ ਭਰਿਆ ਪਿਆ ਅੱਜ ਕੋਟ ਕਰੋੜ ਦੀ ਧਰਤੀ ਤੇ, ਕਹਿੰਦੇ ਨੇ ਵੀ ਧੰਨ ਧੰਨ ਬਾਬਾ ਰਾਮਦਾਸ ਜੀ ਅਤੇ ਸੰਤ ਬਾਬਾ ਮਹੇਸ਼ ਮੁਨੀ ਜੀ ਬੋਰੇ ਵਾਲੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਵੱਡਾ ਟੂਰਨਾਮੈਂਟ ਹੋ ਰਿਹਾ, ਕਿਉਂਕਿ ਜਿਹੜਾ ਫਿਰੋਜ਼ਪੁਰ ਡਿਸਟ੍ਰਿਕਟ ਹੈ ਮੇਰੇ ਵੀਰੋ, ਜਿਹੜਾ ਫਿਰੋਜ਼ਪੁਰ ਜ਼ਿਲ੍ਹਾ, ਇਹ ਪਹਿਲੇ ਦਿਨ ਤੋਂ ਹੀ ਕਬੱਡੀ ਕਰਵਾਉਣ ਦੇ ਵਿੱਚ ਮੋਹਰੀ ਹੈ। ਭਾਵੇਂ ਮੇਰੇ ਵੀਰੋ ਅੱਜ ਤੋਂ 20 ਸਾਲਾਂ ਦੀ ਗੱਲ ਕਰੀਏ, ਭਾਵੇਂ ਅੱਜ ਦੀ ਗੱਲ ਕਰੀਏ ਮੇਰੇ ਵੀਰੋ, ਬੜੇ ਲੰਬੇ ਸਮੇਂ ਤੋਂ ਇਹ ਹਰ ਸਾਲ ਜਿਹੜੀ ਸੀਜ਼ਨ ਦੀ ਸ਼ੁਰੂਆਤ ਮੇਰੇ ਵੀਰੋ ਫਿਰੋਜ਼ਪੁਰ ਡਿਸਟ੍ਰਿਕਟ ਤੋਂ ਹੁੰਦੀ ਹੈ। ਮਾਣ ਸਤਿਕਾਰ ਕੀਤੇ ਜਾਂਦੇ ਕਬੱਡੀ ਦੇ ਖਿਡਾਰੀਆਂ ਦੇ। ਭਿੰਦੇ ਨੂੰ 100 ਰੁਪਈਆ ਮਨਜੀਤ ਕੈਨੇਡਾ ਵੱਲੋਂ ਤੇ 100 ਰੁਪਈਆ ਕੁਲਵਿੰਦਰ ਪ੍ਰਧਾਨ ਵੱਲੋਂ ਮਾਣ ਸਨਮਾਨ ਹੋਇਆ। ਕੀਪਾ ਮਨੀਲਾ 100 ਰੁਪਈਆ ਭਿੰਦੇ ਨੂੰ ਮਾਣ ਸਨਮਾਨ ਕਰ ਰਹੇ ਆ। ਉਧਰ ਮੁਕਾਬਲਾ ਸਖਤ ਹੈ, ਇੱਕ ਪਾਸੇ ਤੁਹਾਡੇ ਏਰੀਏ ਦਾ ਖਿਡਾਰੀ ਆ ਮੇਰੇ ਵੀਰੋ, ਨੌਜਵਾਨ ਕਹਿੰਦੇ ਕਾਂਤਾ ਪੜਾਣੇ ਵਾਲਾ ਇੱਕ ਜ਼ੋਰ ਨਾਲ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੈ, ਤੇ ਦੂਸਰੇ ਪਾਸੇ ਪੁਆਇੰਟ ਜਿਹੜਾ ਪਾਲੀ ਛੰਨਾ ਵਾਲੇ ਦੇ ਹਿੱਸੇ ਜਾ ਜੁੜਿਆ, ਪੁਆਇੰਟ ਪਾਲੀ ਛੰਨਾ ਵਾਲੇ ਦੇ ਹਿੱਸੇ ਜਾ ਜੁੜਿਆ। ਚੱਲ ਵੀ ਬੁਰਜ ਵਾਲਿਆ ਪਾ ਵੀ ਕਬੱਡੀ, ਪੱਤੋ ਖਾਈ ਖਾਈ ਦੇ ਨਾਲ ਕਹਿੰਦੇ ਦੀਨਾ ਤੇ ਦੀਨੇ ਦਾ ਦੀਨਾ ਸਾਹਿਬ ਦੇ ਨਾਲ ਮੇਰੇ ਵੀਰੋ। ਬੁਰਜ ਹਮੀਰਾ ਪਿੰਡ ਹੈ ਇਸ ਕਬੱਡੀ ਖਿਡਾਰੀ ਦਾ, ਜਿੱਥੋਂ ਦੇ ਸੇਵ ਕੌਣੀ ਇੰਗਲੈਂਡ ਜਾ ਵਸੇ ਹੈ, ਜਿੱਥੋਂ ਦੇ ਰੂਪੀ ਹੋਣੀ ਕੈਨੇਡਾ ਜਾ ਵਸੇ ਹੈ, ਤੇ ਇਹ ਖਿਡਾਰੀ ਮੇਰੇ ਵੀਰੋ ਅੱਜ ਤੋਂ 40 ਸਾਲ ਤੋਂ ਉੱਪਰ ਦੇ ਮੈਚ ਖੇਡ ਰਿਹਾ, ਬਹੁਤ ਤਕੜਾ ਖਿਡਾਰੀ ਹੈ ਰਾਮੂ ਬੁਰਜ ਵਾਲਾ। ਉਧਰ ਕਹਿੰਦੇ ਮੇਰੇ ਵੀਰ ਸੁਰਜਣ ਸਿੰਘ ਜੀ
ਹੈਲੋ ਚੰਦ ਸਿੰਘ ਜੀ ਖੋਸ ਉਹਨਾਂ ਦੇ ਪਰਿਵਾਰ ਵੱਲੋਂ ਕਹਿੰਦੇ ਭਿੰਦੇ ਕਬੱਡੀ ਖਿਡਾਰੀ ਦਾ 40 ਸਾਲੇ ਦਾ ਵਿਸ਼ੇਸ਼ ਮਾਣ ਸਨਮਾਨ ਕੀਤਾ ਜਾਵੇ ਕੱਪ ਦੇ ਨਾਲ। ਬੜੀ ਖੁਸ਼ੀ ਵਾਲੀ ਗੱਲ ਹੈ। ਉੱਧਰ ਕਹਿੰਦੇ ਨੋਟਾਂ ਦਾ ਮੀਂਹ ਵਾਰਿਆ, ਵੱਡਾ ਮਾਣ ਸਨਮਾਨ ਕੀਤਾ ਜਾ ਰਿਹਾ ਭਿੰਦੇ ਦਾ, ਸਾਰੇ ਹੀ 40 ਸਾਲਾਂ ਗੱਭਰੂਆਂ ਦਾ। ਲੈ ਵੀ ਰੁਪਿੰਦਰ ਕਰੀ ਸਿਫਤ ਆਹ ਨੌਜਵਾਨ ਦੀ ਅਗਲੀ ਕਬੱਡੀ ਖੇਡ ਮੈਦਾਨ ਵਿੱਚ। ਭੁਪਿੰਦਰ ਸਿੰਘ ਢੀਂਡਸਾ ਕਬੱਡੀ ਪਾ ਰਿਹਾ ਮੇਰੇ ਵੀਰੋ, ਢੀਂਡਸਾ ਪਰਿਵਾਰ ਦਾ ਖਿਡਾਰੀ ਹੈ ਇਸ ਵੇਲੇ ਭਿੰਦਰ ਨਵੇਂ ਪਿੰਡੀਆਂ। ਕਹਿੰਦੇ ਲਾਭ ਹੀਰੇ ਨੇ ਗੀਤਾਂ ਦੇ ਵਿੱਚ ਗੱਲ ਕੀਤੀ, ਆਹ ਵੇਖਦਾ ਵੀ ਖੇਡ ਮੈਦਾਨ ਵਿੱਚ ਗੋਰਾ ਸ਼ਰੀਂ ਵਾਲੇ ਦਾ ਲਾਹ ਤਕੜੇ ਜੱਫੇ ਆਪਣੀ ਟੀਮ ਦੇ ਲਈ ਪੁਆਇੰਟ ਜੋੜ ਰਿਹਾ। ਹੁਣ ਭਿੰਦਰ ਨੂੰ ਜੱਫਾ ਲਾਇਆ ਤੇ ਇੱਕ ਇੱਕ ਕਬੱਡੀ ਜਿਹੜੀ ਚੱਲਦੇ ਹੋਏ ਮੈਚ ਦੀ ਹੋ ਚੁੱਕੀ ਹੈ। ਲੈ ਵੀ ਮਾਲੇ ਵਾਲਿਆ, ਤੂੰ ਵੀ ਆਪਣੀ ਹਿੱਕ ਦੇ ਉੱਤੇ ਰੱਖ ਕੇ ਜਿਹੜਾ ਪੱਥਰ ਭੰਨਣਾ ਹੈ ਉਹ ਵੀ ਭੰਨ ਦੇ ਨੌਜਵਾਨ। ਲਓ ਧੰਨਾ ਗਗੜੇ ਵਾਲਾ ਕਬੱਡੀ ਪਾ ਰਿਹਾ, ਇਹ ਲਾਸਟ ਕਬੱਡੀ ਜਿਹੜੀ ਪੈ ਰਹੀ ਹੈ ਇਸ ਮੈਚ ਦੀ, ਲਾਸਟ ਕਬੱਡੀ ਜਿਹੜੀ ਮੇਰੇ ਵੀਰੋ। ਉਸ ਤੋਂ ਬਾਅਦ ਇੱਧਰੋਂ ਇੱਕ ਹੋਰ ਪੈਣੀ ਹੈ, ਧੰਨਾ ਗਗੜੇ ਵਾਲਾ ਕਬੱਡੀ ਪਾ ਰਿਹਾ। ਜੇ ਮੈਚ ਵਧੀਆ ਲੱਗਿਆ ਬਾਬਿਆਂ ਦਾ ਤਾਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ, ਬਹੁਤ ਬਹੁਤ ਧੰਨਵਾਦ ਹੈ। ਪਰ ਇੱਧਰ ਉਟਾਲਾ ਵਾਲਾ ਬਿੱਲੂ ਆਪਣੀ ਟੀਮ ਦੇ ਲਈ ਪੁਆਇੰਟ ਜੋੜ ਰਿਹਾ। ਚੱਲਦਾ ਹੋਇਆ ਮੈਚ ਹੁਣ ਸਮਾਪਤ ਹੋਣਾ ਹੈ ਜਾਂ ਇੱਕ ਕਬੱਡੀ ਪੈਣੀ ਹੈ ਇਹ ਸਮਾਂ ਦੱਸੇਗਾ ਮੇਰੇ ਵੀਰੋ, ਇਹ ਸਮਾਂ ਦੱਸੇਗਾ। ਉੱਧਰ ਅਗਲੀ ਲਾਸਟ ਕਬੱਡੀ ਜਿਹੜੀ ਪਾਲੀ ਛੰਨਾ ਵਾਲੇ ਨੇ ਪਾਉਣੀ ਹੈ ਇਸ ਵੇਲੇ ਖੇਡ ਮੈਦਾਨ ਦੇ ਵਿੱਚ। ਪਾਲੀ ਛੰਨਾ ਵਾਲਾ ਮੋਗੇ ਦੇ 4 ਜਾਫੀਆਂ ਤੇ ਧਾਵਾ ਬੋਲੂਗਾ। ਹੁਣ ਕਹਿੰਦਾ ਮੈਚ ਪੂਰਾ ਫਸਿਆ ਪਿਆ ਕਿਉਂਕਿ ਲਾਸਟ ਕਬੱਡੀ ਹੈ ਮੇਰੇ ਵੀਰੋ, ਸ਼ੋਅ ਮੈਚ ਖੇਡਿਆ ਜਾ ਰਿਹਾ 40 ਸਾਲ ਤੋਂ ਉੱਪਰ ਦਾ, ਜਿਹੜਾ ਇੱਕ ਪਾਸੇ ਪੰਜਾਬ ਰਾਜ ਬਿਜਲੀ ਬੋਰਡ ਤੇ ਦੂਸਰੇ ਪਾਸੇ ਮੋਗੇ ਦੀ ਟੀਮ। ਇਸ ਤੋਂ ਬਾਅਦ 2 ਮੈਚ ਹੋਣਗੇ 72 ਕਿਲੋ ਦੇ ਸੈਮੀਫਾਈਨਲ ਮੈਚ, ਉਹਨਾਂ ਦੀ ਵੀ ਗੱਲ ਆਪਾਂ ਸਕੇਨ ਮੈਦਾਨ ਦੇ ਵਿੱਚ ਕਰਨੀ ਹੈ। ਪਰ ਇੱਕ ਪਾਸੇ ਗੋਰਾ ਏ ਸ਼ਰੀਂ ਵਾਲੇ ਦਾ, ਉਹ ਨਹੀਂ ਸਹਿ ਸਵਾਦ ਕਰ ਦਿੱਤਾ ਮੇਰੇ ਵੀਰੋ, ਸਵਾਦ ਕਰ ਦਿੱਤਾ ਖੇਡ ਮੈਦਾਨ ਦੇ ਵਿੱਚ। ਆਪਾਂ ਵੇਖੀਏ ਮਾਲੇ ਤੋਂ ਵੀਰ ਪੁੱਜਿਆ, ਪਾਣੀ ਦੀ ਸੇਵਾ ਕਰ ਰਿਹਾ ਨੌਜਵਾਨ, ਕਹਿੰਦੇ ਛੱਤ ਡਿੱਗ ਪਈ ਹੈ ਮੀਂਹ ਦੇ ਕਾਰਨ ਮੇਰੇ ਵੀਰੋ। ਲਓ ਵੀ ਦਰਸ਼ਕ ਵੀਰੋ, ਲੁਧਿਆਣੇ ਦੇ ਪੁਆਇੰਟ ਨੇ 26.5 ਤੇ ਮੋਗੇ ਦੇ ਪੁਆਇੰਟ ਨੇ 28। ਜ਼ੋਰਦਾਰ ਤਾੜੀਆਂ ਮਾਰਦੇ ਮੋਗੇ ਦੀ ਟੀਮ ਇਸ ਮੈਚ ਦੇ ਵਿੱਚੋਂ। ਇੱਕ ਪੰਜਾਬੀ ਦੇ ਵਿੱਚ ਆਖਦੇ ਆ ਵੀ ਜਿੱਧਰ ਭਿੰਦਾ ਖੇਡਦਾ ਸੀ ਉਹ ਟੀਮ ਜੇਤੂ ਰਹੀ ਹੈ। ਹੁਣ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ। ਇੱਧਰ ਸੁਰਿੰਦਰ ਚੂਜਾ ਜੀ ਸਾਡੇ ਇੱਕ ਮੈਚ ਦੇ ਲਈ